ਵਿਚਾਰ ਤੋਂ ਪਹਿਲਾਂ ਇਹਨਾਂ ਦੋ ਸ਼ਲੋਕਾਂ ਦੇ ਅਖਰੀ ਅਰਥ ਆਪਾਂ ਜ਼ਰੂਰ ਵਾਚ ਲਈਏ। ਇੱਕ ਵਿੱਚ ਉਹ ਸੁੱਤੇ ਨੇ ਜਿਨ੍ਹਾਂ ਦਾ ਸੌਣਾ ਸੁਖੀ ਹੈ, ਇੱਕ ਸ਼ਲੋਕ ਵਿੱਚ ਉਹ ਸੁੱਤੇ ਨੇ ਜਿਨ੍ਹਾਂ ਦਾ ਸੌਣਾ ਜਿਹੜਾ ਹੈ ਉਹ ਦੁਖਦਾਈ ਅਤੇ ਖੁਆਰੀ ਹੈ। ਸ਼ਬਦ ਦੋਨਾਂ ਥਾਵਾਂ 'ਤੇ ਸੁੱਤੜੇ ਹੀ ਵਰਤਿਆ ਹੈ। ਪਹਿਲਾ ਬਚਨ ਹੈ ਸੁੱਤੜੇ ਸੁਖੀ ਸਵਨ, ਫਿਰ ਬੇਨਤੀ ਸੁਣੋ, ਸਵਨ ਅਤੇ ਸੁੱਤੜੇ ਇਹ ਦੋਨੋਂ ਸ਼ਬਦ ਨੀਂਦ ਨਾਲ ਹੀ ਸੰਬੰਧਿਤ ਨੇ। ਸੁੱਤੜੇ ਸੁਖੀ ਸਵਨ, ਉਹ ਸੁੱਤੇ ਹੋਏ ਅੱਤ ਦੇ ਸੁਖੀ ਨੇ, ਸੁੱਖ ਦੀ ਨੀਂਦ ਵਿੱਚ ਨੇ। ਕੌਣ ਜੀ? ਜੋ ਰਤੇ ਸਹਿ ਆਪਣੇ, ਜੋ ਦਾ ਅਰਥ ਜਿਹੜੇ, ਰਤੇ ਦਾ ਅਰਥ ਰੰਗੀਚੇ ਹੋਏ, ਸਹਿ ਦਾ ਲਫਜ਼ੀ ਅਰਥ ਕਰਾਂਗੇ ਪਤੀ, ਪਰ ਭਾਵ ਅਰਥ ਪਰਮਾਤਮਾ, ਆਪਣੇ ਦਾ ਅਰਥ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜੇ ਆਪਣੇ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰਤੇ ਹੋਏ ਨੇ, ਸੁੱਤੜੇ ਸੁਖੀ ਸਵਨ, ਉਹ ਸੁੱਤੇ ਹੋਏ ਸੁੱਖ ਦੀ ਨੀਂਦ ਮਾਣਦੇ ਪਏ ਆ। ਫਿਰ ਅਰਜ਼, ਇਹਦਾ ਭਾਵ ਅਰਥ ਇਹ ਵੀ ਗੁਰਮੁਖਾਂ ਲਿਆ ਹੈ ਕਿ ਸੁੱਤੜੇ ਦਾ ਅਰਥ ਕੀਤਾ ਪ੍ਰੇਮ ਦੇ ਵਿੱਚ ਹੀ ਰਤੇ ਹੋਏ, ਮਸਤ ਹੋਏ ਕਈ ਅਰਥ ਕੀਤਾ। ਕੁਛ ਗੁਰਮੁਖਾਂ ਅਰਥ ਕੀਤਾ ਸੁੱਤੜੇ ਦਾ ਅਰਥ ਅਸਥਿਤ ਹੋਏ, ਟਿਕ ਗਏ। ਜਿਹੜੇ ਆਤਮਕ ਸੁੱਖ ਦੇ ਵਿੱਚ ਟਿਕ ਗਏ ਉਹਨਾਂ ਦੀ ਨੀਂਦ ਵੀ ਸੁਖਦਾਈ ਹੈ। ਪਰ ਕੌਣ? ਜਿਹੜੇ ਆਪਣੇ ਪਰਮਾਤਮਾ ਦੇ ਰੰਗ ਵਿੱਚ ਰਤੇ ਹੋਏ ਨੇ। ਪਰ ਫਿਰ ਵੀ ਅਰਜ਼ ਕਰਾਂਗਾ, ਨੀਂਦ ਸਭ ਨੂੰ ਆਉਂਦੀ ਹੈ, ਪਰ ਨੀਂਦ ਦੁੱਖਾਂ ਭਰੀ ਵੀ ਹੈ ਅਤੇ ਨੀਂਦ ਸੁੱਖ ਭਰੀ ਵੀ ਹੈ। ਇਹਨੂੰ ਆਪਾਂ ਬਾਣੀ 'ਚੋਂ ਅੱਗੇ ਦੇਖਦੇ ਹਾਂ। ਸੁੱਤੜੇ ਸੁਖੀ ਸਵਨ, ਜੋ ਰਤੇ ਸਹਿ ਆਪਣੇ। ਸਹਿਬ ਉਸ ਤੋਂ ਅੱਗੇ ਬਚਨ ਕਰਦੇ ਨੇ ਪ੍ਰੇਮ ਵਿਛੋਹਾ। ਇੱਥੇ ਪ੍ਰਭੂ ਵਿਛੋਹਾ ਨਹੀਂ ਆਇਆ, ਪਰਮਾਤਮਾ ਦਾ ਨਹੀਂ। ਪ੍ਰੇਮ ਦਾ ਲਫਜ਼ੀ ਅਰਥ ਆਪ ਜਾਣਦੇ ਹੋ ਕਿ ਉਹ ਅੰਦਰ ਦੀ ਖਿੱਚ, ਉਹ ਤੀਬਰਤਾ, ਉਹ ਅੰਦਰ ਦੀ ਰਹਿਮਤ ਜਿਹੜੀ ਸਾਡੇ ਅੰਦਰ ਦੇ ਜੀਵ ਨੂੰ ਇਉਂ ਕਹਿ ਲਓ ਪਰਮਾਤਮਾ ਦੇ ਵੱਲ ਝੁਕਾ ਕਰਾ ਕੇ ਰੱਖਦੀ ਹੈ। ਜਿਹਨਾਂ ਲੋਕਾਂ ਦਾ ਅੰਦਰ ਪ੍ਰੇਮ ਤੋਂ ਖਾਲੀ ਹੈ, ਵਿਛੋਹਾ ਦਾ ਲਫਜ਼ੀ ਅਰਥ ਕਰਾਂਗੇ ਵਿਛੋੜਾ, ਜਿਨ੍ਹਾਂ ਅੰਦਰ ਉਹ ਦਾਤ ਹੀ ਕੋਈ ਨਹੀਂ, ਉਹ ਐਨਰਜੀ ਕੋਈ ਨਹੀਂ ਕਿ ਜਿਹੜੀ ਪਰਮਾਤਮਾ ਨੂੰ ਮਿਲਣ ਵਾਸਤੇ ਅੰਦਰ ਤੜ ਪੈਦਾ ਕਰੇ, ਇਉਂ ਕਹਿ ਲਓ ਜੀ ਬਿਲਕੁਲ ਨਰਜਿੰਦ ਨੇ, ਪ੍ਰੇਮ ਨਾਂ ਦੀ ਉਹਨਾਂ ਕੋਲ ਚੀਜ਼ ਹੀ ਕੋਈ ਨਹੀਂ। ਮਹਾਰਾਜ ਸ਼ਬਦ ਵਰਦੇ ਪ੍ਰੇਮ ਵਿਛੋਹਾ। ਧਣੀ, ਧਣੀ ਦਾ ਲਫਜ਼ੀ ਅਰਥ ਆਪ ਜਾਣਦੇ, ਉਸ ਦਿਨ ਵੀ ਕਿਹਾ ਸੀ। ਵੈਸੇ ਧਣੀ ਦਾ ਅਰਥ ਧਨ ਵਾਲਾ, ਧਣੀ ਦਾ ਅਰਥ ਮਾਲਿਕ। ਅਗਲਾ ਬਚਨ ਹੈ ਧਨੀ ਸੌ, ਸਿਉਂ ਨਹੀਂ, ਸਿਉਂ ਨਹੀਂ ਹੈਗਾ, ਸੱਸੇ ਨੂੰ ਸਿਹਾਰੀ ਨਹੀਂ ਲੱਗੀ, ਪਰ ਅਰਥ ਇਹਦਾ ਬਣੇਗਾ ਨਾਲ। ਮਹਾਰਾਜ ਕਹਿੰਦੇ ਪ੍ਰੇਮ ਵਿਛੋਹਾ ਧਣੀ ਸੌ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਪ੍ਰੇਮ ਦਾ ਹੀ ਵਿਛੋੜਾ ਪੈ ਗਿਆ। ਪਰਮਾਤਮਾ ਦੇ ਨਾਲ ਜਿਹੜਾ ਪ੍ਰੇਮ ਜੋੜਦਾ ਉਹੀ ਕੋਈ ਨਹੀਂ ਹੈਗਾ। ਅਤੇ ਮਹਾਰਾਜ ਕਹਿੰਦੇ ਅੱਠੇ ਪਹਿਰ ਲਵਨ, ਇੱਥੇ ਅੱਠੇ ਪਹਿਰ ਦਾ ਅਰਥ ਆਪ ਜਾਂਦੇ ਹੋ 24 ਘੰਟੇ, ਅੱਠੇ ਪਹਿਰ ਦਿਨ ਅਤੇ ਰਾਤ। ਲਵਨ ਦਾ ਅਰਥ ਲਾਉਣਾ, ਲਾਉਣਾ ਦਾ ਅਰਥ ਜਿਵੇਂ ਆਪਾਂ ਪੁਰਾਣੇ ਸਮੇਂ ਸ਼ਬਦ ਵਰਤਦੇ ਸਾਂ ਕਿ ਅੱਜ ਕੋਠੇ ਦੇ ਬਨੇਰੇ ਉੱਤੇ ਕਾਂ ਲਾਉਂਦਾ ਹੈ, ਲਾਉਂਦਾ ਦਾ ਅਰਥ ਹੁੰਦਾ ਬੋਲਣਾ, ਲਵਣਾ। ਇਹਦਾ ਮਤਲਬ ਕਿ ਜਿਹੜੇ ਪਰਮਾਤਮਾ ਦੇ ਪ੍ਰੇਮ ਤੋਂ ਹੀ ਖਾਲੀ ਨੇ ਸੱਚੀ ਮੁੱਚੀ, ਉਹ ਅੱਠੇ ਪੈਰ ਇਸ ਤਰ੍ਹਾਂ ਕਲਪਦੇ ਨੇ ਕਿ ਜਿਵੇਂ ਸੁਣੀਏ ਘਰ ਦੇ ਉੱਪਰ ਕਾਂ ਫਾਲਤੂ ਬੋਲ ਕੇ ਚਲਾ ਜਾਂਦਾ ਹੈ। ਇਹਦਾ ਮਤਲਬ ਉਹ ਕਲਪੇ ਹੋਏ ਆ ਕਾਂ ਦੀ ਤਰ੍ਹਾਂ। ਇਸੇ ਕਰਕੇ ਬਾਣੀ ਵਿੱਚ ਮੈਂ ਅਰਜ਼ ਕਰਾਂਗਾ ਪਰਮਾਤਮਾ ਤੋਂ ਵਿਛੜੇ ਹੋਏ ਨੂੰ ਸੁਣੀਏ ਘਰ ਦੇ ਕਾਂ ਨਾਲ ਵੀ ਤੁਲਨਾ ਦਿੱਤੀ ਹੈ।
ਬਾਣੀ ਚ ਪਾਠ ਹੁੰਦਾ ਜਿਉਂ ਸੁਣੀਐ ਕਰ ਕਾਉਂ। ਇਸੇ ਤਰ੍ਹਾਂ ਉਹ ਸ਼ਬਦ ਲਵਾਨੇ ਉਹ ਲਾਉਂਦੇ ਪਏ ਨੇ, ਬੋਲਦੇ ਪਏ ਨੇ। ਹਜ਼ੂਰ ਬਖਸ਼ਿਸ਼ ਕਰ ਰਿਹਾ ਕਿ ਸੁੱਤੜੇ ਸੁਖੀ ਸਵਨ ਜੋ ਰੱਤੇ ਸਹਿ ਆਪਣੇ, ਜਿਹੜੇ ਆਪਣੇ ਪਰਮਾਤਮਾ ਦੇ ਸ਼ਬਦ ਵਿੱਚ ਨਾਮ ਵਿੱਚ ਰੱਤੇ ਗਏ, ਸੱਚ ਇਹ ਵੀ ਉਹ ਸੁੱਤੇ ਹੋਏ ਵੀ ਸੁਖੀ ਨੇ। ਅਤੇ ਜਿਹੜੇ ਬੰਦੇ ਪਰਮਾਤਮਾ ਦੇ ਪ੍ਰੇਮ ਦੇ ਵਿਛੋੜੇ ਤੋਂ ਖਾਲੀ ਨੇ ਉਹਨਾਂ ਲਈ ਅੱਠੇ ਪਹਿਰ ਦਾ ਮਤਲਬ ਭਾਵੇਂ ਦਿਨ ਹੋਵੇ ਅਤੇ ਰਾਤ ਹੋਵੇ ਉਹ ਕਲਪੀ ਹੀ ਜਾਂਦੇ ਨੇ। ਉਹਨਾਂ ਲਈ ਦਿਨ ਵੀ ਚੈਨ ਵਾਲਾ ਨਹੀਂ ਅਤੇ ਰਾਤ ਵੀ ਚੈਨ ਵਾਲੀ ਨਹੀਂ। ਅੱਠੇ ਪਹਿਰ ਲਵਨ, ਇਸ ਤੋਂ ਅਗਲਾ ਬਚਨ। ਹੁਣ ਪਹਿਲੇ ਸੁੱਤੜੇ ਦਾ ਜਿਹੜਾ ਅਰਥ ਸੀ ਉਹ ਪੋਜ਼ਿਟਿਵ ਹੈ, ਜੁੜੇ ਹੋਏ ਨੇ। ਹੁਣ ਅਗਲਾ ਜਿਹੜਾ ਸੁੱਤੜੇ ਸ਼ਬਦ ਹੈ ਇਹ ਮਾਇਆ ਵਿੱਚ ਪ੍ਰਵਿਰਤ ਹੋਇਆਂ ਲਈ ਹੈ। ਸੁੱਤੜੇ ਅਸੰਖ, ਮਾਇਆ ਝੂਠੀ ਕਾਰਨੇ। ਅਸੰਖ ਦਾ ਅਰਥ ਅਣਗਿਣਤ। ਪਤਾ ਨਹੀਂ ਕਿੰਨੇ ਕੁ ਲੋਕ ਅਸੰਖਾਂ ਬੰਦੇ ਜਿਹੜੇ ਨੇ ਇਹ ਝੂਠੀ ਮਾਇਆ ਦੇ ਕਾਰਨ ਉਸ ਮਾਇਆ ਦੇ ਮੋਹ ਦੀ ਨੀਂਦ ਵਿੱਚ ਹੀ ਸੁੱਤੇ ਹੋਏ ਆ। ਫਿਰ ਬੇਨਤੀ, ਸੁੱਤੜੇ ਅਸੰਖ, ਮਾਇਆ ਝੂਠੀ ਕਾਰਨੇ। ਨਾਨਕ ਸੇ ਜਾਗਨ, ਸੇ ਦਾ ਅਰਥ ਉਹ, ਧੰਨ ਗੁਰੂ ਅਰਜਨ ਸਾਹਿਬ ਬਚਨ ਕਰਦੇ ਆ ਉਹ ਜਾਗਦੇ ਨੇ ਜੀ। ਕੌਣ? ਜੇ ਰਸਨਾ ਨਾਮ ਉਚਾਰਨੇ, ਜੋ ਆਪਣੀ ਰਸਨਾ ਤੋਂ ਆਪਣੀ ਜ਼ਬਾਨ ਤੋਂ ਕਰਤੇ ਪੁਰਖ ਦੇ ਨਾਮ ਨੂੰ ਉਚਾਰਨ ਕਰਦੇ ਨੇ, ਹਕੀਕਤ ਇਹ ਵੇ ਉਹ ਬੰਦੇ ਹੀ ਮਾਇਆ ਵਿੱਚੋਂ ਜਾਗਦੇ ਨੇ, ਨਹੀਂ ਤੇ ਅਸੰਖਾਂ ਬੰਦੇ ਜਿਹੜੇ ਨੇ ਉਹ ਮਾਇਆ ਦੀ ਗਹਿਰੀ ਨੀਂਦ ਵਿੱਚ ਹੀ ਸੁੱਤੇ ਹੋਏ ਨੇ। ਸਿਰਫ ਥੋੜ੍ਹੇ ਜਿਹਾ ਅਖਰੀ ਅਰਥ ਆਪਾਂ ਕਰ ਲਏ, ਇਹਨੂੰ ਫਿਰ ਵਿਚਾਰਨੇ ਹੈ। ਦਾਸ ਪਹਿਲੀ ਬੇਨਤੀ ਕਰੇਗਾ ਜੀ ਕਿ ਇੱਕ ਨੀਂਦ ਹੈ ਮਾਇਆ ਦੀ, ਇੱਕ ਹੈ ਪਰਮਾਤਮਾ ਦੇ ਪ੍ਰੇਮ 'ਚ ਭਿੱਜਾ ਉਹ ਸੁੱਤਾ ਹੋਇਆ ਵੀ ਜਾਗਦਾ ਹੈ, ਅਤੇ ਗੁਰਮੁਖੋ ਜਿਹੜਾ ਅੰਦਰੋਂ ਖਾਲੀ ਹੋ ਗਿਆ ਉਹ ਜਾਗਦਾ ਹੋਇਆ ਵੀ ਸੁੱਤਾ ਹੈ। ਦੋਨੋਂ ਪੱਖ ਅਸੀਂ ਗੁਰੂ ਗ੍ਰੰਥ ਸਾਹਿਬ 'ਚੋਂ ਦਰਸ਼ਨ ਕਰਨੇ ਹੈ। ਉਂਝ ਵੈਸੇ ਬੜਾ ਸਪਸ਼ਟ ਹੈ ਕਿ ਅਸੀਂ ਨੀਂਦ ਕਹਿੰਦੇ ਹਾਂ ਜਦੋਂ ਬੰਦਾ ਥੱਕਿਆ ਟੁੱਟਿਆ ਸਰੀਰਕ ਤੌਰ 'ਤੇ ਨਿਡਾਲਕ ਹੁੰਦਾ ਹੈ, ਅਤੇ ਉਹ ਕੋਈ ਸਮੇਂ ਵਾਸਤੇ ਇਉਂ ਸਮਝੋ ਕਿ ਪਰਮਾਤਮਾ ਨੇ ਇੱਕ ਦਾਤ ਹੀ ਦਿੱਤੀ ਹੈ ਨੀਂਦ, ਕਿ ਉਹ ਨੀਂਦ ਵਿੱਚ ਜਦੋਂ ਚਲਾ ਜਾਂਦਾ ਹੈ ਅਤੇ ਉਹਦੀ ਥਕਾਵਟ ਉਹਦੀ ਅਕਾਵਟ ਜਿਸ ਤਰ੍ਹਾਂ ਸਰੀਰ ਨਿਡਾਲੇ ਉਹ ਬਿਲਕੁਲ ਤਰੋ ਤਾਜ਼ਾ ਹੋ ਕੇ ਉੱਠਦਾ ਹੈ, ਇਹਨੂੰ ਵੀ ਆਪਾਂ ਨੀਂਦ ਕਹਿੰਦੇ ਹਾਂ ਜੀ। ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਤੋਂ ਅੱਗੇ ਇੱਕ ਬਚਨ ਕਿਹਾ ਹੈ, ਕਹਿੰਦੇ ਅਸਲ 'ਚ ਇੱਕ ਨੀਂਦ ਉਹ ਹੈ ਜਿਹੜੀ ਸਾਡੇ ਮਨ ਨੂੰ ਵਿਆਪਦੀ ਹੈ, ਅਤੇ ਨੀਂਦ ਵਿੱਚ ਬੰਦੇ ਨੂੰ ਪਤਾ ਨਹੀਂ ਲੱਗਦਾ ਛੇਤੀ ਕੀ ਹੋ ਰਿਹਾ ਕੀ ਬੋਲਿਆ ਜਾ ਰਿਹਾ ਹੈ। ਉਹ ਨੀਂਦ ਜਿਹੜੀ ਹੈ ਅੱਖਾਂ ਖੁੱਲੀਆਂ ਨੂੰ ਵਿਆਪਦੀ ਹੈ, ਉਹ ਨੀਂਦ ਸੁਣਦੇ ਕੰਨਾਂ ਨੂੰ ਵਿਆਪਦੀ ਹੈ, ਉਹ ਨੀਂਦ ਸੱਚ ਇਹ ਵੇ ਕਿ ਸੰਸਾਰ ਵਿੱਚ ਕੰਮ ਕਾਰ ਕਰਦੇ ਕੋਈ ਬੰਦੇ ਜਿਹਨੂੰ ਕੌਣ ਬਹੁਤ ਸਿਆਣਾ ਉਹ ਸਿਆਣੇ ਬੰਦੇ ਨੂੰ ਵਿਆਪ ਜਾਂਦੀ ਹੈ। ਨੀਂਦ ਇੱਕ ਤਰ੍ਹਾਂ ਦੀ ਨਹੀਂ, ਜਾਗਤ ਸੋਵਤ ਬਹੁ ਪ੍ਰਕਾਰ ਮਹਾਰਾਜ ਕਹਿੰਦੇ ਆ, ਕਈ ਤਰ੍ਹਾਂ ਦਾ ਜਾਗਣਾ ਕਈ ਤਰ੍ਹਾਂ ਦਾ ਸੌਣਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਆਓ ਦਰਸ਼ਨ ਕਰੀਏ। ਪਹਿਲੀ ਗੱਲ ਆ ਸਾਡੇ ਇੰਦਰੀਆਂ ਦੀ ਨੀਂਦ। ਅੱਗੇ ਮੈਂ ਬੇਨਤੀ ਕਰਾਂਗਾ ਅੱਠੇ ਪੈਰ ਜਪਣ ਲੱਗ ਪਵੇ ਜਿਹੜਾ, ਸੱਚ ਇਹ ਵੇ ਉਹਦੀ ਨੀਂਦ ਸੁੱਤੇ ਹੋਏ ਦੀ ਵੀ ਸਿਮਰਨ ਬਣ ਜਾਂਦੀ ਹੈ, ਉਹਦਾ ਸੁਪਨਾ ਵੀ ਸਿਮਰਨ ਬਣ ਜਾਂਦਾ ਹੈ। ਉਹ ਜਾਗਦਾ ਹੋਵੇ ਸੁੱਤਾ ਹੋਵੇ ਸਰੀਰਕ ਤੌਰ 'ਤੇ ਉਹਦਾ ਕੋਈ ਅਰਥ ਨਹੀਂ, ਸੱਚ ਇਹ ਵੇ ਕਿ ਜਿਹੜਾ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਉਹਦੇ ਨਾਮ 'ਚ ਭਿੱਜ ਗਿਆ ਉਹਦਾ ਸੌਣਾ ਅਤੇ ਜਾਗਣਾ ਦੋਨੋਂ ਹੀ ਕਬੂਲ ਹੋ ਜਾਂਦੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮਹਾਰਾਜ ਜੀ ਨੇ ਮਨ ਸੁੱਤੇ ਬਾਰੇ ਇੱਕ ਬਚਨ ਦਿੱਤਾ, ਸ਼ਬਦ ਤੁਹਾਨੂੰ ਸਭ ਨੂੰ ਚੇਤੇ ਹੈ ਜਿਹੜੇ ਪਾਠ ਕਰਦੇ ਹੋ। ਹੁਣ ਅੱਖਾਂ ਜਾਗਦੀਆਂ ਵੀ ਨੇ ਅਤੇ ਅੱਖਾਂ ਸੁੱਤੀਆਂ ਵੀ ਨੇ। ਗੁਰੂ ਸਾਹਿਬ ਦਾ ਬਚਨ ਹੈ ਕਿ ਇੱਕ ਇੱਕ ਇੰਦਰੇ ਨੂੰ ਨੀਂਦ ਕੈਸੀ ਹੈ। ਮਹਾਰਾਜ ਦਾ ਸ਼ਬਦ ਹੈ ਨੈਨੋ ਨੀਂਦ, ਸੁੱਤੜੇ ਅਸੰਖ, ਮਾਇਆ ਝੂਠੀ ਕਾਰਨੇ। ਇਹ 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 ਸਲੋਕ ਤੋਂ ਹੀ ਸ਼ੁਰੂ ਕਰਾਂਗੇ। ਮਹਾਰਾਜ ਸ਼ਬਦ ਵਰਦੇ ਆ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਜਿਨ੍ਹਾਂ ਨੂੰ ਇੱਕ ਇਹ ਬਿਮਾਰੀ ਲੱਗ ਗਈ ਪ੍ਰਾਈ ਦ੍ਰਿਸ਼ਟ ਦੀ। ਇਹਦਾ ਮਤਲਬ ਭਾਵੇਂ ਉਹ ਧਨ ਹੋਵੇ, ਭਾਵੇਂ ਉਹ ਤਨ ਹੋਵੇ, ਭਾਵੇਂ ਉਹ ਐਸ਼ਵਰਜ ਹੋ ਜਾਏ, ਜਿਸ ਨੂੰ ਇਸ ਅੱਖਾਂ ਦੇ ਪਰਾਏ ਤਨ ਧਨ ਦੀ ਅੰਦਰੋਂ ਲਲਕ ਲੱਗ ਜਾਏ, ਗੁਰੂ ਸਾਹਿਬ ਕਹਿੰਦੇ ਸੱਚ ਇਹ ਵੇ ਉਹਦੀਆਂ ਅੱਖਾਂ ਖੁੱਲੀਆਂ ਖੋਈਆਂ ਵੀ ਨੀਂਦ ਵਿੱਚ ਨੇ, ਉਹ ਸੁੱਤਾ ਹੋਇਆ ਕੁਝ ਨਹੀਂ ਖੱਟ ਰਿਹਾ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ,
ਸਰਵਣ ਸੋਏ ਸੁਣ ਨਿੰਦ ਵਿਚਾਰ, ਕੰਨ ਸੁਣਦੇ ਪਏ ਆ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਕੰਨ ਵੀ ਸੌ ਗਏ। ਕਦੋਂ? ਜਦੋਂ ਇਹਨਾਂ ਕੰਨਾਂ ਦੇ ਵਿੱਚ ਦੂਸਰੇ ਦੀ ਨਿੰਦਿਆ, ਚੁਗਲੀ, ਦਵੈਸ਼, ਫਿੱਕੇ ਬੋਲ ਪੈਂਦੇ ਆ ਉਦੋਂ ਕੰਨ ਸੁੱਤੇ ਆ। ਜਦੋਂ ਅੱਖਾਂ ਪਰਾਏ ਰੂਪ ਵਿੱਚ ਪ੍ਰਵਿਰਤ ਨੇ ਸੱਚ ਉਦੋਂ ਬੰਦੇ ਦੇ ਨੇਤਰ ਸੁੱਤੇ ਆ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਦੋਨੋਂ ਸੌਂ ਗਏ। ਅਤੇ ਮਹਾਰਾਜ ਕਹਿੰਦੇ ਨੇ ਰਸਨਾ ਸੋਈ ਲੋਭ ਮਿੱਠਾ ਸਵਾਦ, ਧਿਆਨ ਦਿਆ ਜੇ ਇਹ ਜ਼ਬਾਨ ਭਾਵੇਂ ਬੋਲਦੀ ਹੈ ਪਦਾਰਥ ਸ਼ਕਰੀ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਅਸਲ 'ਚ ਬੰਦੇ ਦੀ ਜ਼ਬਾਨ ਵੀ ਸੌ ਗਈ ਜਦੋਂ ਇਹ ਲਾਲਚ ਦੇ ਰਸ ਦੇ ਵਿੱਚ ਖਚਤ ਹੋ ਗਈ ਹੈ। ਪਦਾਰਥਕ ਰਸ ਵਿੱਚ ਖਚਤ ਹੋਈ ਜ਼ਬਾਨ, ਇਹਨੂੰ ਵੀ ਨੀਂਦ ਆ ਗਈ। ਅਤੇ ਇਹ ਅਸੰਖਾਂ ਸੁੱਤੇ ਨੇ ਕੁਝ ਨੀਂਦ 'ਚ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠਾ ਸਵਾਦ, ਇਹ ਤਿੰਨੇ ਸੌ ਗਏ। ਫਿਰ ਅਰਜ਼ ਕਰਾਂਗਾ, ਇੱਥੇ ਨੇਤਰ, ਕੰਨ ਅਤੇ ਜ਼ਬਾਨ ਤਿੰਨਾਂ ਦਾ ਜ਼ਿਕਰ ਕੀਤਾ ਜੀ ਇਸ ਸ਼ਬਦ 'ਚ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠਾ ਸਵਾਦ। ਅਤੇ ਅਗਲਾ ਸ਼ਬਦ ਮਹਾਰਾਜ ਜੀ ਨੇ ਵਰਤਿਆ, ਮਨ ਸੋਇਆ ਮਾਇਆ ਬਿਸਮਾਦ, ਸੁੱਤੜੇ ਅਸੰਖ ਮਾਇਆ ਝੂਠੀ ਕਾਰਨ। ਮਨ ਸੋਇਆ ਮਾਇਆ ਬਿਸਮਾਦ, ਆਪ ਜੀ ਨੂੰ ਪਿਛਲੇ ਸਾਲਾਂ 'ਚ ਇੱਕ ਮੈਂ ਅਰਜ਼ ਕੀਤੀ ਸੀ ਕਿ ਅਸਲ ਸਾਡੇ ਮਨ ਦੀ ਜਿਹੜੀ ਭਟਕਣਾ ਹੈ, ਹਕੀਕਤ ਇਹ ਵੇ ਕਿ ਸਾਡੇ ਅੰਦਰ ਦਾ ਮਨ ਤਿੰਨ ਗਿਆਨ ਇੰਦਰੇ ਜੇ ਇਹਨੂੰ ਕੁਰਾਏ ਪਾ ਦੇਣ ਇਹ ਭਟਕਣਾ ਵੀ ਚਲਾ ਜਾਂਦਾ ਹੈ। ਜੇ ਤਿੰਨ ਗਿਆਨ ਇੰਦਰੇ ਕਿਤੇ ਸਹੀ ਰਸਤੇ 'ਤੇ ਚੱਲ ਪੈਣ, ਇਹੀ ਮਨ ਜਿਹੜਾ ਪੂਰਨ ਟਿਕਾ ਵਿੱਚ ਆ ਜਾਂਦਾ ਹੈ। ਸੁਣਿਓ, ਅਤੇ ਪੰਜ ਗਿਆਨ ਇੰਦਰੇ ਅਸੀਂ ਕਹਿੰਦੇ ਹਾਂ ਨਾ ਜੀ, ਅੱਖਾਂ, ਕੰਨ ਅਤੇ ਜੀਭ, ਕਿਉਂਕਿ ਮੂੰਹ ਜਿਹੜਾ ਉਹ ਗਿਆਨ ਇੰਦਰਾ ਨਹੀਂ, ਉਹ ਕਰਮ ਇੰਦਰਾ ਹੈ। ਅੱਖਾਂ ਗਿਆਨ ਇੰਦਰਾ ਨੇ, ਕੰਨ ਗਿਆਨ ਇੰਦਰਾ ਨੇ, ਜੀਭ ਸਾਡੀ ਗਿਆਨ ਇੰਦਰਾ ਹੈ, ਚੌਥਾ ਗਿਆਨ ਇੰਦਰਾ ਸਾਡੇ ਸਰੀਰ ਦਾ ਨੱਕ ਹੈ, ਅਤੇ ਪੰਜਵਾਂ ਗਿਆਨ ਇੰਦਰਾ ਸਾਡੀ ਸਕਿਨ ਹੈ। ਜਿਹੜੇ ਆਪ ਜੀ ਸਹਿਜ ਪਾਠ ਕਰਦੇ ਹੋ, ਆਪ ਜੀ ਦੇਖਿਓ ਕਿ ਗੁਰੂ ਸਾਹਿਬ ਜੀ ਨੇ ਜ਼ਿਆਦਾ ਕਿਤੇ ਨੱਕ ਇਕੱਲੇ ਨੂੰ ਸੰਬੋਧਨ ਨਹੀਂ ਕੀਤਾ ਜ਼ਿਆਦਾ, ਅਤੇ ਇਕੱਲੀ ਇਸ ਚਮੜੀ ਤੁਚਾ ਨੂੰ ਵੀ ਸੰਬੋਧਨ ਨਹੀਂ ਕੀਤਾ। ਜਦੋਂ ਆਪ ਜੀ ਪਾਠ ਕਰੋਗੇ, ਗੁਰੂ ਸਾਹਿਬ ਮਨ ਦੇ ਟਿਕਾ ਲਈ ਜਾਂ ਆਤਮਕ ਗਿਆਨ ਲਈ ਜੇ ਕਿਤੇ ਝਿੜਕ ਵੀ ਮਾਰਨਗੇ ਅਤੇ ਜੇ ਕਿਤੇ ਰੱਤੇ ਹੋਣ ਦੀ ਗੱਲ ਕਰਨਗੇ, ਉਹ ਸਿਰਫ ਤਿੰਨ ਗਿਆਨ ਇੰਦਰੀਆਂ ਦੀ ਗੱਲ ਕਰਨਗੇ, ਇੱਕ ਜੀਭ ਦੀ, ਦੂਸਰੀਆਂ ਅੱਖਾਂ ਦੀ ਅਤੇ ਤੀਸਰੀ ਆਪਣੇ ਕੰਨਾਂ ਦੀ। ਸੁਣੋ ਇਸ ਬੇਨਤੀ ਨੂੰ ਫਿਰ, ਜਦੋਂ ਆਤਮਕ ਤੋਟਾ ਵੀ ਪੈਂਦਾ ਹੈ, ਮੰਨ ਲਓ ਬਣੀ ਕੋਈ ਅਵਸਥਾ ਤੋਂ ਬੰਦੇ ਥੱਲੇ ਆਉਂਦੇ ਆ, ਇਹ 'ਚ ਬਿਲਕੁਲ ਕੋਈ ਦੋ ਰਾਵਾਂ ਨਹੀਂ ਕਿ ਬੰਦੇ ਸ਼ਿਖਰ 'ਤੇ ਚੜ੍ਹੇ ਖੋਏ ਵੀ ਡਿੱਗ ਪੈਂਦੇ ਆ। ਗੁਰੂ ਗ੍ਰੰਥ ਸਾਹਿਬ ਮੁਤਾਬਕ ਜੇ ਆਪਣੀ ਪੜਚੋਲ ਕਰਨ, ਸਵੈ ਪੜਚੋਲ ਕਰਨ ਵੀ ਮੇਰਾ ਮਨ ਕਿਉਂ ਬੇਰਸਾ ਹੋ ਗਿਆ, ਬਾਣੀ ਨਹੀਂ ਮੈਂ ਸ਼ਬਦ ਵਰਤਿਆ, ਮੇਰਾ ਮਨ ਕਿਉਂ ਫਿੱਕਾ ਹੋ ਗਿਆ, ਕਿਉਂ ਖੁਸ਼ਕ ਹੋ ਗਿਆ, ਕਿਉਂ ਸੋਕਾ ਪੈ ਗਿਆ। ਅਤੇ ਫਿਰ ਬੰਦਾ ਕਹਿੰਦਾ ਮੈਂ ਪਹਿਲਾਂ ਜਦੋਂ ਪਾਠ ਕਰਦਾ ਸਾਂ, ਬਾਣੀ ਪੜ੍ਹਦਾ ਸਾਂ, ਸੰਗਤ ਵੀ ਜਾਂਦਾ ਸਾਂ, ਕੀਰਤਨ ਸੁਣਦਾ ਸਾਂ, ਸੱਚ ਇਹ ਵੇ ਮੈਂ ਹਰ ਵਕਤ ਰਸ ਵਿੱਚ ਹੀ ਰਹਿੰਦਾ ਸਾਂ, ਪਤਾ ਨਹੀਂ ਇਹ ਸਭ ਕੁਝ ਗਵਾਚ ਗਿਆ। ਗੁਰੂ ਅਰਜਨ ਦੇਵ ਕਹਿੰਦੇ ਬਸ ਇੱਕ ਗੱਲ, ਆਪਣੀ ਪੜਚੋਲ, ਆਪਣੀ ਇੰਸਪੈਕਸ਼ਨ ਖੁਦ ਕਰ, ਇਹਦਾ ਕਾਰਨ ਸਿਰਫ ਤੇਰੇ ਤਿੰਨ ਗਿਆਨ ਇੰਦਰੇ ਨੇ, ਤੂੰ ਚੇਤੇ ਕਰ, ਤੇਰੀਆਂ ਅੱਖਾਂ ਬਾਹਰ ਮੁਖੀ ਪ੍ਰਵਿਰਤ ਹੋਈਆਂ, ਤੇਰੇ ਅੰਦਰ ਦਾ ਰਸ ਮਰਿਆ, ਤੇਰੇ ਕੰਨ ਬਾਹਰ ਮੁਖੀ ਪ੍ਰਵਿਰਤ ਹੋਏ, ਤੇਰੇ ਅੰਦਰ ਦਾ ਰਸ ਫਿੱਕਾ ਪੈ ਗਿਆ। ਆਪ ਜੀ ਪਾਠ ਕਰੋ ਫੁਨੇ ਦਾ ਕਿ ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ। ਮੈਂ ਸਿਰਫ ਅਰਜ਼ ਕਰਨ ਲੱਗਾ, ਇਹ ਤਿੰਨ ਹੀ ਨੇ ਜਿਹੜੇ ਬਹੁਤ ਜ਼ਿਆਦਾ ਭਟਕਣਾ ਖੜੀ ਕਰੀ ਬੈਠੇ। ਮਨੋਵਿਗਿਆਨਕ ਵੀ ਕਹਿੰਦੇ ਨੇ ਜੀ ਇਹ ਤਿੰਨ ਹੀ ਗਿਆਨ ਇੰਦਰੇ ਆ, ਬਸ ਨੱਕ ਵਿਚਾਰੇ ਦਾ ਕਿੰਨਾ ਕੋਈ ਦੋਸ਼, ਤੁਚਾ ਦਾ ਕੀ। ਹੁਣ ਸਾਜ਼ੂਰ ਨੇ ਉੱਤੇ ਸ਼ਬਦ ਵਰਤੇ, ਨੈਣ ਨਾ ਦੇਖੈ ਸਾਧ ਸੇ ਨੈਣ ਬਿਖਾਲਿਆ, ਕਰਨ ਨਾ ਸੁਣਗੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟੀਐ, ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਐ। ਉੱਥੇ ਢੈਂਦੀ ਕਲਾ ਦੀ ਗੱਲ ਹੈ, ਢੈਂਦੀ ਕਲਾ ਦਾ ਮਤਲਬ ਸੁਰਤ ਢੈਂਦੀ ਕਲਾ ਜਾਂਦੀ ਪਈ। ਮਹਾਰਾਜ ਕਹਿੰਦੇ ਨੇ ਅੱਖਾਂ ਜਿਨ੍ਹਾਂ ਨੇ ਗੁਰੂ ਦੇ ਦੀਦਾਰ ਨਹੀਂ ਪਾਏ ਉਹ ਬਿਹਾਲ ਨੇ, ਜਿਨ੍ਹਾਂ ਕੰਨਾਂ ਨੇ ਸ਼ਬਦ ਨਹੀਂ ਸੁਣਿਆ ਉਸ ਉਹਦੇ ਅੰਦਰ ਸਿੱਕਾ ਢਾਲ ਕੇ ਬੰਦ ਕਰ ਦੇ, ਜਿਸ ਰਸਨਾ ਨੇ ਪਰਮਾਤਮਾ ਨੂੰ ਜਪਿਆ ਨਹੀਂ
तिल तिल करके कट दे। मैं सिर्फ इन्नी कु गल ही पढ़ के पाठ है, इहदा मतलब गुरु जी तिन्ना ते जोर दे रहे आ कि तेनूं नींद विच ले जाण वास्ते तिन ही ज्ञान इंद्री कुराए पै गए। इत्थे महाराज कहिंदे ने कि हर हां जब बिसरै गोबिंद राय दिनों दिन घटिए। होर थोड़ा जा आपां देखिए जी, मैं सिर्फ जो बाणी असीं रोज पढ़ने आ, आप जी देखो जदों आनंद साहिब जी का पाठ करदे हो इस विच दो पौड़ियां मुकम्मल शरीर नूं संबोधन कीतियां। एक पौड़ी विच कहे भी तू आया किस करके है, किवें आ गया तू। उस विच बाबा जी ने बख्शिश कीती कि ए शरीरा मेरिया खर तुम मैं जोत रखी तां तू जग में आया। तू तां है, ए पिंड तां चलिया जे विच जियो है, जे जियो ना हुंदा इस पिंड नूं किन्ने पुछना सी। एक बचने कीता, दूजा सीधा संबोधन कीता कि ए शरीरा मेरिया इस जग में आए कै क्या तुद कर्म कमाया। पर आप जी देखो हालांकि नौ दरवाजिया का जिक्र किया आनंद साहब च कि हर जियो गुफा अंदर रख है वाजा पौन वजाया वजाया वाजा पौन नौ द्वारे प्रगट किए दसवां गुप्त रखाया। पर नौ दरवाजिया की गल करद होया भी जदों एक एक ज्ञान इंद्रे की गल चली तो गुरमुखो उत्थे तिना सिर्फ मुखातब किया, ए रसना तो अनरस राच रही तेरी प्यास ना जाए। दूसरा बचन किया, ए सरवण हो मेरे हो सच है सुनना नो पठा। एक एक तोका पा लै रहे हैं, इहदा मतलब रसना ज्ञान इंद्र है, सरवण जिहड़े कन ने वह ज्ञान इंद्रा ने। तीसरा महाराज जी ने बचन किया, ए नेत्रो मेरे हो हर तुम मैं जोत धरी हर बिन अवर न देखो कोई। दास इस करके बेनती करता है जिहड़ा मन का सौना है। गुरु ग्रंथ साहिब मुताबक ये तीन ज्ञान इंद्रे ऐसे ने कि जेडे मन नूं सवान दे विच भी सहायता करदे आ ते गुरमुख मन नूं जगान दे विच भी सहायता करदे आ। महाराज ने तीन ही शब्द वरते कि नैनू नींद पर दृष्ट विकार सरवण सोए सो निंद विचार रसना सोई लोभ मीठा स्वाद। इत्थे भी गुरु जी ने तिना का ते सुखमनी साहिब की बाणी च चलो एक एक पद आप पढ़ लीए। उस विच भी अंदर की निर्मलताई लई गुरु जी ने सिर्फ तीन ज्ञान इंद्रिया की गल की। उस विच सी एक मिथ्या नाही रसना परश मन में प्रीत निरंजन दर्श। रसना ज्ञान इंद्रा है, पर तिरिया रूप ना पेख है नेत्र साध की टैल संत संग खेत नेत्र ज्ञान इंद्रा है। करना सुने काहू की निंदा सब ते जाने आपस को मंदा। गुरमुखो उत्थे भी गुरदेव ने तिन्ना नू वरतिया ते नाल शब्द वरतिया करना सुने काहू की निंदा सब ते जाने आपस को मंदा। जे तीन काबू आ गए ना उत्थे नक का जिक्र किया ना स्तुचा का किया सकिन का जिक्र नहीं किया। महाराज शब्द वरते अगे कि करना सुने काहू की निंदा सब ते जाने आपस को मंदा। गुर प्रसाद बिख्या पर हरै मन की बासना मन ते टरै। मैं सिर्फ अर्ज कर लगा भाई मन का सौना की है। सच एवे उत्थे तीन ज्ञान इंद्रे ने जड़े मन नूं सवांदे पैन नैनो नींद पर दृष्ट विकार सरवण सोए सुन निंद विचार रसना सोई लोभ मीठा स्वाद मन सोया माया विस्माद। इस ग्रह में कुछ जागत रहे साबत वस्त ओ अपनी लहे सगल सखेरी अपने रसमाती ग्रह अपने की खबर ना जाती। ये इंद्रियां अपने अपने रस विच मस्त ने। सचमुच ये अंदर सुत्ता होया है, सुते हुए अंदर नू शब्द बाणी मिठा कदी नहीं लगता। हुण ये सुते हुए मन नू जगा कौन सकता है। फिर बेनती सुनो, माया दी नींद सौ गया, हुण एक ओ सुता है जिहड़ा अठे पैर ही कलपी जांदा है, एक ओ सुता है जिहड़ा अठे पैर च नाम जुड़िया उहदा जागना भी प्रवान है ते उहदा सौना भी प्रवान है। गुरु साहिब जी ने बाणी च बख्शिश की, मन नू जगाण वास्ते बेअंत शब्द हजूर ने उचारण किए। हालांकि कई वारी अग्ञानता भी बंदे दे मन नू सवा देंदी है। एक पौड़ी असी पढ़ने महाराज दी, सिमरत शास्त्र पुन पाप विचार दे तत्तै सार ना जानी, तत्तै सार ना जानी गुरु बाजो तत्तै सार ना जानी, तीह गुणी संसार भ्रम सुता सुत्या रहन विखाणी।
ਉਹ ਜਿਹੜੀ ਆ ਕਥਾ ਕਹਾਣੀਆਂ ਨੇ ਉਹ ਵੀ ਇਹਨੂੰ ਗੂੜੀ ਨੀਂਦ ਸਵਾ ਗਈਆਂ। ਇਹ ਪਾਪ ਤੇ ਪੁੰਨ ਦੀ ਵਿਚਾਰ ਕਰਦਾ ਰਿਹਾ, ਇਹਨੇ ਤਤ ਵਸਤੂ ਨਾਮ ਦੀ, ਸਿਮਰਨ ਦੀ, ਆਤਮਾ ਦੀ ਉਹ ਗੱਲ ਕੋਈ ਨਾ ਕੀਤੀ, ਆਹ ਚੰਗਾ ਆਹ ਮੰਦਾ, ਆਹ ਮਰਿਆਦਾ ਠੀਕ ਆਹ ਗਲਤ। ਬਾਬਾ ਜੀ ਕਹਿੰਦੇ ਸਾਰੀ ਜ਼ਿੰਦਗੀ ਸਿਰਫ ਵਰ ਅਤੇ ਸ਼ਰਾਬ, ਸੱਤ ਅਤੇ ਝੂਠ, ਇਉਂ ਕਹਿ ਲਓ ਪਾਪ ਅਤੇ ਪੁੰਨ ਦਾ ਢੋਲ ਮਾਰੀ ਗਿਆ। ਜਿਸ ਤੱਤ ਵਸਤੂ ਲਿਆਇਆ ਉਹਦਾ ਕਦੀ ਜ਼ਿਕਰ ਹੀ ਨਹੀਂ ਕੀਤਾ, ਪਰ ਤੱਤ ਵਸਤੂ ਦੀ ਸਮਝ ਗੁਰੂ ਤੋਂ ਬਿਨਾਂ ਨਹੀਂ ਪੈ ਸਕਦੀ। ਹਜ਼ੂਰ ਕਹਿੰਦੇ ਨੇ ਇੱਕ ਗੱਲ ਤਾਂ ਸੁੱਤੇ ਹੋਏ ਨੂੰ ਜੇ ਜਗਾ ਸਕਦਾ ਤਾਂ ਕੇਵਲ ਗੁਰੂ, ਗੁਰੂ ਤੋਂ ਬਿਨਾਂ ਇਹ ਜਾਗ ਹੀ ਨਹੀਂ ਸਕਦਾ। ਤੀਹ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇਜਣ ਜਾਗੈ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਗੁਰੂ ਕਿਰਪਾ ਤੋਂ ਬਿਨਾਂ ਇਹ ਮਨ ਕਿਵੇਂ ਜਾਗੇਗਾ। ਇੱਥੇ ਮੈਂ ਇੱਕ ਉਦਾਹਰਨ ਆਪ ਜੀ ਨੂੰ ਦੇ ਦਿੰਦਾ। ਮੈਨੂੰ ਪਤਾ ਡਾਕਟਰ ਬਲਬੀਰ ਸਿੰਘ, ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਭਰਾਤਾ, ਉਹਨਾਂ ਤੋਂ 21 ਸਾਲ ਛੋਟੇ ਸਨ। ਲੰਡਨ PhD ਕੀਤੀ ਸੀ ਇਹਨਾਂ ਨੇ, ਅਤੇ ਉਹਨਾਂ ਦੀਆਂ ਕੁਛ ਕਿਤਾਬਾਂ ਨੇ, ਨਿਰੁਕਤ ਸ਼ੁਰੂ ਕੀਤਾ ਉਹ ਮੁਕੰਮਲ ਨਹੀਂ ਕਰ ਸਕੇ, ਇੱਕ ਸ਼ੁੱਧ ਸਰੂਪ, ਇੱਕ ਲੰਮੀ ਨਜ਼ਰ ਅਤੇ ਇੱਕ ਛੋਟੀ ਜਿਹੀ ਕਿਤਾਬ ਹੈ, ਬਹੁਤ ਬਰੀਕ ਅਕਲ ਨਾਲ ਪੜ੍ਹਨ ਵਾਲੀ, ਸੁਰਤ ਸ਼ਬਦ ਦੀ ਵਿਚਾਰ ਬਾਰੇ। ਉਸ ਵਿੱਚ ਜਿਹੜੀ ਉਹਨਾਂ ਲੰਮੀ ਨਜ਼ਰ ਪੁਸਤਕ ਲਿਖੀ ਹੈ, ਉਸ ਵਿੱਚ ਸੁੱਤੇ ਨੂੰ ਜਗਾਉਣ ਦੀ ਇੱਕ ਉਦਾਹਰਨ ਦਿੱਤੀ ਹੈ, ਸ਼ਾਇਦ ਆਪਨੇ ਪਹਿਲਾਂ ਸੁਣੀ ਹੋਵੇ। ਉਹ ਕਹਿੰਦੇ ਨੇ ਹਜ਼ਾਰ ਕੁ ਸਾਲ ਪਹਿਲਾਂ, ਅਤੇ ਜਿਸ ਗ੍ਰੰਥ ਵਿੱਚੋਂ ਉਹਨਾਂ ਨੇ ਉਦਾਹਰਨ ਲਈ, ਉਸ ਗ੍ਰੰਥ ਦਾ ਨਾਮ ਹੈ ਤਾਰੀਖ ਅਲ ਹੁਕਮਾ। ਉਸ ਵਿੱਚ ਉਹ ਕਹਿੰਦੇ ਨੇ ਕਿ ਹਜ਼ਾਰ ਕੁ ਸਾਲ ਪਹਿਲਾਂ ਜਦੋਂ ਕਿਤਾਬ ਲਿਖ ਰਹੇ ਆ ਕਿ ਇੱਕ ਆਦਮੀ ਬਹੁਤ ਸਿਆਣਾ ਹੋਇਆ, ਉਸ ਦਾ ਅਰਬ ਵਿੱਚ ਹੋਇਆ, ਉਹਦਾ ਨਾਮ ਸੀ ਅਸਲ 'ਚ ਆਬੂ ਨਸਰ, ਅਤੇ ਉਹ ਰਹਿਣ ਵਾਲਾ ਸੀ ਫਰਾਬ ਸ਼ਹਿਰ ਦਾ। ਥੋੜ੍ਹੀ ਜਿਹੀ ਮੈਂ ਬੇਨਤੀ, ਕਿਉਂਕਿ ਮੈਨੂੰ ਪਤਾ ਹੈ ਮੈਂ ਲਗਾਤਾਰ ਜੇ ਪ੍ਰਮਾਣ ਦਿਆਂਗਾ ਫਿਰ ਵੀ ਸਮਝ ਜੇ ਨਹੀਂ ਪੈਂਦੀ ਉਕਤਾਈਏ ਨਾ। ਉਹਦਾ ਨਾਮ ਸੀ ਅਬੂ ਨਸਰ, ਫਰਾਬ ਸ਼ਹਿਰ ਦਾ ਰਹਿਣ ਵਾਲਾ ਸੀ, ਅਤੇ ਉਹ ਬੰਦਾ ਇੰਨਾ ਗੁਣੀ ਸੀ, ਉਹ ਫਿਲਾਸਫਰ ਸੀ ਜੀ, ਉਹ ਰਾਗੀ ਸੀ, ਗਵੱਈਆ ਸੀ ਕਮਾਲ ਦਾ, ਉਹ ਸਜੰਦਾ ਸੀ ਬੜੇ ਕਮਾਲ ਦਾ, ਇਹ ਸਾਰੇ ਹੁਨਰ ਉਹਦੇ ਕੋਲ ਸਨ। ਪਰ ਸਾਰੇ ਹੁਨਰ ਹੋਣ ਦੇ ਬਾਵਜੂਦ ਇੱਕ ਉਹਦੇ ਕੋਲ ਜਿਹੜਾ ਕਮਾਲ ਦੀ ਗੱਲ ਸੀ, ਉਹ ਬੰਦਾ ਹਮੇਸ਼ਾ ਸਾਦੇਪਣ 'ਚ ਜ਼ਿੰਦਗੀ ਜਿੰਦਾ ਸੀ, ਅਬੂ ਨਸਰ। ਇਹਨੂੰ ਹਕੀਮ ਫਰਾਬੀ ਕਹਿੰਦੇ ਸਨ। ਜੋ ਵਜ਼ੀਫਾ ਇਹਨੂੰ ਮਿਲਦਾ ਸੀ, ਉਸ ਵਜ਼ੀਫੇ ਦੇ ਵਿੱਚੋਂ ਆਪਣੇ ਤਨ ਨਿਰਬਾਹ ਮਾਤਰ ਇਹਨੇ ਕੁਝ ਰੱਖਣਾ, ਬਾਕੀ ਲੋੜਵੰਦਾਂ ਵਿੱਚ ਵੰਡ ਦਿੰਦਾ ਸੀ। ਗਾਉਂਦਾ ਬੜਾ ਸੋਹਣਾ ਸੀ, ਸਾਜ਼ ਬੜੇ ਕਮਾਲ ਦਾ ਵਜਾਉਣਾ, ਗੱਲ ਕਰਨੀ ਬੜੇ ਟਿਕਾਣੇ ਦੀ, ਲੋਕ ਇਹਨੂੰ ਮਿਲਣਾ ਚਾਹੁੰਦੇ ਸਨ। ਪਰ ਇਹ ਗੱਲ ਸੀ, ਇਹ ਲੱਜਿਆ ਬਹੁਤ ਕਰਦਾ ਸੀ, ਅਮੀਰ ਬੰਦੇ ਨੂੰ ਮਿਲ ਤੋਂ ਕੰਨੀ ਕਤਰਾਣੀ। ਇੱਕ ਵਾਰ ਇੱਕ ਅਮੀਰ ਬੰਦਾ ਇਲਮ ਦੋਸਤ ਦਾ ਮਤਲਬ ਕਿ ਇਲਮ ਨੂੰ ਪਿਆਰ ਕਰਨ ਵਾਲਾ, ਉਹ ਚਾਹੁੰਦਾ ਹਕੀਮ ਫਰਾਬੀ ਕਿਸੇ ਤਰੀਕੇ ਦੇ ਨਾਲ ਮੈਨੂੰ ਇੱਕ ਵਾਰੀ ਮਿਲੇ, ਮੈਂ ਇਹਦੇ ਤੋਂ ਕੁਝ ਪੁੱਛਣਾ ਚਾਹੁੰਦਾ, ਸੁਣਨਾ ਚਾਹੁੰਦਾ। ਬੜੇ ਯਤਨ ਕੀਤੇ, ਉਹ ਮਿਲਿਆ ਨਹੀਂ। ਇੱਕ ਦਿਨ ਉਸ ਅਮੀਰ ਬੰਦੇ ਦੇ ਘਰ ਵਿੱਚ ਮਹਿਫਲ ਸੱਜੀ ਸੀ, ਉਹਨੇ ਕੱਪੜੇ ਸਾਧ ਮੁਰਾਦੇ ਜੇ ਪਾਏ ਅਬੂ ਨਸਰ ਨੇ, ਅਤੇ ਸੱਚ ਇਹ ਜੇ ਜਿੰਨੀ ਮਰਜ਼ੀ ਤਰੱਕੀ ਦੀ ਗੱਲ ਕਰੋ, ਅੱਜ ਵੀ ਕੋਈ ਟਾਵਾਂ ਟਾਵਾਂ ਜਿਹੜੇ ਲੀਰਾਂ ਵਿੱਚ ਰਤਨ ਨੂੰ ਪਹਿਚਾਣਦੇ ਨੇ, ਸੱਚ ਮੁੱਚੇ ਅੱਜ ਵੀ ਕੱਚ ਜਿਹੜਾ ਕੀਮਤੀ ਕੱਪੜਿਆਂ 'ਚ ਲਪੇਟ ਦੋ, ਉਸ ਕੱਚ ਦੀ ਕੀਮਤ ਪੈ ਜਾਂਦੀ ਹੈ, ਲੀਰਾਂ ਵਿੱਚ ਪਏ ਹੋਏ ਹੀਰੇ ਦੀ ਨਹੀਂ। ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ ਗੁਰਦਾਸ ਜੀ ਨੇ, ਉਹ ਕਹਿੰਦੇ ਨੇ ਬਨਾਰਸ ਵਿੱਚ ਉਹਨਾਂ ਲੋਕਾਂ ਬੇਸਮਝਾਂ ਨੂੰ ਸਮਝ ਨਹੀਂ ਕਿ ਰਵਿਦਾਸ ਉਹ ਵੇ ਜਿਹੜਾ ਲੀਰਾਂ ਦੇ ਵਿੱਚ ਲਪੇਟਿਆ ਹੋਇਆ ਕੀਮਤੀ ਰਤਨ ਹੈ। ਸਭ ਨੂੰ ਨਹੀਂ ਪਤਾ, ਉਹ ਇੱਕ ਬਚਨ ਹੁੰਦਾ, ਭਗਤ ਭਗਤ ਜਗ ਵੱਜਿਆ ਚੌ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢਾ ਰਾਹ ਵਿੱਚ ਕੁਲਾ ਧਰਮ ਟੋਏ ਢੋਰ ਸਮੇਟਾ, ਜੌਂਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ। ਚੀਥੜੇ ਦਾ ਆਪ ਸ਼ਬਦ ਜਾਣਦੇ ਹੋ, ਮੈਲੇ ਕੱਪੜੇ, ਪੁਰਾਣੇ ਕੱਪੜਿਆਂ 'ਚ ਹੀਰਾ ਲਪੇਟਿਆ। ਬਖਸ਼ ਦਿਆ ਜੇ, ਅੱਜ ਵੀ ਯਾਦ ਰੱਖਿਓ, ਬਾਹਰ ਦੇ ਕੱਪੜੇ ਲੋਕਾਂ ਨੂੰ ਬਹੁਤ ਛੇਤੀ ਪ੍ਰਭਾਵਿਤ ਕਰਦੇ ਆ, ਗੁਣ ਦੀ ਸਾਂਝ ਕਰਨ ਵਾਲਾ ਕੋਈ ਟਾਵਾਂ ਟਾਵਾਂ ਹੁੰਦਾ ਹੈ। ਬਾਬਾ ਜੀ ਨੇ ਦੋਨੋਂ ਬਚਨ ਕਹਿ ਬਾਣੀ 'ਚ, ਮੈਂ ਵਾਰ ਵਾਰ ਆਪ ਜੀ ਨੂੰ ਬੇਨਤੀ ਕਰਨਾ ਹੁੰਦਾ, ਜੇ ਧੜੇ 'ਚ ਉਲਾਰੂ ਹੋ ਕੇ ਇੱਕ ਪਾਸੜ ਹੋ ਕੇ ਬਾਣੀ ਪੜ੍ਹੋਗੇ, ਖਿਮਾ ਕਰਿਓ ਤੱਤ ਨਹੀਂ ਜੇ ਮਿਲਣਾ। ਜੇ ਗੁਰੂ ਦੇ ਸ਼ਬਦ ਦੀ ਐਨਕ ਲਾ ਕੇ ਜਿਸ ਕੰਸੈਪਟ ਵਿੱਚ ਗੱਲ ਕਹੀ ਗਈ ਹੈ,
जे उस ढंग नाल पढ़ांगे सानू हर उत्तर मिलेगा। एक खिन विचों मैं निकल के बिन आसा की वार असी पढ़ने, पिछले दिन भी बहुत आप उदाहरण लईआं, उस विच दो बचन ने, एक परपंचक है एक असलीयत है। पखंड पिछे असलीयत नूं निंदो ना, ते इन्हां अंधविश्वासी ना किते हो जाए कि पखंड तैनूं रोड़ के लै जाए। गुरु साहब जी ने एक शब्द वरत्या है, महारे सच्चे पातशाह जी की बाणी सुनियो, बेनतो बेनती प्यारियो, अंदरों झूठे पैज बार। हुण इत्थे देखो ते कपड़ा काम कर रहा है, अंदर झूठ है बाहर केवल अडंबर है, अंदरों झूठे पैज बार, दुनिया अंदर फैल, पूरा अपना नैटवर्क पूरा बनाया प्यार, दुनिया अंदर फैल, 68 तीर्थ जे नावें उतरे ना ही मैल। अंदर झूठ बार पखंड है, कपड़ा है सब कुछ लिशक पुशक है, जे ओ बंदे 68 तीर्थां ते जा के नहा लैन ते उन्हां दे अंदर दी मैल नहीं उतर सकती। हुण आपां इस सलोक नूं पढ़ के इन्ना कहीए जी सब मैले सब झूठे, अगे महाराज फिर बचन करदे आ, 68 तीर्थ जे नावें उतरै ना ही मैल। हुण अगला बचन, जिन पट अंदर बाहर गुदड़, अंदर रेशम कहे सच मरिया नहीं। तो मैं एक बेनती करना हूं ना, अपने बाबा तेजा सिंह हुणी एक शब्द कहिंदे हुंदे सन डबल एम ए, वो कहिंदे सन, मैं एक बार तुहानूं कहा सी कि कदी भी गुरु की हजूरी च की यह शब्द जबान तो मत वरतो, अज कोई सिख नहीं कोई गुरमुख नहीं। वो कहिंदे ने जिस कॉलेज विच उस्ताद पढ़ाण वाला लायक है कदी हो ही नहीं सकता उस कॉलेज दे विच कोई लायक विद्यार्थी ना होवे। गुरु ग्रंथ साहिब समर्थ ने ना, पर यह गल वक्री भी मेरा पैमाना होर देखण दा है। उत्थे महाराज जी ने शब्द वरत्या, कहन लगे परपंच है पर बीज नाश नहीं होया, जिन पट अंदर बाहर गुदड़, पट का अर्थ रेशम, रेशम का भाव अर्थ नाम, जिन्हां अंदर नाम का रेशम है बाहर उन्हां दे पाटे कपड़े आ, जिन पट अंदर बाहर गुदड़ ते भले संसार, तिन नेको लगा रब सेती देखने विचार, रंग हसें रंग रोवें चुप पी कर जाहें, परवाह नाही किसे केरी बाज सच्चे ना सच्चे परमात्मा। हुण इत्थे असलीयत दसी है जी भी इस सच्चाई है। मैं बेनती थोड़ा विचों निकलिया, उहदे कपड़े पाटे जाए जी आबू नसर दे, हकीम फराबी दे, महफिल सजी है, वह इको दम बिना बुलाया दरवाजा खुलिया सी महफिल च चला गया। जिन्ने लोग सन वेख के हस पे, हुण अमीर बंदे दे मित्र भी अमीर होणगे, बंदे दा दौलत नाल ही स्टेटस बनता ना अजकल जी, भी ये साढ़े स्टेटस का बनता नहीं, इस तरीके कहिंदे। वह जदों अंदर गया तो सारिआं नूं वेख के मजाक उड़ाया, ताड़ियां मार के जी उहदा मजाक उड़ाण, बच्चे बजुर्ग की सन। उस तारीख अल हुकमां च लिखिया है कि उसने कपड़े च लपेटिया होया वाजा कढ़िया, उहने उसनूं वजाउणा शुरू किया, जदों उह साज वजा रहे है सुर ला के, सारी दी सारी महफल उहदे कमाल सी गाउण विच, उहदी तसीर इन्ने कमाल दी कि सारी दी सारी महफल जिहड़ी है खिड़खड़ा के उच्ची उच्ची हसन लग पई, सारे हसे। उन्हें जी फिर परदा बदलिया, सुर बदलिया, सुर बदल के गाया, तो जिन्हें लोग हसते पे सन सारे उच्ची उच्ची रोन लग पे। तो याद रखो राग विच तसीर है, किसी भी महफल नूं हसा सकती है रवा सकती है। सारे लोग रोन लग पे, उन्हें एहो जिहियां सुरां लाइया, जदों हस भी पे रो भी पे, उन्हें तीसरा परदा बदलिया। उन्हें जदों तीसरा परदा बदल के गाया, जिन्ने लोग रोंदे पे सन सारी गहरी नींद विच चले गए, सुवा दिते जी उन्हें। अजकल याद रखियो, अजकल तो यूट्यूब ते भी हुंदा वी जिन्ने सौना उहदे वास्ते वक्रा संगीत गए, सौण वास्ते भी जागण वास्ते भी, वह सारे सौं गए, की बच्चा की बजुर्ग, जदों सारे सौं गए। वैसे उन्हें अरबी विच इबारत लिखी से, उहदा उर्दू विच तर्जमा है, जदों सारे सौं गए उन्हें फिर एक कागज़ ते लिखिया जिहदा उर्दू भी तर्जमा है, आपने हकीम फराबी से मिलना था वो आया तुमने मजाक उड़ाया, आपने हकीम फराबी से मिलना था वो आया तुमने मजाक उड़ाया, हकीम तुमको हंसा के सुला के, हकीम तुमको हंसा के रुला के
ਔਰ ਸੁਲਾ ਕੇ ਜਾ ਰਹਾ ਹੈ। ਮੈਨੂੰ ਮਿਲਣਾ ਸੀ, ਮੈਂ ਤੁਹਾਡੀਆਂ ਹਸਾਇਆ ਵੀ ਰਵਾਇਆ ਵੀ, ਮੈਂ ਸਵਾ ਕੇ ਜਾਣਾ ਪਿਆ। ਇੱਥੇ ਡਾਕਟਰ ਸਾਹਿਬ ਨੇ ਆਪਣਾ ਇੱਕ ਖਿਆਲ ਦਿੱਤਾ, ਕਹਿਣ ਲੱਗੇ ਕਈ ਸਾਲਾਂ ਬਾਅਦ ਉਸ ਧਰਤੀ ਦੇ ਉੱਤੇ ਭਾਈ ਮਰਦਾਨੇ ਦੀ ਰਬਾਬ ਵੱਜੀ, ਗੁਰੂ ਨਾਨਕ ਨੇ ਗਾਇਆ। ਬਗਦਾਦ ਦੀ ਘਟਨਾ ਜੀ, ਮੈਂ ਤੁਹਾਨੂੰ ਜਿਹੜੀ ਅਰਜ਼ ਕਰਨ ਲੱਗਾ, ਸੌਣਾ ਵੀ ਕੋਈ ਅਰਥ ਰੱਖਦਾ ਅੱਜ, ਕਿਉਂਕਿ ਸ਼ਬਦ ਦੋ ਨੇ, ਇੱਕ ਹੈ ਸੁੱਤੜੇ ਸੁਖੀ ਸਵੰਨ, ਦੂਜਾ ਹੈ ਸੁੱਤੜੇ ਅਸੰਖ ਮਾਇਆ ਝੂਠੀ ਕਾਰਨ। ਇਹਦਾ ਮਤਲਬ ਦੋਨਾਂ ਸੌਣਾ ਵਿੱਚ ਫਰਕ ਹੈ। ਉਹ ਕਹਿੰਦੇ ਨੇ ਮੁੱਦਤਾਂ ਬਾਅਦ ਉਸ ਧਰਤੀ 'ਤੇ ਗੁਰੂ ਨਾਨਕ ਬਾਬਾ ਜੀ ਗਏ, ਕਹਿੰਦੇ ਉਸ ਹਕੀਮ ਦੇ ਸਾਂਝ ਵਿੱਚ ਸਿਰਫ ਤਿੰਨ ਪਰਦੇ ਨੇ, ਉਹ ਕਿਸੇ ਵੀ ਮਹਿਫਲ ਨੂੰ ਖਸਾ ਸਕਦਾ, ਰੋਲਾ ਸਕਦਾ ਅਤੇ ਸਵਾ ਸਕਦਾ। ਗੁਰੂ ਨਾਨਕ ਦੀ ਰਬਾਬ ਵਿੱਚ ਇੱਕ ਚੌਥਾ ਪਰਦਾ ਹੈ, ਜਦੋਂ ਗਾਉਂਦਾ ਅਤੇ ਕਰੋੜਾਂ ਜਨਮਾਂ ਦੇ ਸੁੱਤਿਆਂ ਹੋਇਆਂ ਨੂੰ ਜਗਾ ਸਕਦਾ ਹੈ, ਉਹਦੇ ਕੋਲ ਜਗਾਉਣ ਦੀ ਸਮਰੱਥਾ ਹੈ। ਸੱਚਮੁੱਚ ਉਹ ਜਗਾ ਕੇ, ਸੁਣਿਓ, ਜਗਾ ਕੇ ਇਹੋ ਜਿਹੀ ਨੀਂਦ ਦੇ ਦਿੰਦਾ। ਆਪਾਂ ਕਹਾਂਗੇ ਜੀ ਇਹ ਨੀਂਦ ਕਹਿ ਜੀ, ਜਗਾ ਕੇ ਇਹੋ ਜਿਹੀ ਨੀਂਦ ਵਿੱਚ ਲੈ ਜਾਂਦਾ, ਉਹ ਨੀਂਦ ਵੀ ਸਮਾਧੀ ਬਣ ਜਾਂਦੀ ਹੈ। ਪੌੜੀ ਮੈਂ ਆਪ ਜੀ ਨੂੰ ਸੁਣਾ ਦਿੰਦਾ, ਵੈਸੇ ਤੁਸੀਂ ਇਹ ਬੜੀ ਵਾਰੀ ਗੁਰਪੁਰਬ 'ਤੇ ਤਕਰੀਬਨ ਪੌੜੀ ਪੜ੍ਹੀ ਜਾਂਦੀ ਹੈ ਜੀ ਮਹਾਰਾਜ ਜੀ ਦੀ, ਥੋੜ੍ਹਾ ਜਿਹਾ ਬੇਨਤੀ ਹੈ। ਗੱਲ ਚੱਲਦੀ ਵੀ ਸੁੱਤੇ ਨੂੰ ਜਗਾਉਣਾ, ਗੁਰੂ ਨਾਨਕ ਸਾਹਿਬ ਸੁੱਤੇ ਨੂੰ ਜਗਾਉਂਦੇ ਆ। ਉੱਥੇ ਉਹਨਾਂ ਨੇ ਪੌੜੀ ਦਿੱਤੀ ਕਿ ਜਿਹੜੇ ਜਾਗਦੇ ਹੋਏ ਸੁੱਤੇ ਸਨ, ਸੱਚੀ ਮੁੱਚੀ ਸੁੱਤਿਆਂ ਨੂੰ ਜਗਾਇਆ, ਜਗਾਉਣ ਤੋਂ ਬਾਅਦ ਇਹੋ ਜਿਹੀ ਨੀਂਦ ਵਿੱਚ ਲੈ ਗਿਆ, ਉਹਨਾਂ ਦੀ ਨੀਂਦ ਵੀ ਸਮਾਧੀ ਬਣ ਗਈ। ਇਹ ਪੌੜੀ ਪੜ੍ਹੋ। ਫਿਰ ਬਾਬਾ ਗਿਆ ਬਗਦਾਦ ਨੂੰ, ਭਾਈ ਸਾਹਿਬ ਜੀ, ਭਾਈ ਸਾਹਿਬ ਨੇ ਬਹੁਤ ਸ਼ਬਦ ਹਜ਼ੂਰ ਲਈ ਬਾਬਾ ਹੀ ਵਰਤਿਆ ਹੈ, ਅਤੇ ਮੈਂ ਉਸ ਦਿਨ ਆਪ ਜੀ ਨੂੰ ਕਿਹਾ ਸੀ ਕਿ ਸ਼ਾਇਦ ਕੇਵਲ ਸਿੱਖਾਂ ਵਿੱਚ ਬਾਬਾ ਸ਼ਬਦ ਉਮਰ ਦੇ ਤਕਾਜੇ ਨਾਲ ਨਹੀਂ ਵਰਤਾਉਂਦਾ, ਬਾਬਾ ਸ਼ਬਦ ਉਂਦਰ ਦੀ ਸੁਰਤ ਦੀ ਵਿਆਖਿਆ ਕਰਦਾ ਹੈ। ਅਸੀਂ ਉਂਝ ਬਾਬਾ ਕਹਿੰਦੇ ਹਾਂ ਬਜ਼ੁਰਗ ਨੂੰ, ਫਾਰਸੀ ਦਾ ਸ਼ਬਦ ਹੈ ਬਾਬਾ, ਇਹਦਾ ਅਰਥ ਹੈ ਵੱਡਾ ਬਜ਼ੁਰਗ। ਸਾਡੇ ਪੰਜਾਬੀ 'ਚ ਅਸੀਂ ਬਾਬਾ ਦਾਦੇ ਨੂੰ ਕਹਿ ਦਿੰਦੇ, ਬਾਪ ਦਾਦਾ, ਦਾਦੇ ਲਈ ਸ਼ਬਦ ਬਾਬਾ। ਅਤੇ ਉਸ ਮੈਂ ਗੱਲ ਦੌਰਾਨ ਲੱਗਾ, ਅਸਲ 'ਚ ਜੇ ਕਿਸੇ ਦੁਨੀਆ ਦੀ ਤਵਾਰੀਖ ਦੇਖੋ ਤਾਂ ਸਭ ਤੋਂ ਛੋਟੀ ਉਮਰ ਦੇ ਜੇ ਬਾਬੇ ਹੋਏ ਤਾਂ ਉਹ ਗੁਰੂ ਸਾਹਿਬ ਦੇ ਘਰ 'ਚ ਹੋਏ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਅਤੇ ਧੰਨ ਧੰਨ ਬਾਬਾ ਫਤਿਹ ਸਿੰਘ। ਬਾਬਾ ਸ਼ਬਦ ਅੰਦਰ ਦੀ ਸੁਰਤ ਦਾ ਨਾਮ ਹੈ। ਬਾਬਾ ਜੀ ਬਗਦਾਦ ਗਏ, ਅਤੇ ਇਹ ਵੀ ਬਗਦਾਦ ਇਰਾਕ ਦੀ ਕੈਪੀਟਲ ਹੈ, ਰਾਜਧਾਨੀ ਹੈ। ਉਸ ਦਿਨ ਮੈਂ ਇੱਥੇ ਬੇਨਤੀ ਕੀਤੀ ਸੀ ਇਨਸਾਈਕਲੋਪੀਡੀਆ ਆਫ ਇਸਲਾਮ, ਉਹਦੇ ਮੁਤਾਬਕ ਬਗਦਾਦ ਦਾ ਅਰਥ ਹੈ ਰੱਬ ਦਾ ਦਿੱਤਾ ਹੋਇਆ ਕੀਮਤੀ ਤੋਹਫਾ, ਬਗਦਾਦ ਦਾ ਲਫਜ਼ੀ ਅਰਥ ਹੈ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਆਕਾਰ ਰੂਪ, ਦੂਜਾ ਰਬਾਬੀ ਮਰਦਾਨਾ। ਸੁਣਿਓ ਮੇਰੀ ਬੇਨਤੀ, ਮੈਨੂੰ ਪਤਾ ਹੈ ਇਸ ਸੰਬੰਧੀ ਇਹ ਐਪਸਵਰਡ ਵੀ ਮੈਂ ਕਿਹਾ ਸੀ ਕਿ ਅਸੀਂ ਇਹ ਗੱਲ ਕਹਿੰਦੇ ਹਾਂ ਬਾਬਾ ਜੀ ਜਦੋਂ ਬਾਂਗ ਦਿੰਦੇ ਆ ਲੋਕ ਮਾਰਨ ਆਏ ਅਤੇ ਬਾਬਾ ਜੀ ਨੇ ਬਾਂਗ ਨਾਲ ਸਭ ਨੂੰ ਪੱਥਰ ਕਰ ਦਿੱਤਾ। ਗੁਰਮੁਖ ਇਸ ਪੌੜੀ 'ਚ ਪੱਥਰ ਦਾ ਜ਼ਿਕਰ ਨਹੀਂ ਕਿਤੇ ਆਇਆ। ਇਹ ਸਾਰੀਆਂ ਅਧਿਆਤਮਕ ਬਖਸ਼ਾਂ ਨੇ ਜਿਹੜੀਆਂ ਇਸ ਪੌੜੀ 'ਚ ਨੇ। ਇਸ ਪੌੜੀ 'ਚ ਹੈ ਕਿ ਇੱਕ ਬਾਬਾ ਆਕਾਰ ਰੂਪ, ਦੂਜਾ ਰਬਾਬੀ ਮਰਦਾਨਾ, ਦਿੱਤੀ ਬਾਂਗ ਨਿਵਾਜ ਕਰ, ਸੁਣ ਸਮਾਨ ਹੋਵਾ ਜਹਾਨਾ। ਇਹ ਸੁਣ ਸਹਾਨ ਗੱਲਾਂ ਨਹੀਂ, ਕਿਸੇ ਜੋਗੀ ਨੂੰ ਪੁੱਛ ਕੇ ਦੇਖੋ ਸੁਣ ਅਵਸਥਾ ਕੀ ਹੁੰਦੀ ਹੈ। ਦਿੱਤੀ ਬਾਂਗ ਨਿਵਾਜ ਕਰ, ਉਹ ਬਾਂਗ ਕੀ ਸੀ? ਉਂਝ ਵੈਸੇ ਉਸ ਬਾਂਗ ਦੇ ਜਿਹੜੇ ਸ਼ਬਦ ਨੇ ਉਹ ਭਾਈ ਸਾਹਿਬ ਭਾਈ ਮਨੀ ਸਿੰਘ ਨੇ ਲਿਖੇ ਨੇ, ਗੁਰਬਰ ਅਕਾਲ ਚਿੱਤ ਚਰਨਾਮ ਘਰ ਘਰ ਪ੍ਰਣਾਮ ਸਤਿ ਸ਼੍ਰੀ ਅਕਾਲ, ਉਹਨਾਂ ਨੇ ਬਾਂਗ ਦੇ ਲਫਜ਼ ਲਿਖਿਆ। ਮਹਾਰਾਜ ਇਹ ਬੋਲੇ, ਦਿੱਤੀ ਬਾਂਗ ਨਿਵਾਜ ਕਰ, ਸੁਣ ਸਮਾਨ ਹੋਵਾ ਜਹਾਨਾ। ਜਦੋਂ ਬਾਬਾ ਜੀ ਨੇ ਉੱਚੀ ਰੱਬ ਦੇ ਨਾਮ ਦੀ ਸੱਦ ਦਿੱਤੀ, ਗੁਰਮੁਖੋ ਬੌਡੀ ਪੱਥਰ ਨਹੀਂ ਹੋਈ, ਬਾਬੇ ਦੇ ਸ਼ਬਦ ਦੀ ਤਸੀਰ ਇੰਨੀ ਜ਼ਬਰਦਸਤੀ ਕਿ ਜਿਨ੍ਹਾਂ ਦੇ ਕੰਨਾਂ ਵਿੱਚ ਆਵਾਜ਼ ਪਈ ਉਹਨਾਂ ਦੇ ਮਨ ਅਫੁਰ ਅਵਸਥਾ ਵੀ ਚਲੇ ਗਏ, ਫੁਰਨਾ ਨਹੀਂ ਕੋਈ ਰਿਹਾ। ਬਾਬਾ ਜੀ ਇਸ ਦਾ ਥੋੜ੍ਹਾ ਪ੍ਰਚਾਰ ਕਰ, ਜਿਵੇਂ ਆਏ ਆਪਾਂ ਕਥਾ ਕੀਤੀ, ਚਲੋ ਜੀ ਲਾਲਾ ਲਾਲਾ ਹੋਇਆ ਅਤੇ ਚਲੇ ਗਏ। ਜਿੱਥੇ ਜਿੱਥੋਂ ਬਾਬਾ ਜੀ ਚਲੇ ਗਏ ਨਾ, ਉਹਦੇ ਪੈਰਾਂ ਵਾਲੀ ਥਾਂ 'ਤੇ ਵੀ ਬੰਦਗੀ ਦੀ ਆਵਾਜ਼ ਆਉਂਦੀ ਸੀ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਭਾ, ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਵੇ।
ਦਿੱਤੀ ਬਾਂਗ ਨਿਵਾਜ ਕਰ ਸੁਣ ਸਮਾਨ ਖੁਵਾ ਜਹਾਨਾ। ਇਹ ਇਹ ਨੁਕਤੇ ਨੂੰ ਸੁਣਿਓ। ਹੁਣ ਇਹਦੇ ਵਿੱਚ ਜਦੋਂ ਮਿਲਣ ਦਾ ਜ਼ਿਕਰ ਕੀਤਾ, ਜ਼ਿਆਦਾ ਲੋਕਾਂ ਦਾ ਨਹੀਂ ਕੀਤਾ। ਇਹਦਾ ਮਤਲਬ ਸੁਣ ਦਾ ਅਰਥ ਅੰਦਰ ਦੀ ਵਸਾ, ਸਿੱਧ ਗੋਸ਼ਟ ਵਿੱਚ ਸੁਣ ਦਾ ਜ਼ਿਕਰ ਕਰਦੇ ਆ। ਇਹਨੂੰ ਇਕੱਲਾ ਯੋਗ ਨਾਲ ਨਾ ਜੋਗੀ ਜੋੜੀਏ। ਜੋਗੀ ਤਿੰਨ ਤਰ੍ਹਾਂ ਦੀ ਸੁਣ ਦਾ ਜ਼ਿਕਰ ਕਰਦੇ ਆ। ਬਾਬਾ ਜੀ ਇੱਕ ਚੌਥੀ ਸੁਣ ਦਾ ਜ਼ਿਕਰ ਕਰਦੇ ਆ, ਜਿੱਥੇ ਜਨਮ ਅਤੇ ਮਰਨ ਮਿਟਦਾ ਹੈ। ਅੰਤਰ ਸੁਣੰਗ, ਬਾਹਰ ਸੁਣੰਗ, ਤ੍ਰਿਭਵਨ ਸੁਨਮ ਸੁਣੰਗ, ਚੌਥਾ ਸੁਣਨਾ ਜੋ ਨਰ ਜਾਣੇ ਤਾਂ ਕੋ ਪਾਪ ਨਾ ਪੁੰਨੰਗ। ਇਸ ਸੁਣ ਦੀ ਗੱਲ ਦਾ ਜੋਗੀਆਂ ਨੂੰ ਵੀ ਪਤਾ ਨਹੀਂ। ਤਾਂ ਹੀ ਤਾਂ ਉਹਨਾਂ ਕਿਹਾ ਸਿੱਧ ਬੋਲਣ ਸਿੱਧ ਸਿਵ ਵਚਨ ਧੰਨ ਨਾਨਕ ਤੇਰੀ। ਉਹਨਾਂ ਕਿਹਾ ਇਹ ਤਾਂ ਹੋਰ ਅਗਲੀਆਂ ਗੱਲਾਂ ਦੱਸਦੇ ਪਏ। ਹੁਣ ਬੇਨਤੀ ਮੇਰੀ ਜੀ, ਸੁਣੋ ਇਸ ਨੂੰ ਕਿ ਉਹ ਸੁੱਤੇ ਸਨ ਮਾਇਆ 'ਚ, ਉੱਥੇ ਕਹਿੰਦੇ ਦਿੱਤੀ ਬਾਂਗ ਨਿਵਾਜ ਕਰ ਸੁਣ ਸਮਾਨ ਖੋਵਾ ਜਹਾਨਾ, ਸੁਣ ਮੁੰਨ ਨਗਰੀ ਭਈ ਦੇਖ ਪੀਰ ਭਇਆ। ਉਹ ਸੋਚਦਾ ਇਹ ਗੱਲ ਹੋਰ। ਜੇ ਅਸੀਂ ਇਸ ਕੱਟੜਤਾ ਨਾਲ ਕਹਾਂਗੇ ਨਾ ਵੀ ਗੁਰੂ ਨਾਨਕ ਸਾਹਿਬ, ਗੁੱਸਾ ਨਾ ਕਰਿਓ, ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕੋਈ ਬੰਦਗੀ ਨਹੀਂ, ਕੋਈ ਸੱਚ ਨਹੀਂ। ਮੈਂ ਉਸ ਦਿਨ ਕਿਹਾ ਸੀ ਨਿਊ ਵੈਸਟ ਬਾਬਾ ਫਰੀਦ 300 ਸਾਲ ਪਹਿਲਾਂ ਸ਼ਬਦ ਉਚਾਰ ਰਿਹਾ, ਭਗਤ ਜੈਦ ਦੇ ਪਹਿਲਾਂ ਉਚਾਰ ਰਿਹਾ। ਅਤੇ ਗੁਰੂ ਗ੍ਰੰਥ ਸਾਹਿਬ ਇਸੇ ਕਰਕੇ ਤਾਂ ਏਡੀ ਵਿਸ਼ਾਲਤਾ ਹੈ। ਗੁਰੂ ਕਿਤੇ ਨਹੀਂ ਕਹਿੰਦਾ ਮੇਰੇ ਤੋਂ ਗੱਲ ਸ਼ੁਰੂ ਹੋਈ ਅਤੇ ਮੇਰੇ 'ਤੇ ਮੁੱਕੇਗੀ। ਗੁਰੂ ਕਹਿੰਦਾ ਜਿਹੜਾ ਆਦਿ ਸੱਚ ਹੈ ਉਹਦਾ ਵੀ ਕੋਈ ਪਾਰਾਵਾਰ ਨਹੀਂ, ਅਤੇ ਜਿੰਨਾ ਤੱਕ ਚੱਲਣੀ ਉਦੋਂ ਵੀ ਕੋਈ ਪਾਰਾਵਾਰ ਨਹੀਂ, ਇਹਦਾ ਕੋਈ ਅੰਤ ਨਹੀਂ। ਏਡੀ ਵਿਸ਼ਾਲਤਾ ਕਿ ਦੂਜੇ ਧਰਮ 'ਚ ਗੱਲ ਕਰਕੇ ਦੇਖੋ, ਉਹ ਕਹਿਣਗੇ ਝੂਠ, ਇਹ ਕਾਫਰ ਹੈ, ਇਸ ਤੋਂ ਅੱਗੇ ਕੁਛ ਨਹੀਂ ਹੋਣਾ। ਮੈਂ ਤਾਂ ਇੱਥੋਂ ਤੱਕ ਕਹਿੰਦਾ ਕਿ ਜਦੋਂ ਸੋਦਰ ਦਾ ਸ਼ਬਦ ਪੜ੍ਹਦੇ ਹਾਂ, ਦ੍ਰਿਸ਼ ਅਤੇ ਅੰਦ੍ਰਿਸ਼ਟ, ਕੋਈ ਦਿਸਦਾ ਹੋਇਆ ਜੀਵਨ ਨਹੀਂ ਹੁੰਦਾ, ਅਣ ਦਿਸ ਦਾ ਵੀ ਜੀਵਨ ਹੈ। ਸੋਦਰ ਦੇ ਸ਼ਬਦ ਵਿੱਚ ਅਣ ਦਿਸ ਦਾ ਜੀਵਨ ਜਦੋਂ ਗਾਉਂਦਾ, ਅਤੇ ਬਾਬਾ ਜੀ ਸਭ ਕੁਝ ਗਾ ਕਹਿੰਦੇ ਨੇ, ਹੋਰ ਕੇਤੇ ਤੁੱਧ ਨੂੰ ਗਾਵਨ ਛੇ ਮੈਂ ਚੇਤਨਾਵਨ, ਨਾਨਕ ਕਿਆ ਵਿਚਾਰੇ। ਹਜ਼ੂਰ ਸੱਚੇ ਪਾਤਸ਼ਾਹ ਗਏ, ਉੱਥੇ ਪੀਰ ਕੋਲ ਸੁਰਤ ਸੀ, ਉਹਨੂੰ ਸਮਝ ਸੀ। ਉੱਥੇ ਮਹਾਰਾਜ ਕਹਿੰਦੇ ਨੇ ਦਿੱਤੀ ਬਾਂਗ ਨਿਵਾਜ ਕਰ ਸੁਣ ਸਮਾਨ ਖੋਵਾ ਜਹਾਨਾ, ਸੁਣ ਮੁੰਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ। ਨੁਕਤਾ ਪੜਿਓ ਇੱਥੇ, ਉਹ ਕੋਲ ਨਹੀਂ ਆਇਆ। ਉੱਥੇ ਭਾਈ ਸਾਹਿਬ ਕਹਿੰਦੇ ਨੇ ਦੇਖੈ ਧਿਆਨ ਲਗਾਏ ਕਰ, ਉਹਨੇ ਧਿਆਨ 'ਚ ਵੇਖਿਆ। ਗੁਰਮੁਖੋ, ਧਿਆਨ ਨੂੰ ਕਿਸੇ ਇੱਕ ਕਮਿਊਨਿਟੀ ਨਾਲ ਨਾ ਜੋੜੋ, ਧਿਆਨ ਤੋਂ ਬਿਨਾਂ ਤਾਂ ਕੁਝ ਹੋ ਹੀ ਨਹੀਂ ਸਕਦਾ। ਧਿਆਨ ਬੰਦੇ ਨੂੰ ਰੱਬ ਨੇ ਬੜੀ ਵੱਡੀ ਦਾਤ ਦਿੱਤੀ। ਆ ਜੋ ਕੋਈ ਤੁਸੀਂ ਅੱਜ ਚਲਾਉਂਦੇ ਪਏ ਬਾਹਰ ਮੁਖੀ, ਆ ਸਭ ਕੁਝ ਧਿਆਨ 'ਚ ਉਪਜਿਆ। ਜੇ ਧਿਆਨ ਨਾ ਹੁੰਦਾ ਬੱਤੀ ਨਹੀਂ ਸੀ ਕਦੀ ਆਉਣੀ, ਧਿਆਨ ਨਾ ਹੁੰਦਾ ਕੰਪਿਊਟਰ ਕਦੀ ਨਹੀਂ ਸੀ ਆਉਣਾ। ਧਿਆਨ ਇੱਕ ਬੜੀ ਵੱਡੀ ਰੱਬ ਦੀ ਬਖਸ਼ਿਸ਼ ਹੈ, ਇਕਾਗਰਤਾ ਅੰਦਰ ਦੀ। ਵੈਸੇ ਧਿਆਨ ਦੇ ਲਫ਼ਜ਼ੀ ਅਰਥ ਕਰਦੇ ਹੁੰਦਾ ਇੱਕ ਨੁਕਤੇ ਉੱਤੇ ਆਪਣੀ ਸੁਰਤ ਨੂੰ ਇਕਾਗਰ ਕਰ ਦੇਣਾ। ਅਸੀਂ ਕਹਿੰਦੇ ਹਾਂ ਇਹ ਧਿਆਨ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਜਦੋਂ ਧਿਆਨ ਦਾ ਜ਼ਿਕਰ ਕੀਤਾ, ਇੱਕ ਤਾਂ ਸ਼ਿਵ ਦੇ ਧਿਆਨ ਦਾ ਬੜਾ ਜ਼ਿਕਰ ਕੀਤਾ, ਰੁਦਰ ਧਿਆਨ ਗਿਆਨ ਸਤਿਗੁਰ ਕੈ। ਜਦੋਂ ਜੀਵਾਂ ਦਾ ਜ਼ਿਕਰ ਕੀਤਾ, ਆਪ ਜੀ ਨੂੰ ਪਤਾ ਹੋਵੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਜੂਨ ਦੇ ਧਿਆਨ ਦਾ ਜ਼ਿਕਰ ਕੀਤਾ, ਕੱਛੂ ਕੁੰਮੀ, ਕੁੰਮੀ ਜਲ ਮੈਂ ਤਨ ਤਿਸ ਬਾਹਰ ਪੰਖ ਖੀਰ ਤਿੰਨ ਨਾਹੀ ਭਗਤ ਧੰਨਾ ਜੀ। ਕੁੰਮੀ ਦਰ ਅਤੇ ਕੱਛੂ ਕੁੰਮੀ ਪਾਣੀ 'ਚ ਹੈ, ਆਂਡੇ ਬਰੇਤੇ ਵਿੱਚ ਨੇ, ਨਾ ਆਂਡਿਆਂ ਕੋਲ ਦੁੱਧ ਅਤੇ ਨਾ ਖੰਭ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨਮਾਖੀ। ਇਹਨੂੰ ਭਾਈ ਸਾਹਿਬ ਲਿਖਦੇ ਆ ਕੱਛੂ ਆਂਡਾ ਧਿਆਨ ਧਰ ਕਰ ਪਰਪੱਕ ਨਜੀ ਵਿੱਚ ਆਣੈ। ਕੱਛੂ ਕੁੰਮੀ ਪਾਣੀ 'ਚ ਨਹੀਂ ਆਂਡੇ ਦਿੰਦੀ, ਰੇਤੇ 'ਚ ਦਿੰਦੀ ਹੈ। ਅਤੇ ਕਮਾਲ ਦੀ ਗੱਲ, ਉਹ ਰੇਤੇ 'ਚੋਂ ਆਂਡੇ ਦੇ ਕੇ ਪਾਣੀ 'ਚ ਆ ਕੇ ਪਾਂਡਿਆਂ ਪਾਣੀ ਦੇ ਵਿੱਚ ਆਂਡਿਆਂ ਦਾ ਧਿਆਨ ਟਿਕਾਉਂਦੀ ਹੈ। ਧਿਆਨ ਨਾਲ ਉਹਦੇ ਬੱਚਿਆਂ ਦੀ ਐਨਰਜੀ ਪੈਦਾ ਹੁੰਦੀ, ਸਭ ਕੁਛ ਧਿਆਨ ਨਾਲ ਉਸ ਦੇ ਆਂਡੇ 'ਚ ਉਹ ਬੱਚਾ ਵਿਕਸਿਤ ਹੁੰਦਾ। ਜਦੋਂ ਦਿਨ ਮੁਕੰਮਲ ਹੁੰਦੇ ਨੇ ਧਿਆਨ ਨਾਲ ਆਂਡਾ ਤੋੜ ਦਈਏ, ਅਤੇ ਧਿਆਨ ਕਰਕੇ ਬੱਚਾ ਆਪਣੀ ਮਾਂ ਨੂੰ ਪਹਿਚਾਣ ਕੇ ਪਿੱਛੇ ਆ ਜਾਂਦਾ। ਗੁਰਬਾਣੀ ਨੇ ਇਸ ਨੂੰ ਸਵੀਕਾਰਿਆ ਕਿ ਧਿਆਨ ਇਹ ਚੀਜ਼। ਅੱਜ ਝਗੜਾ ਹੀ ਮੈਂ ਕੱਲ੍ਹ ਵੀ ਕਿਹਾ ਤਾਂ, ਕਿਉਂਕਿ ਅੰਦਰ ਇੰਨਾ ਕੁ ਖਿੰਡ ਚੁੱਕਾ ਹੈ, ਇਹ ਰੂਹਾਨੀਅਤ ਦੇ ਅਸਲੀ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ। ਅਤੇ ਦੂਜੀ ਦੁੱਖ ਇਸ ਚੀਜ਼ ਦਾ, ਰੂਹਾਨੀਅਤ ਦੇ ਨਾਂ 'ਤੇ ਝੂਠ ਇੰਨਾ ਬੋਲਿਆ ਗਿਆ, ਲੋਕ ਦੋਨਾਂ ਪਾਸਿਆਂ ਤੋਂ ਭੱਜ ਗਏ। ਜਦੋਂ ਜੋ ਝੂਠ ਬੋਲਿਆ ਜਾਂ ਸਪਿਰਚੁਅਲ ਦੇ ਲੋਕ ਕਹਿੰਦੇ ਝੂਠ, ਪਰ ਨਹੀਂ ਪਿਆਰਿਓ, ਯਾਦ ਰੱਖਿਓ ਧਿਆਨ 'ਚ ਸ਼ਕਤੀ ਹੈ। ਇਹੀ ਕਾਰਨ ਮੈਂ ਕਹਿੰਦਾ ਹੁੰਦਾ ਕਦੀ ਵੀ ਸਿੱਖ ਇਕੱਲਾ ਨਹੀਂ ਹੁੰਦਾ, ਕਦੀ ਵੀ ਇਕੱਲਾ ਹੁੰਦਾ ਹੀ ਨਹੀਂ। ਜਿੱਥੇ ਟੇਕ ਕੇ ਬਹਿ ਜਾਏ, ਇਹਦਾ ਧਿਆਨ ਸ਼ਬਦ ਨਾਲ ਜੁੜ ਜਾਏ, ਗੁਰੂ ਉੱਥੇ ਪ੍ਰਕਾਸ਼ ਕਰ ਦਿੰਦਾ ਹੈ।
महाराज जी ने शब्द वरत्या, तू अक पढ़ने है? सो सतगुर प्यारा मेरा नाल है, जिथे किथे मैनू लै छाई। सुनियो बेनती, उत्थे कहिंदे पीर वेख के ध्यान च चला गया। सुन मुन नगरी पई, देख पीर भया खराना, देख ध्यान लगाए कर। वह भी सुरत वाला से, उन्हें ध्यान ला के देखा, वह कहिंदा एक फकीर वड्डा मस्ताना, कहिंदा यह कौन आ गया बाहर? साडी वांग ने, साडे शब्दां ने अज तीकरां सच एवे ए विस्मादत ए सुन ए अफुर अवस्था कोई नहीं दे सकिया। यह कौन? ते चेते रखियो बगदाद विच इक्को ही बंदा जिहड़ा पहचान सकिया भी अज कोई वड्डी कमाई वाला आया है। देख पीर पया खैराना। हुण अगली बेनती है, वेख है ध्यान लगाए कर, देख है ध्यान लगाए कर, एक फकीर वड्डा मस्ताना। अगली गल पुछया फिर कह, एक एक लफ्ज वल ध्यान दिया जे। पहला वेख है ध्यान कह, फिर कह दा अर्थ हुण फिजिकल तौर पर चल के आया। वो चलां ते सही, वह कौन है जिहदी आवाज़ ने सारे अफुर कर दिते? शब्द उही हुंदा है गुरमुखो। सच एवे जदों जीवन विच्चों शब्द निकलदा ते लोकां दे जीवन पलट जांदा है, ते जदों कल्ला शब्द निकली जांदा जीवन नाल काम नहीं करदा, उदों सिर्फ ज्ञान बन के रह जांदा। वह बाबा जी का शब्द से, उन्हें बख्शिश की। पुछया फिर कह दस्तगीर, दस्तगीर एक नाम नहीं हैगा जी, एक निजी नाम नहीं। दस्तगीर एक जिवें अज सुबह भी मैं कहा सी जी, दस्तगीर असल च ये वह पीर ने जी, जिवें आपां कहिंदे आ बिपटाइज करदे ने, अमृत छकाने आ, जनेऊ कोई पाउंदा है, वह जदों फकीर किसी नूं मुरीद बनाउंदा है ते उहदा अपना हथ पकड़दा। मुसलमाना विच आप नूं पता हथ दा बोसा लिया जांदा है। हाँ जी, पैरी हथ नहीं लाउंदे, वह हथां दा बोसा लैंदे आ। जदों मुरीद पीरी ते मुरीदी हुंदी है, उदों दस्तगीर पीर फिर अपने मुरीद दा हथ घुटदा है। इहदा मतलब है दस्तगीर दा लफ़्ज़ी अर्थ है हथ पकड़न वाला। वह कहिंदा जा तेरे नाल वादा कीता, तू जीवन कमाई, ना तेरी इत्थे बाँह छड्डांगा, ना रब की दरगाह भी छड्डांगा। दस्तगीर दा अर्थ बाँह पकड़न वाला। उंज बाबा जी ने शब्द वरते है, जन पिसर पदर बिरादरां का संदेश, दस्तगीर च कोई बाँह पकड़न वाला नहीं। वह फकीर आउंदा है, पुछया फिर कह दस्तगीर कौन फकीर, किसका करहाना, क्योंकि सूफिया के घराने बड़े आ। यह किस सिलसिले विचों है, यह किस संपर्दा विचों है? बाबा जी ने बांग दिती, भाई मरदाना कहिंदे आ नानक कल भी चाहिया रब फकीर इको पहचाना। यह मेरा बाबा है, इसनूं गुरु नानक साहब कहिंदे आ। रब ते फकीर इन्हें एक जात जानी। मैं सिर्फ तुहानूं इत्थे एक बेनती करांगा, वह कि वाहशी कि जिन्हें सच्ची मुची सुत्या होयानू जगा दिता, ते जगा के उस सुख नींद विच लै गए जिन्हों सुन अवस्था कहा जाता है। अफुर ने बिल्कुल। मैं आप जी नू फिर बेनती करा कि गुरु सुते हुए नू जगांदा है, कि उठ बंदिया जाग, आओ बाणी चो दर्शन करिए। आप एक ता चलो आसी वेख लिया भी माया झूठी कार ने किवें इंद्रे ने। गुरु साहब नू पुछो, मारे शब्द वरद्या जाग सलोनड़िए, बोला गुरबाणी राम। सुनो जाग सलोनड़िए, सलोनड़िए दा अर्थ है सोहनिया अखां वालिए, इहदा अर्थ है जीव इस्त्रीए तू जाग, ते तू बंदे दी आवाज नाल नहीं जागना। बोला गुरबाणी राम, इहदा अर्थ है तेनू गुरबाणी बोलदी पई है, गुरबाणी आवाजा मार दिए। सोहणे नेत्रां वालिए सुतीए उठ जाग तू। सुनियो बेनती, एक बचन असीं होर पढ़ने महाराज दा, जाग लिखो रे बना, जाग लिखो कां गाफल सोया, ते जागण वास्ते चूंडी वढ़नी जरूरी हो जाती कई बार। वाहिगुरु बख्श दिया जे, कई लारम नाल नहीं ना उठते। मैनूं पता हुण तां चलो न्याणे फटकन थोड़ा देंदे आ कमरे दे नेड़े, बिल्कुल नेड़े नहीं लगन देंदे मापिआं नूं। चलो अपने कमरे, तुहाडी जिंदगी तुहाडी, साडी जिंदगी साडी। मैनूं पता पिंडां च नहीं सुटदे, अगलों नाल ही छत्तियां पकड़ के वालों थले धू के मार, उठों तां मझां किन्ने चोणियां। वह सच्ची मुची मैनू याद है, प्रिंसीपल सतबीर सिंह करी बोले, वह कहिंदे दुनी चंद इन्ना सुत्ता पिया सी, बाबे ने सूई दित्ती, कहिंदे कि चोबण तो बिना कोई नहीं उठना इन्हें। सारे कहिंदे बाबा जी ने सूई दित्ती भी लै जा अगले जान। वह कहिंदा सूई तां चलो दित्ती, उहनूं पता सी बाबा जी नूं इहो जिहा सुत्ता है,
ਇਹਨੂੰ ਸੂਈ ਚਬੋਵਾਂਗਾ ਤੇ ਉੱਠ ਪਏਗਾ। ਜਦੋਂ ਉੱਠ ਪਏਗਾ ਪਿਛਲੇ ਪਾਸੇ ਸੁਰਾਖ ਇਹਦੇ ਚ ਸ਼ਬਦ ਦਾ ਧਾਗਾ ਪਾ ਕੇ ਦੀ ਦੁਨੀ ਨੂੰ ਮੈਂ ਦੀਨ ਨਾਲ ਜੋੜ ਦਿਆਂਗਾ। ਉਹਨੇ ਸੂਈ ਦੀ ਵਿਆਖਿਆ ਇਸ ਤਰ੍ਹਾਂ ਕੀਤੀ। ਹੁਣ ਗੁਰੂ ਸਾਹਿਬ ਇੱਥੇ ਸ਼ਬਦ ਕਰਦੇ ਆ ਵੀ ਤੈਨੂੰ ਬਾਣੀ ਬੋਲ ਰਹੀ ਹੈ। ਹੁਣ ਗੁਰੂ ਸਾਹਿਬ ਨਾਲ ਫਿਰ ਕਹਿੰਦੇ ਨੇ ਮਨਾ ਤੂੰ ਜਾਗ, ਜਾਗ ਲਿਖੋ ਰੇ ਮਨਾ ਜਾਗ ਲਿਖੋ, ਕਹਾਂ ਗਾਫਲ ਸੋਇਆ ਜੋ ਤਨ ਉਪਜਾ ਸੰਘ ਹੀ ਸੋ ਭੀ ਸੰਘ ਨਾ ਖੋਆ। ਕਿ ਜਾਗ ਮਨਾ ਸੋਚ ਤਾਂ ਸਹੀ, ਇੱਥੇ ਪੁੱਤ ਧੀ ਦੀ ਗੱਲ ਨਹੀਂ ਕੀਤੀ, ਇੱਥੇ ਬੋਡੀ ਦੀ ਗੱਲ ਕੀਤੀ ਜਿਹੜੀ ਜਨਮ ਨਾਲ ਤੇਰੇ ਨਾਲ ਆਈ ਹੈ। ਜਾਗ ਮਨਾ, ਮਰਦਿਆਂ ਨੇ ਕੋਈ ਨਹੀਂ ਉਜਾਣਾ, ਇਹਨੂੰ ਘਰਦਿਆਂ ਨੇ ਡੱਬੇ 'ਚ ਪਾ ਦੇਣੀ, ਚੇਤੇ ਰੱਖੀ ਤੇਰੀ ਮੰਜ਼ਿਲ ਕੁਝ ਹੋਰ ਹੈ। ਜਾਗ ਤੂੰ, ਜਾਗ ਲਿਖੋ ਰੇ ਮਨਾ ਜਾਗ ਲਿਖੋ, ਕਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਘ ਹੀ ਸੋ ਭੀ ਸੰਘ ਨਾ ਹੋਆ। ਮਾਤ ਪਿਤਾ ਸੁੱਤ ਬੰਦ ਜਨ ਹਿਤ ਜਾਂ ਸਿਓ ਕੀਨਾ, ਜੀਉ ਛੁਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ। ਜਾਗੋ ਮਨਾ, ਜੀਵਤ ਲੋ ਵਿਵਹਾਰ ਹੈ ਜਗ ਕੋ ਤੁਮ ਜਾਣੋ, ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਾਨੋ। ਜਾਗ, ਇਹਨੂੰ ਬਾਬਾ ਜੀ ਕਹਿੰਦੇ ਨੇ ਜਾਗੋ ਜਾਗੋ ਸੂਤਿਓ ਚੱਲਿਆ ਵਣਜਾਰਾ। ਕਿੱਡਾ ਹੁੱਕਾ ਹੈ ਜੀ, ਜਾਗੋ ਜਾਗੋ ਸੂਤਿਓ, ਉਹ ਸੁੱਤਿਓ ਉੱਠੋ ਚੱਲਿਆ ਵਣਜਾਰਾ। ਅੰਦਰ ਵਾਲੇ ਨੂੰ ਝਾਤੀ ਮਾਰ ਕੇ ਦੇਖੋ, ਦੇਖੋ ਹੱਥਾਂ ਵਿੱਚੋਂ ਨਿਕਲ ਗਿਆ ਜੇ ਵਣਜਾਰਾ। ਕਬੀਰ ਸਾਹਿਬ ਨੇ ਤਿੰਨ ਸ਼ਲੋਕ ਖਾਸ ਕਰਕੇ ਜਾਗਣ ਬਾਰੇ ਦਿੱਤੇ। ਮੈਂ ਹੁਣ ਇੱਕ ਪੱਖ ਹੋਰ ਰੱਖਣਾ, ਇਹ ਹੈ ਬੋਡੀ ਨੂੰ ਜਗਾਉਣਾ, ਮਨ ਨੂੰ ਜਗਾਉਣਾ। ਗੁਰਮੁਖੋ, ਜਿਨ੍ਹਾਂ ਦਾ ਮਨ ਜਾਗ ਜਾਏ ਨਾ ਮੈਨੂੰ ਬਖਸ਼ ਦਿਆ ਜੇ, ਉਹ ਸੁੱਤੇ ਹੋਏ ਵੀ ਜੁੜੇ ਆ, ਜਿਨ੍ਹਾਂ ਦਾ ਮਨ ਕੋਈ ਨਹੀਂ ਜਾਗਿਆ ਬਖਸ਼ ਦਿਓ, ਗੁਟਕਾ ਪਕੜ ਵੀ ਸੁੱਤੇ ਰਹਿੰਦੇ ਆ। ਜਿਹਦਾ ਮਨ ਜਾਗ ਪਿਆ, ਅੱਠੇ ਪੈਰ ਉਹ ਜੁੜੇ ਆ। ਹਜ਼ੂਰ ਕਬੀਰ ਸਾਹਿਬ ਦਾ ਇੱਕ ਬਚਨ ਹੁੰਦਾ, ਤਿੰਨ ਬਚਨ ਨੇ, ਉਹ ਕਹਿੰਦੇ ਨੇ ਕਬੀਰ ਸੁੱਤਾ ਕਿਆ ਕਰੇ, ਜਾਗ ਰੋਏ ਭੈ ਦੁੱਖ। ਸੁੱਤਾ ਕੀ ਕਰਨਾ, ਉੱਠੋ ਥੋੜ੍ਹਾ ਜਿਹਾ। ਅਤੇ ਸੱਚ ਜੇ ਗੁਰਮੁਖੋ, ਮੈਂ ਕਈ ਵਾਰੀ ਬੇਨਤੀ ਕਰਨਾ, ਇਹ ਇਸ ਅੰਦਰ ਨੂੰ ਨੀਂਦ ਨਾ ਨਾ ਰਾਤ ਨੂੰ ਆਉਂਦੀ ਹੋਵੇ, ਗੋਲੀ ਨਾਲ ਵੀ ਨੀਂਦ ਨਾ ਆਵੇ। ਇਹ ਇੰਨਾ ਭੈੜਾ ਹੈ, ਇਹਨੂੰ ਗੁਟਕਾ ਪੜਾਓ ਨਾਲ ਹੀ ਸੌਣਾ ਸ਼ੁਰੂ ਕਰ ਦਿੰਦਾ, ਇਸ ਤਰ੍ਹਾਂ ਹੁੰਦਾ ਇਹਦੇ ਨਾਲ। ਬਾਬਾ ਜੀ ਨੇ ਸ਼ਬਦ ਵਰਤੇ, ਨਾਮ ਕੀ ਬੇਲਾ ਪੈ ਪੈ ਸੋਇਆ। ਅੰਮ੍ਰਿਤ ਵੇਲੇ ਕਈ ਵਾਰੀ ਰੋਗੀ ਵੀ ਸੌ ਜਾਂਦੇ ਆ, ਵਿਸ਼ਈ ਬੰਦੇ ਵੀ ਸੌ ਜਾਂਦੇ ਆ ਜੀ। ਇੱਥੇ ਕਹਿੰਦੇ ਉੱਠ ਤੇ ਜਾਗ, ਕਬੀਰ ਸੂਤਾ ਕਿਆ ਕਰੇ, ਜਾਗ ਰੋਏ ਪੈ ਦੁੱਖ। ਉਹ ਜਾਗ, ਤੈਨੂੰ ਡਰ ਨਹੀਂ ਲੱਗ ਰਿਹਾ? ਜਾਂ ਕਾ ਬਾਸਾ ਗੋਰ ਮੈਂ ਸੋ ਕਿਉਂ ਸੋਵੇ ਸੁੱਖ। ਜਿਹੜੇ ਕਬਰ ਵਿੱਚ ਪਏ ਹੋਣ ਉਹ ਸੁੱਖ ਦੀ ਨੀਂਦ ਕਿੱਥੇ ਸੌਣਗੇ? ਕਬਰ ਦਾ ਮਤਲਬ ਮੌਤ ਤੇਰੇ ਬਿਲਕੁਲ ਨੇੜੇ ਵੇ, ਤੂੰ ਜਾਗ, ਤੂੰ ਸਾਲਾਂ ਦੀ ਗੱਲ ਕਰ ਰਹੇ। ਜਾਂ ਕਾ ਬਾਸਾ ਗੌਰ ਮੈਂ ਸੋ ਕਿਉਂ ਸੋਵੇ ਸੁੱਖ। ਦੂਸਰਾ ਬਚਨ ਕਹਿ ਕਬੀਰ ਸੂਤਾਂ ਕਿਆ ਕਰੇ, ਬੈਠਾ ਰਹੋ ਅਰ ਜਾਗ। ਦੋ ਗੱਲਾਂ ਕਹੀਆਂ ਜੀ, ਬੈਠਾ, ਇੱਕ ਬੈਠ, ਦੂਸਰਾ ਕਿਆ ਸ਼ਬਦ ਜਾਗ। ਕਬੀਰ ਸੂਤਾ ਕਿਆ ਕਰੇ, ਬੈਠਾ ਰਹੋ ਅਰ ਜਾਗ, ਜਾਂ ਕੇ ਸੰਗ ਤੇ ਬਿਛੜਾ ਤਾਂ ਹੀ ਕਹਿ ਸੰਗ ਲਾਗ। ਜਿਹਦੇ ਤੋਂ ਵਿਛੜਿਆ ਉਹਦੇ ਨਾਲ ਜੋੜ ਹੋਏ, ਉੱਠ ਤਾਂ ਸਹੀ ਜਾਗ। ਤੀਸਰਾ ਬਚਨ ਸੁਣਿਓ, ਪਹਿਲਾ ਸੀ ਜਾਂ ਕਾ ਬਾਸਾ ਗੁਰ ਮੈਂ ਸੋ ਕਿਉਂ ਸੋਵੈ ਸੁੱਖ, ਦੂਸਰਾ ਬਚਨ ਸੀ ਬੈਠਾ ਰਹੋ ਅਰ ਜਾਗ, ਜਾਂ ਕੇ ਸੰਗ ਤੇ ਬਿਛੜਾ ਤਾਂ ਹੀ ਕਹਿ ਸੰਗ ਲਾਗ। ਤੀਸਰਾ ਬਚਨ ਫਿਰ ਕਿਵੇਂ ਲਾਗ, ਇਹ ਤਾਂ ਕਹਿ ਦਿੱਤਾ ਵੀ ਜਾਗ ਤੇ ਲਾਗ। ਅਗਲਾ ਬਚਨ ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ। ਉੱਠ ਜੇ ਜਾਗਣੀ ਤੇ ਰੱਬ ਨੂੰ ਜਪ। ਕਿਉਂ ਜੀ? ਮਹਾਰਾਜ ਕਹਿੰਦੇ ਨੇ ਹੁਣ ਤਾਂ ਕੋਈ ਠਾਂਦਾ ਤੇ ਰੌਲਾ ਪਾਉਂਦਾ ਨਾ, ਮੈਨੂੰ ਠਾ ਦਿੱਤਾ, ਮੇਰੀ ਨੀਂਦ ਖਰਾਬ ਕਰ ਦਿੱਤੀ। ਅਸਲੀਅਤ ਹੈ ਜੀ, ਪਰ ਕਹਿੰਦੇ ਨੇ ਇੱਕ ਦਿਨ ਇਹੋ ਜਿਹਾ ਸੌਵੇਂਗਾ ਤੇਰੇ ਸਰਾਣੇ ਵਹਿਣ ਵੀ ਪੈਂਦੇ ਹੋਣਗੇ, ਤੂੰ ਕੱਪੜਾ ਉਟਾ ਕੇ ਦੇਖਣੇ ਨਹੀਂ ਕਿਹੜਾ ਰੋਂਦਾ ਪਿਆ ਹੈ। ਇੱਕੋ ਵੀ ਇੱਕ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਆਪ ਜੀ ਨੂੰ ਕਿ ਸਾਡਾ ਨਿਤਨੇਮ ਜਿਹੜਾ ਦਿੱਤਾ ਹੈ ਨਾ ਜੀ, ਮੈਂ ਫਿਰ ਵਾਰ ਵਾਰ ਰਿਪੀਟ ਕਰਦਾ ਆ ਰਿਹਾ ਜਿੱਦਣ ਦਾ ਆਇਆ, ਕਿ ਜ਼ਿੰਦਗੀ 'ਚ ਨਿਤਨੇਮ ਨਾ ਛੱਡ ਦਿਓ, ਮਰ ਜਾਂਗੇ। ਜੇ ਨਿਤਨੇਮ ਛੱਡ ਦਿੱਤਾ ਕੁਛ ਪੱਲੇ ਨਹੀਂ ਜੇ ਰਹਿਣਾ। ਜਿਹੜੇ ਬੰਦੇ ਨੇਮ ਨਿਭਾਉਂਦੇ ਆ, ਪ੍ਰੇਮ ਦੇ ਸਿਦਕ ਵੀ ਉਹਨਾਂ ਦੇ ਨਿਭਦੇ ਆ, ਅਤੇ ਜਿਹੜੇ ਪ੍ਰੇਮ ਕਰਦੇ ਆ ਨੇਮੀ ਵੀ ਉਹੀ ਹੁੰਦੇ ਆ। ਨੇਮੀ ਅਤੇ ਪ੍ਰੇਮੀ ਦੀ ਬੜੀ ਸਾਂਝ ਹੈ ਆਪਸ ਵਿੱਚ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਸ਼ਬਦ ਵਰਤ ਰਹੇ ਆ, ਉੱਠ ਕੇ ਨਾ ਜਪੈ ਮੁਰਾਰ। ਆਪ ਨੂੰ ਪਤਾ ਬਾਕੀ ਨਿਤਨੇਮ ਦਾ ਕਿਹਾ ਵੀ ਅੰਮ੍ਰਿਤ ਵੇਲੇ ਆ ਬਾਣੀਆਂ ਪੜ੍ਹਨੀਆਂ, ਜੋ ਸਾਡੀ ਸਿੱਖ ਰਹਿਤ ਮਰਿਆਦਾ ਕਹਿੰਦੀ। ਰਹਿ ਰਸ ਦਾ ਪਾਠ ਕਹਿੰਦੇ ਆ ਸ਼ਾਮ ਨੂੰ ਕਰਨਾ, ਇੱਕ ਪਾਠ, ਉਹਦੇ 'ਤੇ ਟਾਈਮ ਨਹੀਂ ਲਿਖਿਆ। ਇੱਕੋ ਗੱਲ ਕਿ ਇਹਨੂੰ ਸੌਣ ਲੱਗਿਆਂ ਕਰਿਆ ਜੇ,
हाँ जी उत्ते लिखा है 9 to 10 ही सोहिला साहब पढ़ना उत्ते शब्द लिखा है इस नूं रात सौन लग्या करियो ते कई बारी दास सोचता है चलो तुसीं इत्थे मैं ते कदी गया नहीं किसी फ्यूनरल ते सोहिला साहब पढ़दी होगे ना कबरां च भी पढ़दे कई हुण कहिंदे नहीं जी कोई लोड़ नहीं मैं एक बेनती करांगा सोहिला साहब 2 वारी पढ़िया जांदा है सहज पाठ करो सुख आसन चलो हुण पढ़ लग पए नाल ते एक वारी बंदा खुद पढ़दा है लम्मिया पैण तो पहला एक दवली जदों पक्का ही लम्मा पै जांदा उदों संगत पढ़दी है सोहिला साहब दूजी गल नींद एक छोटी मौत है मौत एक बड़ी वड्डी नींद है इत्थे कबीर साहब ने मौत ते नींद दोनों की गल की जो रोज सोना है छोटी जी मौत है जिदन मौत आनी वड्डी नींद हो जानी है इस करके शब्द वरत्या सौन लग्या इस नूं पढ़ कबीर सूता क्या करें उठ के ना जपै मुरार एक दिन सोवन होए गो लांबे लांबे गोड़ पसार यह शब्द क्यों कह डराण वास्ते नहीं कह असल च बंदा किसे तरीके नाल ठोकर वजे किते जाग पवे इहदा मन सुचेत हो जाए गुरमुखो जागया होया मन एक शब्द पढ़ लै ते सुत्ता होया मन पूरे गुरु ग्रंथ साहिब दा पाठ कर लै दोनों च बड़ा फर्क जे जागया होया मन एक बारी वाहिगुरु कह दे ते सुत्ता मन बहुत कुछ कही जांदा है सुत्ता मन पौड़ियां पढ़ लैंदा ते भी यकीन नहीं करदा सुने दियां 4 पढ़ियां ने कि नहीं पूरियां कदी तुसीं पुछो सुत्ते दी की गल है जदों पिंडां च किते रहना ते मान लो कोई तुरिया हुंदा है ते राह च नहर रहर ते जिन्हां पानी लाना हुंदा सी पुछदे सन तू आया है शहरों नहर तो आया लंघ के कहिंदा लंघ के आया कहिंदे पुल तो लंघिया सी कहिंदा लंघिया नहर आई है आई दा मतलब पानी आया वो कहिंदा लंघिया तां जरूर आ मैनूं पता कोई नहीं आई है कि नहीं आई इहदा मतलब इह नहीं उह लंघिया नहीं सच्ची मुच्ची असीं वी नहर दी तरह ही लंघी जांदे आ सारा पाठ करके कहिंदे जपजी साहिब दीआं पौड़ियां पूरियां हो गईआं होणगीआं क्योंकि सुत्तिआं चल रिहा है गुरु साहिब कहिंदे अपने मन नूं जगा तूं हुण जागेगा कित्थे शब्द नाल बाणी नाल गुरु दी बख्शिश नाल सतगुरु ने इसे करके उस जागण नूं प्रवान कीता जागना जागन निका हर कीर्तन में जागना हुण सुनियो इस तो अगली बेनती सुतड़े सुखी सवन अपा कथा ते आईए अर्था ते जो रत्ते सह अपने जेड़े अपने खसम विच रत्ते होए आ सच एवे सुते होए भी सुखी ने हुण मन च उठेगा भी सुता होया किवें मैं 2-3 बेनतियां आप जी नूं बाणी चो करनियां ने कोई शब्द खब्बे सज्जे तो नहीं एक तां बड़ी गल स्पष्ट कि साडी मुकम्मल बॉडी तां सौंदी कोई नहीं पूरा शरीर थोड़ा सौंदा अखां चलो बंद ने आवाज़ कन्नां च नहीं आउंदी कुछ कि सिर दा सिस्टम थोड़ा बहुत सुन हो जांदा पर बॉडी दे इंटरनल पार्ट कदी सौंदे आ असीं सुते हाँ पर किडनी नहीं सौवेंगी वह मरण तक जागती रहेगी हार्ट बीट वो दिल बंद हो जाएगा काम असा बराबर ही किया हालांकि लत्तां बाहां थकदियां ने ते जदों आपां औखा काम हार्ड वर्क करने हैं ते दिल दी धड़कन दुगनी हो जाती है पर दिल ने कदी कहा अज मैं तेरे नाल दुगना मैं भी चलिया वा मैं भी रात नूं 8 घंटे चुप करके सोवांगा कदी नहीं सौंदा फिर बेनती सुनो की है सुते हुए दा जागना जदों आपां सोवांगे दिल जागेगा किडनी जागेगी साढ़े सवास चलणगे खून का सर्कल ब्लड प्रैशर बॉडी का अंदर का सिस्टम बिल्कुल सारा काम करेगा गुरमुखो जे एक बेहोशी विच बॉडी के अंदर के अंग प्रति अंग अपना काम करी जांदे आ जिहदी सुरत विच ते मन भी शब्द चला जाएगा उहदा बॉडी का कुछ हिस्सा सुता होगा पर शब्द सुत्या भी चलता होगा अभ्यास नाल है गुरु साहब ने इसनों स्वीकार किया महाराज की बाणी च एक बचन आता है क्या सवना क्या जागना आ है सुतड़े सुखी सवन क्या सवना क्या जागना गुरमुख ते परवान जिन्ना सास गिरास ना विसरै ते पूरे पुरख प्रदान गुरमुखो ये पाठ तुसी फिर दोबारा करो उहदे लई सौना कोई अर्थ नहीं उंज सच एवे मेरा ख्याल आत्मक जीवन तो बिना किसी दे जीवन ते कटाक्ष भी ना करिए जे मैं उस अवस्था च नहीं था
ਪਤਾ ਨਹੀਂ ਹੁੰਦਾ ਕਈ ਵਾਰੀ। ਸ਼੍ਰੀਮਾਨ ਭਾਈ ਵੀਰ ਸਿੰਘ ਹੁਣੀ ਉਹਨਾਂ ਨੇ ਉਹਨਾਂ ਦਾ ਜੀਵਨ ਲਿਖਿਆ, ਕਿਤਾਬ ਪੜ੍ਹਨ ਵਾਲੀ ਬਹੁਤ ਸੋਹਣੀ ਜੀ, ਇਹ ਨਾਮ ਨਾ ਵਿਸਰਿਆ ਸੰਤ ਪ੍ਰਸਾਦ, ਇੱਕ ਵਾਰੀ ਮੈਂ ਕਿਹਾ ਸੀ, ਬਹੁਤ ਸੋਹਣੀ ਪੁਸਤਕ ਹੈ। ਉਹਦੇ ਅਖੀਰ 'ਚ ਉਹਨਾਂ ਨੇ ਇੱਕ ਅੰਮ੍ਰਿਤਸਰ ਦੇ ਯਾਤਰੀ ਦਾ ਹਵਾਲਾ ਦਿੱਤਾ, ਦਰਬਾਰ ਸਾਹਿਬ ਉਹ ਗਿਆ ਅਤੇ ਜਦੋਂ ਪਰਿਕਰਮਾ 'ਚ ਗਿਆ ਨਾ ਜੀ, ਅਤੇ ਜਦੋਂ ਨਵਾਂ ਨਵਾਂ ਮੁੱਲਾਂ ਬਾਂਗਾਂ ਬੜੀਆਂ ਦਿੰਦਾ ਜੀ, ਯਾਦ ਰੱਖਿਓ, ਉਹ ਕਹਿੰਦਾ ਬਸ ਮੇਰੇ 'ਤੇ ਇਮਾਨ ਖਲੋਤਾ, ਸਾਡਾ ਵੀ ਹਾਲ ਹੈ, ਅੰਮ੍ਰਿਤ ਗੁਰੂ ਦੀ ਦਾਤ ਹੈ। ਕਈ ਵਾਰੀ ਕਈ ਬੰਦੇ ਐਸੇ ਦੇਖਿਆ ਛਕਣ ਤੋਂ ਬਿਨਾਂ, ਜਿਹਨੇ ਨਹੀਂ ਛਕਿਆ ਉਹਨਾਂ ਪਿੱਛੇ ਡਾਂਗ ਲੈ ਕੇ ਪੈ ਜਾਂਦੇ ਆ, ਨਵਾਂ ਨਵਾਂ ਕੰਮ ਸ਼ੁਰੂ ਹੋਇਆ ਨਾ ਜੀ। ਨਹੀਂ ਪਿਆਰਿਓ, ਨਫ਼ਰਤ ਨਾ ਕਰੀਏ, ਪਲੀਜ਼ ਮੇਰੀ ਬੇਨਤੀ ਹੈ, ਜੇ ਬੰਦਾ ਕੋਈ ਥਿੜਕ ਵੀ ਗਏ ਉਹਦੇ ਤੋਂ ਨਫ਼ਰਤ ਨਾ ਕਰੋ। ਇਹ ਪਿਆਰਿਓ, ਇੱਕ ਡਾਲਰ ਡਿੱਗ ਪਵੇ ਅਤੇ ਟਾਈ ਸ਼ਾਈ ਲਾਈ, ਅਤਰ ਫਲੇਲਾਂ ਲਾਈਆਂ, ਡਾਲਰ ਡਿੱਗ ਪਵੇ ਅਤੇ 6 ਫੁੱਟ ਦਾ ਬੰਦਾ ਝੁਕਣ ਨੂੰ ਤਿਆਰ ਹੈ। ਜੇ ਬੰਦਾ ਵਿਚਾਰਾ ਡਿੱਗ ਪਿਆ ਨਾ, ਆਕੜ ਕੇ ਨਾ ਰੋ ਥੋੜ੍ਹਾ ਜਿਹਾ, ਆਪਾਂ ਵੀ ਝੁੱਕ ਪਈਏ, ਕੀ ਪਤਾ ਉੱਠ ਹੀ ਪਵੇ। ਬਾਬਾ ਜੀ ਇਹ ਤਾਂ ਸਿਖਾਉਂਦੇ ਆ, ਜੇ ਡਿੱਗਿਆ ਤੂੰ ਥੋੜ੍ਹਾ ਜਿਹਾ ਤੂੰ ਵੀ ਝੁੱਕ ਜਾ, ਥੋੜ੍ਹੀ ਜਿਹੀ ਨਿਮਰਤਾ, ਥੋੜ੍ਹਾ ਜਿਹਾ ਉਹਦੀ ਗੱਲ ਸੁਣ ਤਾਂ ਸਹੀ। ਉਹ ਦਰਬਾਰ ਸਾਹਿਬ ਗਿਆ ਜੀ, ਉਹਨੇ ਕੀ ਦੇਖਿਆ, ਇੱਕ ਬੰਦਾ ਨਾ ਬਾਹਰ ਪਰਿਕਰਮਾ 'ਚ ਪਾਠ ਕਰੇ ਪਿਆ, ਉੱਚੀ ਉੱਚੀ ਪਾਠ ਕਰੇ। ਮੈਂ ਸਿਰਫ ਬੇਨਤੀ ਕਰਨ ਲੱਗਾ ਇੱਕ, ਕਿ ਜਿਹੜਾ ਬੰਦਾ ਟਿਕਿਆ ਹੈ, ਸਾਨੂੰ ਕੀ ਪਤਾ ਅਸੀਂ ਸੁੱਤਾ ਕਹਿ ਰਹੇ ਹੋ ਕਿੰਨਾ ਅੰਦਰੋਂ, ਉਹ ਪਾਠ ਕਰੇ ਉੱਚੀ ਉੱਚੀ ਅਤੇ ਉਹ ਕੋਲ ਚਲੇ ਗਏ। ਜਦੋਂ ਸ਼ਬਦ ਦਾ ਭੋਗ ਪਿਆ ਨਾ ਬਾਣੀ ਦਾ, ਨਾਲ ਹੀ ਕਹਿੰਦੇ ਨੇ ਭਾਈ ਸਾਹਿਬ ਅੰਦਰ ਕੀਰਤਨ ਹੋ ਰਿਹਾ, ਤੁਸੀਂ ਬਾਹਰ ਬਾਣੀ ਪੜ੍ਹੀ ਜਾ ਰਹੇ ਹੋ, ਤੁਸੀਂ ਬਾਹਰ ਪੜ੍ਹਦੇ ਪਏ ਹੋ। ਉਹਨੇ ਗੱਲ ਕੀ, ਕਹਿੰਦਾ ਭਰਾਵਾ ਮੈਂ ਅੰਦਰ ਜਾਂਦਾ ਰੋਜ਼, ਪਰ ਉੱਚੀ ਤੂੰ ਕਿਉਂ ਪੜ੍ਹ ਰਿਹਾ ਸੀ ਪੁੱਛਦਾ। ਉਹ ਕਹਿੰਦਾ ਇਸ ਕਰਕੇ ਪੜ੍ਹ ਰਿਹਾ ਸਾਂ, ਜਦੋਂ ਘਰ ਨੂੰ ਚੋਰ ਪੈ ਜਾਣ, ਅੱਗ ਲੱਗ ਜਾਏ, ਪਰ ਹਾਲ ਦਵਾਈ ਪਾਓ, ਕੀ ਪਤਾ ਕੋਈ ਬਚਾਈਦਾ, ਤੇਰੀ ਨਜ਼ਰ 'ਚ ਮੈਂ ਉੱਚੀ ਪੜ੍ਹਨਾ, ਪਰ ਮੈਨੂੰ ਮੇਰੇ ਅੰਦਰ ਦੀ ਹਾਲਤ ਇਹ ਹੀ, ਮੈਨੂੰ ਵਕਾਰ ਇੱਥੇ ਨਹੀਂ ਉਹ ਟਿਕਣ ਦਿੰਦੇ, ਮੈਂ ਉੱਚੀ ਉੱਚੀ ਤਾਂ ਬੋਲਣਾ, ਗੁਰੂ ਰਾਮਦਾਸ ਮੇਰੀ ਬਾਂਹ ਪਕੜ ਲਈ। ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਬਈ, ਤੂੰ ਬੋਲ ਰਿਹਾ। ਅੱਗੇ ਗਿਆ ਇੱਕ ਸੱਜਣ, ਨੇਤਰ ਬੰਦੋ ਚੁੱਪ ਕਰਕੇ ਬੈਠਾ। ਉਹਦੇ ਮਨ 'ਚ ਹੈ ਵੀ ਇਹ ਚੁੱਪ ਕਰਕੇ ਬੈਠਾ, ਉਹ ਬੋਲੀ ਜਾ ਰਿਹਾ ਸੀ। ਉਹਨੂੰ ਹਲੂਣ ਕੇ ਕਹਿੰਦਾ, ਕਿਉਂਕਿ ਕਈਆਂ ਦੀ ਆਦਤ ਨਹੀਂ, ਹਲੂਣ ਕੇ ਕਹਿੰਦਾ ਤੁਸੀਂ ਅੰਦਰ ਬਾਹਰ ਬੈਠੇ ਹੋ ਚੁੱਪ ਕਰਕੇ, ਅੰਦਰ ਕੀਰਤਨ ਚੱਲਦਾ। ਉਹ ਅੱਖਾਂ ਖੋਲ੍ਹ ਕੇ ਕਹਿੰਦਾ ਹੈ ਮੈਂ ਅੰਦਰ ਵੀ ਜਾਂਦਾ ਰਿਹਾ, ਉਸ ਕੀਰਤਨ ਨੂੰ ਸੁਣਨ ਤੋਂ ਬਾਅਦ ਮੈਂ ਹੁਣ ਅਭਿਆਸ ਕਰਨਾ। ਗੁਰੂ ਰਾਮਦਾਸ ਕਹਿੰਦਾ ਅੰਦਰ ਵੀ ਕੀਰਤਨ ਚੱਲਦਾ, ਮੈਂ ਉਹ ਅੰਦਰ ਵਾਲਾ ਕੀਰਤਨ ਰੋਜ਼ ਸੁਣਨਾ ਵਾਂ। ਕਾਇਓ ਦੇਵਾ ਕਾਇਓ ਦੇਵਲ, ਇਉਂ ਕਹੋ ਜੀ। ਇੱਕ ਸ਼ਬਦ ਮਹਾਰਾਜ ਦਾ ਆਉਂਦਾ, ਗੁਰਦ ਖਲਾਈ ਮੋਰੀ ਜਿਤ ਮਿਰਗ ਪਰਤ ਹੈ ਜੋਤੀ ਚੋਰੀ, ਮੂੰਹ ਲੀਏ ਦਰਵਾਜ਼ੇ ਬਾਜੀਏ ਲਿਆ ਨਾ ਹੱਦ ਬਾਜੇ, ਮੈਂ ਤਾਂ ਦਰਵਾਜ਼ੇ ਬੰਦ ਕੀਤੇ ਨੇ, ਮੈਂ ਅੰਦਰ ਦਾ ਕੀਰਤਨ ਰੋਜ਼ ਸੁਣਨਾ ਵਾਂ। ਪਰ ਉਸ ਕੀਰਤਨ ਤੋਂ ਬਿਨਾਂ ਇਹ ਨਹੀਂ ਸੀ ਚੱਲਣਾ, ਉਹਨੂੰ ਸਮਝ ਨਹੀਂ ਪਈ ਲਾ ਪਈ। ਫਿਰ ਉਹ ਸਮਝ ਪਈ, ਕਹਿੰਦਾ ਬਾਕੀ ਤੂੰ ਵੀ ਠੀਕ ਹੈ। ਜਦੋਂ ਤੀਸਰੀ ਥਾਂ 'ਤੇ ਗਿਆ ਜੀ, ਇੱਕ ਢੋਲ ਆ ਕੇ ਬੈਠਾ, ਕਹਿੰਦਾ ਇਹ ਸੁੱਤਾ ਹੈ, ਇਹ ਸੁੱਤਾ ਹੋਣਾ। ਉਹਨੂੰ ਹਿਲਾ ਕੇ ਕਹਿੰਦਾ ਉੱਠੋ, ਪ੍ਰਕਾਸ਼ ਹੋ ਗਿਆ ਮਹਾਰਾਜ ਦਾ। ਉਹਨੇ ਖੋਕਾ ਲੈ ਕੇ ਕਿਹਾ ਗੁਰੂ ਰਾਮਦਾਸ ਬਖਸ਼ ਦਈ। ਕਹਿੰਦਾ ਮੈਂ ਤਾਂ ਉਠਾਇਆ ਤੁਹਾਨੂੰ। ਕਹਿੰਦਾ ਮੈਂ ਗੁਰੂ ਦੀ ਗੋਦ 'ਚ ਪਿਆ ਸਾਂ, ਤੂੰ ਮੈਨੂੰ ਉਠਾ ਕੇ ਵਿੱਚੋਂ ਕੱਢ ਦਿੱਤਾ ਹੈ। ਹੁਣ 3 ਬੰਦੇ ਨੇ, ਕੀ ਆਤਮਕ ਅਵਸਥਾ ਨੂੰ ਇੱਕ ਪੱਧਰ 'ਤੇ ਆਪਾਂ ਤੋਰ ਸਕਾਂਗੇ? ਗੁਰਮੁਖੋ, ਜਿਸ ਅੰਦਰ ਸ਼ਬਦ ਦੀ ਬਰਕਤ ਹੈ, ਉਹਦਾ ਮੰਜੇ 'ਤੇ ਲੇਟਿਆ ਹੋਇਆ ਵੀ ਅੰਦਰ 8 ਪੈਰ ਸਿਮਰਨ ਚੱਲਦਾ, ਜਿਹਦੀ ਅਵਸਥਾ ਕੋਈ ਨਹੀਂ, ਕਈ ਵਾਰੀ 8 ਪੈਰ ਗੁਰਦੁਆਰੇ ਬੈਠਾ ਰਹਿੰਦਾ, ਸੁੱਕੇ ਦਾ ਸੁੱਕਾ। ਮਹਾਰਾਜ ਜੀ ਨੇ ਕਿਹਾ ਕਿਆ ਸਵਣਾ ਕਿਆ ਜਾਗਣਾ, ਗੁਰਮੁਖ 'ਤੇ ਪ੍ਰਵਾਨ, ਜਿਨ੍ਹਾਂ ਸਾਂਸ ਗਿਰਾਸ ਨਾ ਵਿਸਰੇ, ਅਤੇ ਪੂਰੇ ਪੁਰਖ ਪ੍ਰਧਾਨ, ਕਰਮੀ ਸਤਿਗੁਰ ਪਾਈਐ ਅੰਨ ਦਿਨ ਲਾਗੈ ਸਹਿਜ ਧਿਆਨ, ਤਿੰਨ ਕੀ ਸੰਗਤ ਮਿਲ ਰਹਾਂ ਦਰਗਹਿ ਪਾਈ ਮਾਨ, ਸੌਂਦੇ ਵਾਹ ਵਾਹ ਉਚਰੈ ਸੁਤਰੇ ਸੁਖੀ ਸਵਨ, ਸੌਂਦੇ ਵਾਹ ਵਾਹ ਉਚਰੈ ਸੁੱਤਿਆਂ ਵੀ ਗੁਰੂ ਗੁਰੂ ਜਪ ਕੇ ਸੁੱਤੇ, ਉੱਠਦੇ ਪੀ ਵਾਹ ਕਰੇਨ, ਸੌਂਦੇ ਵਾਹ ਵਾਹ ਉਚਰੈ ਉੱਠਦੇ ਪੀ ਵਾਹ ਕਰੇਨ, ਨਾਨਕ ਤੇ ਮੁੱਖ ਉਜਲੇ ਜੇ ਨਿੱਤ ਉੱਠ ਸੰਭਾਲ ਲੈਣ। ਮਹਾਰਾਜ ਕਹਿੰਦੇ ਉਹ ਮੁੱਖ ਉਜਲੇ ਨੇ ਜਿਹੜੇ ਸੁੱਤੇ ਵੀ ਸੰਭਾਲਦੇ ਪਏ ਆ। ਫਿਰ ਅਗਲੀ ਬੇਨਤੀ ਇੱਕ ਹੋਰ, ਕਿ ਜਦੋਂ ਸੁੱਤਿਆਂ ਸਿਮਰਨ ਚੱਲਦਾ, ਇਹ ਕੋਈ ਭੇਖ ਦੀ ਗੱਲ ਨਹੀਂ ਬਾਰਮੁਖੀ, ਸੱਚਮੁੱਚ ਜਦੋਂ ਅੰਦਰ ਸਿਮਰਨ ਚੰਨ ਲੱਗ ਪੈਂਦਾ,
ਜ਼ਬਾਨ ਬਿਲਕੁਲ ਨਹੀਂ ਜੇ ਬੋਲਦੀ ਤੇ ਕੰਨ ਬਾਹਰ ਮੁਕੀ ਸੁਣਦੇ ਨਹੀਂ, ਸਿਮਰਨ ਚੱਲਦਾ ਹੋਵੇ ਤੁਸੀਂ ਆਪਣੀ ਕਿਤੇ ਨਾੜੀ ਨੂੰ ਹੱਥ 'ਚ ਪਕੜ ਕੇ ਨੇਤਰ ਬੰਦ ਕਰਕੇ ਦੇਖਿਓ, ਇੰਜ ਪ੍ਰਤੀਤ ਹੋਵੇਗਾ ਮੇਰੀ ਨਬਜ਼ ਵੀ ਜਿਵੇਂ ਗੁਰੂ ਗੁਰੂ ਕਹਿੰਦੀ ਪਈ ਹੈ। ਅੰਦਰ ਸਿਮਰਨ ਚੱਲੇ, ਬਾਹਰ ਹਰ ਥਾਂ ਸਿਮਰਨ ਹੈ। ਤੁਹਾਡੇ ਘਰ 'ਚ ਲੱਗੀ ਕੋਈ ਵਾਲ ਘੜੀ, ਉਹਦੀ ਟਿੱਕ ਟਿੱਕ ਵੀ ਇੰਜ ਮਹਿਸੂਸ ਹੋਵੇਗਾ ਕਿਤੇ ਵਾਹਿਗੁਰੂ ਵਾਹਿਗੁਰੂ ਤੇ ਨਹੀਂ ਕਹਿੰਦੀ ਪਈ। ਸੱਚ ਇਹ ਅੰਦਰ ਟਿਕਿਆ ਹੋਵੇ, ਅਤੇ ਕਈ ਵਾਰੀ ਜੋ ਜਾ ਕੇ ਨਹੀਂ ਮਿਲਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਮੈਂ ਬਾਣੀ ਚ ਅਰਜ ਕਰਾਂਗਾ, ਕਈ ਵਾਰੀ ਜਿਸ ਲਈ ਬੇਬਲਤਾ ਲਈ ਆਪਾਂ ਕਈ ਕਈ ਦਿਨ ਰੋਂਦੇ ਹਾਂ ਜਾਗਨੇ ਹਾਂ, ਜਿਹੜਾ ਜਾਗ ਕੇ ਨਹੀਂ ਮਿਲਦਾ, ਬਾਬਾ ਕਹਿੰਦਾ ਕਈ ਵਾਰੀ ਸੁੱਤਿਆਂ ਸਭ ਕੁਝ ਦੇ ਜਾਂਦਾ ਹੈ। ਇਸ ਸ਼ਬਦ ਨੂੰ ਫਿਰ ਬੇਨਤੀ ਸੁਣੋ ਕਿ ਜਿਹੜਾ ਜਾਗਦਿਆਂ ਨਾਲ ਮਿਲਿਆ ਆਪਾਂ ਕਹਾਂਗੇ ਸੁੱਤਿਆਂ ਕਿਵੇਂ ਮਿਲ ਗਿਆ। ਗੁਰਬਾਣੀ ਨੇ ਸੁਪਨੇ ਦਾ ਬੜਾ ਜ਼ਿਕਰ ਕੀਤਾ ਹੈ, ਅਤੇ ਸੁੱਤਿਆਂ ਦਾ ਸੁਪਨਾ ਵੀ ਹੈ ਅਤੇ ਜਾਗਦਿਆਂ ਦਾ ਵੀ ਹੈ। ਗੁਰੂ ਸਾਹਿਬ ਨੇ ਜਾਗਦਿਆਂ ਦੇ ਸੁਪਨੇ ਲਈ ਕਿਹਾ ਜਗ ਜੀਵਨ ਐਸਾ ਸੁਪਨੇ ਜੈਸਾ ਜਗ ਜੀਵਨ, ਸੁਪਨ ਸਮਾਨ ਰੇ ਨਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨਾ ਬਾਹਰ। ਗੁਰੂ ਸਾਹਿਬ ਦੇ ਬਚਨ ਨੇ ਕਹਿੰਦੇ ਜਿਹੜਾ ਬੰਦਾ ਜਾਗਦਾ ਸਿਮਰਨ ਕਰ ਰਿਹਾ ਉਹ ਸੁੱਤੜੇ ਸੁਖੀ ਸਮਾਨ ਕਿਵੇਂ ਹੈ। ਜਾਗਦਿਆਂ ਸਿਮਰਨ ਕਰ ਰਿਹਾ, ਜੇ ਬਿਰਹਾ ਵਿੱਚ ਬਾਣੀ ਪੜ੍ਹ ਕੇ ਗਿਆ ਅਤੇ ਜੋ ਕੁਝ ਆਪਾਂ ਸੋਚਦੇ ਹਾਂ, ਕਿਉਂਕਿ ਉਹ ਸੁਪਨੇ 'ਤੇ ਬਹੁਤ ਕੁਝ ਲਿਖਿਆ ਗਿਆ, ਅਧਿਆਤਮਿਕਤਾ ਵਿੱਚ ਵੀ, ਈਵਨ ਕਿ ਮਨੋਵਿਗਿਆਨ ਜਿਸ ਜਿਸ ਨੂੰ ਇਉਂ ਸਮਝੋ ਸ਼ੁਰੂਆਤ ਕਹਿੰਦੇ ਆ ਸਿਗਮਨ ਫਰਾਈਟ, ਉਸ ਬੰਦੇ ਨੇ ਸੁਪਨੇ ਉੱਤੇ ਬਹੁਤ ਕੁਝ ਲਿਖਿਆ। ਅੱਜ ਉਸੀ ਪਦਤੀ ਨੂੰ ਸਵੀਕਾਰ ਕੀਤਾ ਜਾ ਰਿਹਾ। ਮਨੋਵਿਗਿਆਨ ਜਾਂ ਮਨੋ ਜਿਹੜੇ ਰੋਗੀ ਨੇ ਉਹਨਾਂ ਦਾ ਇਲਾਜ ਉਹ ਡਾਕਟਰੀ ਹੈ ਕਰ ਰਿਹਾ। ਇੱਕ ਬੜੀ ਸਿੱਧੀ ਜੀ ਗੱਲ, ਬੋਲਣਾ ਨਹੀਂ ਵੇਖਣਾ ਨਹੀਂ, ਜੋ ਕੁਝ ਮੇਰੇ ਮਨ 'ਚ ਥਾਟ ਪੈਦਾ ਹੋਇਆ, ਖਿਆਲ ਪੈਦਾ ਹੋਇਆ, ਉਹਨੂੰ ਮੈਂ ਬੋਲਿਆ ਨਹੀਂ, ਉਹ ਪੂਰਾ ਵੀ ਨਹੀਂ ਹੋਇਆ ਖਿਆਲ, ਉਹ ਸਭ ਕੌਨਸ਼ੀਅਸ ਮਾਈਂਡ ਵਿੱਚ ਬੀਜ ਚਲਾ ਗਿਆ। ਅਤੇ ਯਾਦ ਰੱਖਿਓ ਉਸ ਵਿੱਚ ਪਏ ਹੋਏ ਬੀਜ ਕਈ 50 ਸਾਲ ਪਹਿਲਾਂ ਖਿਆਲ ਪੈਦਾ ਹੋਇਆ, ਸੱਚਮੁੱਚ ਉਹ ਬੀਜ ਕਈ ਵਾਰੀ ਸੁਪਨੇ ਵਿੱਚ ਰੁੱਖ ਬਣ ਕੇ ਸਾਹਮਣੇ ਆ ਜਾਂਦਾ। ਆਪਾਂ ਕਹਿੰਦੇ ਮੈਂ ਤਾਂ ਯਾਦ ਹੀ ਨਹੀਂ ਸੀ ਕੀਤਾ, ਨਹੀਂ ਨਹੀਂ ਝੂਠ ਹੈ, ਸੁਪਨਾ ਆਉਂਦਾ ਹੀ ਉਸ ਚੀਜ਼ ਦਾ ਜਿਹਨੂੰ ਕਦੀ ਚਿੰਤਨ 'ਚ ਪਹਿਲਾਂ ਲਿਆਂਦਾ ਹੋਵੇ। ਬਿਲਕੁਲ ਇਸੇ ਤਰ੍ਹਾਂ ਜਿਹੜਾ ਰੂਹਾਨੀਅਤ ਦਾ ਸੁਪਨਾ ਹੈ ਉਹ ਸੁੱਤਿਆਂ ਜਦੋਂ ਆਉਂਦਾ ਹੈ, ਗੁਰੂ ਗ੍ਰੰਥ ਸਾਹਿਬ ਨੇ ਉਸ ਨੂੰ ਸੁੱਖ ਦੀ ਨੀਂਦ ਕਿਹਾ ਹੈ। ਆਓ ਬਾਣੀ 'ਚੋਂ ਬਾਬਾ ਜੀ ਦੇ ਬਚਨ ਨੇ, ਇੱਕ ਤਾਂ ਸਤਿਗੁਰੂ ਜੀ ਦਾ ਸ਼ਬਦ ਹੈ ਵਡਹੰਸ ਦਾ, ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ। ਇਸ ਦੀਆਂ ਅਖੀਰਲੀਆਂ ਤੁਕਾਂ ਪੜ੍ਹੋ, ਮੈਂ ਰਵੰਦੀ ਸਭ ਜਗ ਰੋਨਾ, ਇਹ ਜਾਗਦਿਆਂ ਤੇਰੇ ਬਿਰਹਾਂ ਵਿੱਚ ਆ ਕੇ ਮੈਂ ਰੋਈ, ਤੇਰੇ ਮਿਲਾਪ ਲਈ ਮੈਂ ਰੋਨੀ ਖਾਂ। ਮੈਂ ਰਵੰਦੀ ਸਭ ਜਗ ਰੋਨਾ, ਰੁਨੜੇ ਬਣੋ ਪੰਖੇਰੂ, ਸੱਚਮੁੱਚ ਮੇਰੇ ਵੈਣ ਸੁਣ ਕੇ ਜੰਗਲ ਦੇ ਪੰਛੀ ਵੀ ਰੋਣ ਲੱਗ ਪਏ, ਰੁੱਖਾਂ ਦੇ ਪੱਤੇ ਰੋਏ। ਮੈਂ ਰਵੰਦੀ ਸਭ ਜਗ ਰੁਨਾ, ਰੁਨੜੇ ਬਣੋ ਪੰਖੇਰੂ, ਇੱਕ ਨਾ ਰੁਨਾ ਮੇਰਾ ਤਨ ਕਾ ਬਿਰਹਾ। ਇਹਦੇ ਅਰਥ ਵੈਸੇ ਕਈਆਂ ਨੇ ਕੀਤਾ, ਮੇਰੇ ਰੋਣੇ ਨੂੰ ਸੁਣ ਕੇ ਪੰਛੀਆਂ ਨੂੰ ਤਰਸ ਆ ਗਿਆ, ਜੰਗਲ ਨੂੰ ਤਰਸ ਆ ਗਿਆ। ਮੈਨੂੰ ਇੰਝ ਲੱਗਦਾ ਜਦੋਂ ਕਿਤੇ ਅੰਦਰੋਂ ਦਰਦ ਭਰੀ ਚੀਕ ਨਿਕਲਦੀ ਹੈ, ਸੱਚਮੁੱਚ ਉਹ ਜੜ ਅਤੇ ਚੇਤਨ ਨੂੰ ਪ੍ਰਭਾਵਿਤ ਕਰਕੇ ਜਾਂਦੀ ਹੈ। ਮੈਂ ਰਵੰਦੀ ਸਭ ਜਗਰੂਨਾ, ਰੁਨੜੇ ਬਣੋ ਪੰਖੇਰੂ, ਇੱਕ ਨਾ ਰੁਨਾ ਮੇਰੇ ਤਨ ਕਾ ਬਿਰਖਾ, ਜਿਨਖੋਂ ਪਿਰੋਂ ਵਿਛੋੜੀ। ਹੁਣ ਅਗਲਾ ਜਿਹੜਾ ਬਚਨ ਉਹ ਨੀਂਦ ਨਾਲ ਰਿਲੇਟਡ ਹੈ। ਸੁਪਨੇ ਆਇਆ ਪੀ ਗਿਆ, ਸੁੱਤੜੇ ਸੁਖੀ ਸਵੰਨ ਜੋ ਰੱਤੇ ਸ਼ਹਿ ਆਪਣੇ। ਹੁਣ ਉਹ ਬਿਰਹਾਂ 'ਚ ਰੋਏ, ਕਹਿਣ ਲੱਗੇ ਸੁਪਨੇ ਆਇਆ ਮੈਂ ਸੁੱਤਾ ਸਾਂ, ਜਿਹਨੂੰ ਮੈਂ ਜਾ ਕੇ ਲੱਭਣਾ ਚਾਹੁੰਦਾ, ਜਦੋਂ ਸੁਪਨਾ ਆਇਆ ਮਹਿਬੂਬ ਮੇਰੇ ਸੁਪਨੇ ਵਿੱਚ ਆ ਗਿਆ। ਸੁਪਨੇ ਆਇਆ ਪੀ ਗਿਆ, ਥੋੜ੍ਹਾ ਚਿਰ ਆਇਆ ਅੱਖਾਂ ਖੁੱਲੀਆਂ, ਮੈਂ ਜਲ ਭਰਿਆ ਰੋਏ, ਜਦੋਂ ਜਾਗਦਾ ਸਾਂ ਉਦੋਂ ਵੀ ਰੋਂਦਾ ਸੁੱਤਾ, ਉਦੋਂ ਇਸ ਕਰਕੇ ਰੋਂਦਾ ਸਾਂ ਤੇਰੇ ਦਰਸ਼ਨ ਕਦੋਂ ਹੋਣਗੇ, ਹੁਣ ਸੁੱਤਿਆਂ ਇਸ ਕਰਕੇ ਰੋਨਾ ਵਾਂ ਮੈਨੂੰ ਜਾ ਕਿਉਂ ਆ ਗਈ ਹੈ। ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝ ਕਨ ਪਿਆਰੇ, ਭੇਜ ਨਾ ਸਕਾਂ ਕੋਈ ਆਹ ਹੈ, ਆਓ ਸੁਭਾਗੀ ਸੁੱਤੜੇ ਸੁਖੀ ਸਵਰਨ ਜੋ ਰੱਤੇ ਸ਼ਹਿ ਆਪਣੇ। ਆਓ ਸੁਭਾਗੀ ਨਿੰਦੜੀਏ ਮਤ ਸ਼ੋ ਦੇਖਾਂ ਸੋਏ, ਦੁਬਾਰਾ ਕਹਿੰਦਾ ਕਿਤੇ ਨੀਂਦ ਇਹੋ ਜਿਹੀ ਆ ਜਾ
ਮੈਨੂੰ ਸੁਪਨੇ ਵਿੱਚੋਂ ਝਲਕ ਮਿਲ ਜਾਏ। ਇਸ ਨੂੰ ਬਾਬਾ ਜੀ ਨੇ ਕਿਹਾ ਕਿ ਕਬ ਦੇਖੂੰ ਪ੍ਰਭ ਆਪਣਾ ਆਤਮਕ ਰੰਗ, ਜਾਗਣ ਤੇ ਸੁਪਨਾ ਭਲਾ ਬਸੀਏ ਪ੍ਰਭ ਸੰਗ। ਸਤਿਗੁਰੂ ਗੁਰੂ ਅਰਜਨ ਦੇਵ ਦਾ ਇੱਕ ਬਚਨ ਹੈ ਜੀ, ਸੁਪਨੇ ਉਪੀ ਪਈ ਗਇਓ ਕੀ ਨਾ ਅੰਚਲਾ। ਮੈਂ ਇਸ ਕਰਕੇ ਕਿਹਾ ਐਵੇਂ ਅਲੰਕਾਰ ਨਹੀਂ ਵੀ ਮਹਾਰਾਜ ਨੇ ਖਿਆਲ ਦੇ ਦਿੱਤਾ ਸੁੱਤੜੇ ਸੁਖੀ ਸਵਨ ਜੋ ਰੱਤੇ ਸ਼ਹਿ ਆਪਣੇ। ਅਸਲ 'ਚ ਇਹ ਇੱਕ ਆਤਮਕ ਅਵਸਥਾ ਹੈ। ਮਹਾਰਾਜ ਸ਼ਬਦ ਵਰਤਦੇ ਆ ਕਿ ਸੁਪਨਾ ਆਇਆ, ਮੈਂ ਉੱਠ ਕੇ ਖੜੀ ਹੋ ਗਈ ਅਤੇ ਸਤਿਗੁਰੂ ਕਹਿੰਦੇ ਆ ਇੰਨਾ ਸੋਹਣਾ ਸੁਪਨਾ, ਗੁਰੂ ਅਰਜਨ ਦੇਵ ਕਹਿੰਦੇ ਆ ਕਿ ਜਦੋਂ ਮੈਂ ਉਹਦਾ ਲੜ ਪਕੜਨ ਲੱਗੀ ਮੇਰੇ ਹੱਥ 'ਚ ਕੁਝ ਨਾ ਆਇਆ। ਸੁਪਨਾ ਉਭੀ ਪਈ ਗਇਓ ਕੀ ਨਾ ਅੰਚਲਾ, ਸੁੰਦਰ ਪੁਰਖ ਵਿਜਾ ਵਿਰਾਜਤ ਪੇਖ ਮਨ ਬੰਚਲਾ। ਇੱਕ ਸੁਪਨੇ ਦਾ ਜ਼ਿਕਰ ਭਾਈ ਸਾਹਿਬ ਨੇ ਕੀਤਾ, ਭਾਈ ਗੁਰਦਾਸ ਨੇ। ਉਂਝ ਵੈਸੇ ਉਹ ਸਾਰੇ ਸਿੰਘ ਆਪਣੇ ਕਵਿਤਾ ਗੁਰਪੁਰਬ ਵਾਲੇ ਦਿਨ ਹੀ ਪੜ੍ਹਦੇ ਆ, ਉਹਦਾ ਸੰਬੰਧ ਇਹ ਸਲੋਕ ਨਾਲ। ਸੁਪਨ ਚਰਿੱਤਰ ਚਿੱਤਰ ਬਾਨਕ ਬਣੇ ਬਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਉਹ ਸਿਰਫ ਇਹ ਲੈ ਲੈਣੇ ਆਜ ਮੋਰੇ ਆਏ ਹੈ ਜੀ, ਪਰ ਉਹਦਾ ਸੰਬੰਧ ਇਸ ਸਲੋਕ ਨਾਲ। ਸੁਪਨ ਚਰਿੱਤਰ, ਚਰਿੱਤਰ ਦਰ ਤੇ ਕੌਤਕ ਕਰਨ ਵਾਲਾ, ਬਣ ਕੇ ਬਣੇ ਬਚਿੱਤਰ ਹੈਰਾਨ ਕਰਨ ਵਾਲਾ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਕੌਤਕ ਕਰਨ ਵਾਲਾ ਮੇਰਾ ਮਹਿਬੂਬ, ਮੇਰਾ ਮਿੱਤਰ ਅੱਜ ਮੇਰੇ ਸੁਪਨੇ 'ਚ ਆ ਗਿਆ। ਮੈਂ ਚਲੋ ਅਖੀਰਲੀ ਤੁਕ ਲੈਣੀ ਚਾਹੁੰਦਾ। ਕਹਿਣ ਲੱਗੇ ਚਾਤਰਿਕ ਸ਼ਬਦ ਸੁਣ ਅੱਖੀਆਂ ਉਗਰ ਗਈ, ਆਹ ਹੈ ਸੁੱਤੜੇ ਸੁਖੀ ਸਵਨ। ਇੰਨੀ ਦੇਰ ਨੂੰ ਜਦੋਂ ਸੁਪਨੇ 'ਚ ਆਇਆ ਇਹ ਨਿਕੰਮਾ ਚਾਤਰਕ ਪੀਓ ਪੀਓ ਬੋਲਣ ਲੱਗਾ, ਇਸ ਭੈੜੇ ਦੀ ਆਵਾਜ਼ ਨੇ ਮੈਨੂੰ ਸੁੱਤੇ ਨੂੰ ਉਠਾ ਦਿੱਤਾ। ਅਤੇ ਮੈਂ ਰੋਇਆ ਕਿ ਇੰਨੇ ਦਿਨ ਹੋ ਗਏ ਪਿਆਰੇ ਤੋਂ ਵਿਛੜਿਆ, ਤੂੰ ਚੁੱਪ ਕਰ ਜਾਂਦਾ, ਮੇਰੀ ਨੀਂਦ ਨੂੰ ਕਿਉਂ ਤੂੰ ਤੋੜ ਦਿੱਤਾ ਹੈ, ਆਹ ਨੀਂਦ ਹੈ ਸੁਖੀ। ਚਾਤਰਿਕ ਸ਼ਬਦ ਸੁਣ ਅੱਖੀਆਂ ਉਗਰ ਗਈ, ਭਈ ਜਲ ਮੀਨ ਗਤ ਬਿਰਹੋਂ ਜਗਾਏ ਹੈ। ਇਸ ਤਰ੍ਹਾਂ ਨੀਂਦ ਤੋਂ ਬਿਨਾਂ ਮੈਂ ਤੜਫੀ ਜਿਵੇਂ ਮੱਛੀ ਪਾਣੀ ਤੋਂ ਬਿਨਾਂ। ਇਹਨੂੰ ਭਾਈ ਸਾਹਿਬ ਨੇ ਲਿਖਿਆ ਕਿ ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸੀਂ ਧਾ ਗਲਵੱਕੜੀ ਪਾਈ। ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸੀਂ ਧਾ ਗਲਵੱਕੜੀ ਪਾਈ। ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਭਾਈ ਵੀਰ ਸਿੰਘ, ਮੈਂ ਤਾਂ ਬੇਨਤੀ ਕੀਤੀ ਇਹ ਸੁੱਤੜੇ ਸੁਖੀ ਸਵਨ ਇਹ ਉਹ ਪੋਜ਼ਿਟਿਵ ਨੀਂਦ ਹੈ ਜਿਹੜੀ ਸਿਮਰਨ ਵਿੱਚੋਂ ਪੈਦਾ ਹੁੰਦੀ ਹੈ, ਜਿਹੜਾ ਸੁੱਤਾ ਹੋਇਆ ਬੰਦਾ ਵੀ ਅੰਦਰ ਨਾਮ ਚੱਲਦਾ ਹੈ। ਅਗਲੀ ਗੱਲ, ਕਈ ਵਾਰੀ ਸੁਪਨਾ ਬੰਦੇ ਨੂੰ ਬਦਲ ਜਾਂਦਾ ਜੀ, ਸੁਪਨੇ ਦੀ ਬੜੀ ਆਪਣੀ ਥਾਂ। ਮੈਂ ਇੱਕ ਦਿਨ ਕਿਹਾ ਸੀ ਚੰਗਾ ਮੰਦਾ ਸੁਪਨਾ ਬੋਡੀ ਨੂੰ ਪ੍ਰਭਾਵਿਤ ਕਰਦਾ ਹੈ, ਗੰਦਾ ਸੁਪਨਾ ਬੋਡੀ ਨੂੰ ਪ੍ਰਭਾਵਿਤ ਨਹੀਂ ਕਰਦਾ। ਸਭ ਨੂੰ ਪਤਾ ਹੈ ਉਹ ਬਿਮਾਰੀ ਇੱਕ, ਜੇ ਉਹ ਸਿਰਫ ਇੱਕ ਖਿਆਲ ਸੁੱਤਿਆਂ ਆਇਆ ਉਹ ਬੋਡੀ ਨੂੰ ਪ੍ਰਭਾਵਿਤ ਕਰ ਗਿਆ, ਅਤੇ ਜਿਹਨੂੰ ਸੁਪਨਿਆਂ ਗੁਰੂ ਦਾ, ਗੁਰਮੁਖ ਦਾ, ਬਾਣੀ ਦਾ ਆਵੇਗਾ ਉਹਨੂੰ ਕਿਉਂ ਨਹੀਂ ਪ੍ਰਭਾਵਿਤ ਕਰੇਗਾ। ਉਸ ਦਿਨ ਤੁਸੀਂ ਦੇਖੋਗੇ ਜਿੱਦਣ ਸੁਪਨਾ ਗੁਰਦੁਆਰੇ ਦਾ, ਸਿਮਰਨ ਦਾ, ਬਾਣੀ ਦਾ। ਅਤੇ ਉਂਝ ਵੈਸੇ ਨਾ ਜ਼ਿਆਦਾਤਰ ਸੁਪਨੇ ਜਿਹੜੇ ਆ ਉਹ ਬਚਪਨ ਦੇ ਬੜੇ ਹੁੰਦੇ ਆ, ਭਾਵੇਂ ਤੁਸੀਂ ਕਨੇਡਾ 10 ਕਮਰਿਆਂ ਦਾ ਘਰ ਬਣਾਇਆ ਹੈ, ਅਤੇ ਚੇਤੇ ਰੱਖੋ ਸੁਪਨਾ ਉਹੀ ਆਉਣਾ ਜਿਹੜੀ ਪੰਜਾਬ ਵਾਲਾ ਢਾਰਾ ਹੈ। ਜ਼ਿਆਦਾਤਰ ਸੁਪਨੇ ਉਹੀ ਆਉਂਦੇ ਨੇ ਕਿਉਂਕਿ ਸਾਡੇ ਸਭ ਕੌਨਸ਼ੀਅਸ ਮਾਇੰਡ ਵਿੱਚ ਉਹ ਜ਼ਿਆਦਾ ਹੈ, ਉਹ ਬੈਠਾ ਹੋਇਆ ਹੈ। ਸੁਪਨਾ ਬੜਿਆਂ ਨੂੰ ਬਦਲ ਗਿਆ। ਸੇਂਟ ਪਾਲ ਨੂੰ ਸੁਪਨੇ 'ਚ ਈਸਾ ਮਿਲੇ, ਮੈਂ ਬਾਣੀ ਦੀ ਰੋਸ਼ਨੀ ਕਹਾਂਗਾ, ਏਡਾ ਵੱਡਾ ਯਹੂਦੀ ਉਹ ਬਦਲ ਦਿੱਤਾ। ਆਪ ਨੂੰ ਪਤਾ ਹੋਵੇ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਕਿ ਪੀਰ ਬੁੱਧੂ ਸ਼ਾਹ ਦੇ ਪੁੱਤ ਦੋਵੇਂ ਮਾਰੇ ਗਏ। ਮੈਂ ਇੱਕ ਵਾਰ ਕਿਹਾ ਸੀ ਸੰਡੋਰੇ ਦਾ ਵਸਨੀਕ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਉਮਰ ਕਰਕੇ ਯਾਦਾ ਪੁੱਤਰ ਦੋ ਸ਼ਹੀਦ ਹੋਏ, ਅਤੇ ਜਦੋਂ ਮਹਾਰਾਜ ਪੰਗਾਣੀ ਦਾ ਯੁੱਧ ਸਮਾਪਤ ਹੋਇਆ ਉਸ ਵਕਤ ਪੀਰ ਜੀ ਨੂੰ ਇਹੀ ਕਿਹਾ ਕਿ ਸਾਨੂੰ ਹਮਦਰਦੀ ਹੈ ਤੁਹਾਡੇ ਦੋ ਪੁੱਤਰ ਅੱਜ ਮੈਦਾਨ ਵਿੱਚ ਸ਼ਹੀਦ ਹੋਏ। ਉੱਥੇ ਸ਼ਬਦ ਵਰਤਿਆ, ਚਲੋ ਮੈਂ ਵੀ ਸ਼ਹੀਦ ਵਰਤਣਾ, ਆਪਾਂ ਵੀ ਸਾਰੇ ਵਰਤਣੇ ਆ। ਮੈਂ ਇੱਕ ਦਿਨ ਕਿਹਾ ਸੀ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਜਾਰਾ ਸ਼ਬਦ ਜਿਹੜਾ ਮਰਨਾ ਸਵੀਕਾਰਿਆ ਹੈ, ਮਰਨਾ ਸ਼ਬਦ ਮਾੜਾ ਨਹੀਂ। ਜੇ ਕੋਈ ਜੀ ਫਲਾਣਾ ਸਿੰਘ ਸੰਘਰਸ਼ ਮਰ ਗਿਆ ਤਾਂ ਆਪਾਂ ਇਹ ਨਾ ਕਹੀ ਦੀਏ ਤੇ ਬਿਦ ਵੀ ਕਰ ਦਿੱਤੀ। ਬਾਬਾ ਜੀ ਕਹਿੰਦੇ ਆ ਜਬ ਆਵ ਕੀ ਔਧ ਨਿਧਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੂੰ, ਮੋਏ ਮਰਨੇ ਕਾ ਚਾਓ ਹੈ ਮਰੂੰ ਤਾਂ ਹਰ ਕੈ ਦੁਆਰ। ਬਾਬਾ ਜੀ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਮਹਾਰਾਜ ਨੇ ਕਿਹਾ ਸਾਨੂੰ ਹਮਦਰਦੀ। ਉੱਥੇ ਸ਼ਬਦ ਜਿਹੜੇ ਪੀਰ ਜੀ ਨੇ ਕਹੇ
ਕਹਿਣ ਲੱਗੇ ਮਮ ਪੁੱਤਰ ਮਰੇ ਸ਼ੁਭ ਥਾਨਾ, ਮੈਨੂੰ ਕੋਈ ਦੁੱਖ ਨਹੀਂ, ਮੇਰੇ ਪੁੱਤਰ ਚੰਗੀ ਥਾਂ 'ਤੇ ਮਰੇ। ਮਮ ਪੁੱਤਰ ਮਰੇ ਸ਼ੁਭ ਥਾਨਾ, ਇੱਕ ਧੋਰਨ ਖੇਤ ਮਹਾਨਾ, ਪੁਨ ਕਾਰਜ ਤੁਮਰੇ ਆਏ, ਇਮ ਕਹਿ ਵੈ ਬਿਜਤ ਸਦਾਏ, ਨਾ ਸ਼ੌਕ ਕਰੈ ਮਨ ਮੇਰਾ, ਮੈਂ ਜਾਣਿਓ ਲਾਭ ਬਡੇਰਾ। ਜਦੋਂ ਵਾਪਸ ਗਏ ਨਸੀਰਾਂ, ਸੱਚੀ ਮੁੱਚੀ ਮਾਂ ਹੈ ਮਮਤਾ, ਪੁੱਤਰਾਂ ਦੇ ਵਿਯੋਗ 'ਚ ਰੋਈ। ਉਹਨੇ ਕਿਹਾ ਮੇਰੇ ਪੁੱਤਰ ਮਰ ਗਏ, ਮੇਰੇ ਪੁੱਤਰ ਗਵਾ ਦਿੱਤੇ। ਸ਼ਬਦ ਜੋ ਮਾਈ ਸੀ, ਮਮਤਾ ਸੀ, ਪਰ ਸੱਚ ਐਵੇਂ ਪੀਰ ਜੀ ਖਮੋਸ਼ ਸਨ। ਉਹਨੇ ਕੱਪੜਾ ਖੋਲ੍ਹ ਕੇ ਕਿਹਾ ਨਹੀਂ, ਉਲਾਮੇ ਮਤ ਦੇ ਆਪਾਂ ਫਾਇਦੇ ਵਿੱਚ ਹੂੰ, ਉਲਾਮੇ ਨਾ ਦੀਆਂ ਆਪਾਂ ਫਾਇਦੇ 'ਚ ਹਾਂ। ਉਹ ਕਹਿੰਦੀ ਫਾਇਦੇ 'ਚ ਕੀ? ਅਤੇ ਮਹਾਰਾਜ ਦੀਆਂ ਵਾਲ ਕੇਸ, ਮਹਾਰਾਜ ਦੀਆਂ ਜ਼ੁਲਫਾਂ ਖੋਲ੍ਹ ਕੇ ਲਮਕਾ ਕੇ ਅਤੇ ਕੰਘਾ ਵਿਖਾ ਕੇ ਕਹਿੰਦਾ ਦੇਖ, ਜੇ ਪੁੱਤ ਦੇਖ ਕੇ ਮਹਿਬੂਬ ਦੀਆਂ ਜ਼ੁਲਫਾਂ ਮਿਲ ਗਈਆਂ, ਆਪਾਂ ਬਹੁਤ ਕੁਝ ਖੱਟ ਗਏ। ਅਸੀਂ ਸਾਰੇ ਇਸ ਨੂੰ ਸਵੀਕਾਰ ਨਹੀਂ ਆ ਜੀ, ਇਹ ਤੱਥ ਨੇ। ਉੱਥੇ ਪੂਰਨ ਸਿੰਘ ਨੇ ਗੱਲ ਲਿਖੀ ਹੈ, ਉਹ ਕਹਿੰਦਾ ਸੱਚਮੁੱਚ ਉਹ ਬਿਰਹ ਵਿੱਚ ਰੋਈ, ਰੁੱਤ ਰੋਂਦਿਆਂ ਉਹਨੂੰ ਨੀਂਦ ਆ ਗਈ, ਅਤੇ ਰੋਈ ਇੰਨੀ ਇਕਾਗਰਤਾ ਨਾਲ ਬੱਚਿਆਂ ਨੂੰ ਚੇਤੇ ਕਰਕੇ, ਸੱਚਮੁੱਚ ਉਹਦਾ ਤਨ ਮਨ ਸੁਰਤ ਪੂਰੀ ਬੱਚਿਆਂ 'ਚ ਖੁੱਭੀ। ਸੌਂ ਗਈ, ਸੁਪਨਾ ਆਇਆ, ਸੁਪਨੇ ਵਿੱਚ ਚੋਜੀ ਪ੍ਰੀਤਮ ਮਿਲੇ। ਯਾਦ ਰੱਖਿਓ, ਉਦੋਂ ਥੋੜ੍ਹਾ ਥੋੜ੍ਹਾ ਦਾੜਾ ਸੀ ਗੁਰੂ ਗੋਬਿੰਦ ਸਿੰਘ, ਲੰਮੇਰਾ ਨਹੀਂ, 22 ਸਾਲ ਦੀ ਉਮਰ ਹੈ। ਪੰਘਾਣੀ ਦਾ ਯੁੱਧ ਜਿੱਤਦਿਆਂ ਬਸ ਸੁਪਨੇ 'ਚ ਨਸੀਰਾਂ ਦੇ ਸੀਸ 'ਤੇ ਅਸੀਸ ਦਿੱਤੀ ਉਹਨੇ, ਤੀਹ ਰੱਖੇ ਉਹਨੇ, ਅਤੇ ਸ਼ਬਦ ਕਿਹਾ ਨਸੀਰਾਂ ਤੂੰ ਪੁੱਤਰਾਂ ਨੂੰ ਮਿਲਣਾ ਚਾਹੁੰਦੀ ਹੈ, ਹੈ ਸੁਪਨੇ ਦੀ ਝਲਕੀ। ਸਾਰੇ ਸਮੇਂ ਦੇ ਪਰਦੇ ਨੂੰ ਚਾਕ ਕਰ ਦਿੱਤਾ, ਸੱਚਮੁੱਚ ਉਹਦੇ ਬੇਟੇ ਨੂਰ ਬਣੇ ਆ, ਨੂਰਾਨੀ ਅਵਸਥਾ ਵਿੱਚ ਨੇ। ਕਹਿਣ ਲੱਗੇ ਨਾ ਬੋਲ ਕੇ ਮੇਰੇ ਪੁੱਤਰ ਮਾਰੇ ਗਏ, ਗਵਾਚ ਗਏ, ਨਹੀਂ ਤੇਰੇ ਪੁੱਤਰ ਅੱਲਾ ਦੇ ਘਰ 'ਚ ਕਬੂਲ ਹੋ ਗਏ। ਜਦੋਂ ਨੇਤਰ ਖੁੱਲ੍ਹੇ, ਉਸ ਥੋੜ੍ਹੇ ਜਿਹੇ ਸੁਪਨੇ ਨੇ ਇੰਨਾ ਕੁ ਪ੍ਰਭਾਵਿਤ ਕੀਤਾ, ਉੱਠ ਕੇ ਰੋਈ। ਉੱਥੇ ਗੱਲ ਬੜੀ ਸੋਹਣੀ, ਭਾਵੇਂ ਆਪਣੇ ਕੋਲੋਂ ਨਾ ਰੱਗ ਭਰਿਆ, ਉਹਨੇ ਰੋ ਕੇ ਕਿਹਾ ਪੀਰ ਜੀ ਨੂੰ ਤੁਸੀਂ ਕੀ ਕੀਤਾ? ਉਹਨਾਂ ਕਿਹਾ ਹੁਣ ਬੋਲੀ ਨਾ। ਕਹਿਣ ਲੱਗੀ ਹੁਣ ਮੈਂ ਕੁਝ ਹੋਰ ਕਹਿਣਾ ਚਾਹੁੰਦੀ ਹਾਂ, ਸੌਣ ਤੋਂ ਪਹਿਲਾਂ ਕਹਿੰਦੀ ਸਾਂ ਮੇਰੇ ਦੋ ਮਰਵਾ ਦਿੱਤੇ, ਹੁਣ ਕਹਿੰਦੀ ਹਾਂ ਦੋ ਬਚਾ ਕੇ ਕਿਉਂ ਲੈ ਆਏ? ਇਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੋਂ ਫਿਦਾ ਕਰਦੇ। ਮੈਂ ਇਸ ਕਰਕੇ ਆਪ ਜੀ ਨੂੰ ਬੇਨਤੀ ਕਰਨ ਲੱਗਾ, ਜੇ ਜਾਗਦਿਆਂ ਬਾਣੀ ਪੜ੍ਹਦੇ ਹਾਂ, ਜਾਗਦਿਆਂ ਸਿਮਰਨ ਕਰਦੇ ਹਾਂ, ਅਰਦਾਸ ਕਰੀਏ ਮਨ ਜਾਗੇ। ਜਿੱਦਣ ਮਨ ਜਾਗ ਗਿਆ, ਬੌਡੀ ਸੌਂ ਵੀ ਜਾਏ ਕੋਈ ਪਰਵਾਹ ਨਹੀਂ, ਬੌਡੀ ਸੁੱਤੀ ਹੋਈ ਵੀ ਨਾਮ ਜਪੇਗੀ। ਇਹਨੂੰ ਪਹਿਲੇ ਸ਼ਬਦ ਵਿੱਚ ਮਨ ਦਾ ਜਾਗਣਾ ਹੈ। ਸਤਿਗੁਰੂ ਕਹਿੰਦੇ ਨੇ ਸੁੱਤੜੇ ਸੁਖੀ ਸਵਨ, ਸੁੱਤੇ ਹੋਏ ਸੁਖੀ ਨੇ, ਸੁੱਖ ਦੀ ਨੀਂਦ ਸੁੱਤੇ ਨੇ, ਜੋ ਰੱਤੇ ਸਹਿ ਆਪਣੇ। ਜਿਹੜੇ ਪਰਮਾਤਮਾ ਦੇ ਰਾਜ 'ਚ ਰੱਤੇ ਨੇ ਉਹਨਾਂ ਲਈ ਕੀ ਨੀਂਦ? ਮਹਾਰਾਜ ਕਹਿੰਦੇ ਨੇ ਪ੍ਰੇਮ ਵਿਸ਼ੋਹਾ, ਵਿਸ਼ੋਹਾ ਦਾ ਲਫ਼ਜ਼ ਅਰਥ ਵਿਛੋੜਾ, ਪ੍ਰੇਮ ਦੇ ਅਰਥ ਚਲੋ ਤੁਸੀਂ ਸਾਰੇ ਜਾਣਦੇ ਹੋ, ਵੀ ਖਿੱਚ ਕਹਿ ਲਓ, ਪਿਆਰ ਕਹਿ ਲਓ, ਮੁਹੱਬਤ ਕਹਿ ਲਓ, ਵਿਸ਼ੋਹਾ ਦਾ ਅਰਥ ਹੈ ਵਿਛੋੜਾ। ਪ੍ਰੇਮ ਵਿਸ਼ੋਹਾ ਧਣੀ ਸਿਉਂ, ਧਣੀ ਸੌ, ਪਾਠ ਦਾ ਸੌ ਹੀ ਕਰਾਂਗੇ, ਸਿਉਂ ਨਹੀਂ ਕਰਨਾ, ਅਰਥ ਭਾਵੇਂ ਸਿਉਂ ਹੀ ਹੈ। ਪ੍ਰੇਮ ਵਿਸ਼ੋਹਾ ਧਣੀ ਸੌ ਨਾਲ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਲਈ ਪ੍ਰੇਮ ਦੀ ਐਨਰਜੀ ਕੋਈ ਨਹੀਂ। ਫਿਰ ਸੁਣੋ ਇਹ ਕਿਉਂ ਸ਼ਬਦ ਕਿਹਾ, ਇੱਕ ਬਚਨ ਮਹਾਰਾਜ ਦਾ ਹੁੰਦਾ ਹੈ ਇਹ ਸਤਿਗੁਰੂ ਦਾ, ਮਾਇਆ ਮੋਹ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੁਭਾਇਆ। ਉਹ ਐਨਰਜੀ ਹੈ, ਸਭ ਕੁਛ ਆਪਣਾ ਇੱਕ, ਆਹ ਕੋਈ ਨਹੀਂ ਤੇਰੇ ਕੋਲ ਅਜੇ ਖੇਡ ਬਣੀ ਜਿਹੜੀ ਪੁੱਤਰਾਂ ਧੀਆਂ ਲਈ ਹੈ। ਕਾਮਣ ਦੇਖ ਕਾਮ ਲੁਭਾਇਆ ਹੈ, ਸੁੱਤ ਕੰਚਨ ਸੋ ਖੇਤ ਵਧਾਇਆ ਹੈ, ਉਹ ਐਨਰਜੀ ਉੱਧਰ ਕੰਮ ਕਰ ਰਹੀ ਹੈ, ਪਰ ਇੱਧਰ ਇੰਨਾ ਨਿਕੰਮਾ ਆਲਸ, ਰੱਬ ਲਈ ਪ੍ਰੇਮ ਹੀ ਕੋਈ ਨਹੀਂ, ਸੁੱਕਾਪਣ ਹੈ, ਖੁਸ਼ਕੀ ਹੈ, ਕੋਈ ਸਮਝ ਨਹੀਂ ਪੈਂਦੀ। ਬਾਬਾ ਜੀ ਕਹਿੰਦੇ ਆ ਇੱਕ ਗੱਲ ਕਿ ਜਿਹਦੇ ਅੰਦਰ ਰੱਬ ਲਈ ਪ੍ਰੇਮ ਹੀ ਕੋਈ ਨਹੀਂ, ਉਹਨੂੰ ਬਾਬਾ ਜੀ ਨੇ ਇੱਕ ਸ਼ਬਦ ਵਰਤਿਆ, ਜੋਬਨ ਜਾਂਦੇ ਨਾ ਡਰਾਂ, ਜੇ ਸ਼ੈ ਪ੍ਰੀਤ ਨਾ ਜਾਏ ਫਰੀਦਾ, ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ। ਆਹ ਹੈ ਪ੍ਰੇਮ। ਇਹਨੂੰ ਕਿਹਾ ਵੈਸਾਖ ਧੀਰਨ ਕਿਉਂ ਵਾਢੀਆ, ਜਿੰਨਾ ਪ੍ਰੇਮ ਵਿਸ਼ੋ। ਪਰ ਉੱਥੇ ਇਹ ਨਹੀਂ ਵੀ ਉਹ ਬਿਲਕੁਲ ਦੁਨੀਆ, ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ, ਤੋ ਮਾਇਆ ਧੋ ਹੈ ਪਰ ਪ੍ਰੇਮ ਵਿਸ਼ੋਕ ਹੈ। ਮੈਂ ਫਿਰ ਇਹਨੂੰ ਰਿਪੀਟ ਕਰਾਂਗਾ, ਚਲੋ ਰੱਬ ਨਹੀਂ ਮਿਲਿਆ, ਕੁਛ ਨਹੀਂ,
ਪਰ ਘੱਟੋ ਘੱਟ ਅੰਦਰ ਕਸ਼ਕ ਤਾਂ ਹੈ, ਖਿੱਚ ਤਾਂ ਹੈ। ਤੂੰ ਨਹੀਂ ਆਇਆ, ਤੇਰੀ ਯਾਦ ਹੀ ਆਈ ਸਹੀ, ਸੱਚ ਇਹ ਵੇ ਨਾ ਤੇਰੀ ਮਰਜ਼ੀ, ਪਰ ਆਪਣੀਆਂ ਯਾਦਾਂ ਘੱਲੀ ਜਾ, ਕਿਉਂਕਿ ਤੇਰੀ ਯਾਦ ਵੀ ਠੰਡੀਆਂ ਹਵਾਵਾਂ ਬਣ ਕੇ ਆਉਂਦੀ ਹੈ। ਸੋਏ ਸੁਨੰਦੜੀ, ਮੇਰਾ ਤਾਂ ਸੋਏ ਦਰਤ ਮਿਲਾਪ ਥੋੜ੍ਹਾ, ਸੋਏ ਦਰ 'ਤੇ ਖਬਰਾਂ ਆਈਆਂ ਤੇਰੀਆਂ, ਤੇਰੇ ਸਮਾਚਾਰ ਮਿਲੇ। ਸੋਏ ਸੁਨੰਦੜੀ, ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ ਯਾਦ ਹੀ ਦੇਈ ਜਾ। ਪੰਧ ਜੁਲੰਦੜੀ, ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ, ਨਿਖਾਲੀ ਉਮਕਿਓ ਹੀਓ। ਪਰ ਜਿਹਦਾ ਹੀਏ ਹੀ ਕੋਈ ਨਹੀਂ ਉਮਕਦਾ, ਉਹ ਕੀ ਕਰੂਗਾ? ਸੱਚੀ ਮੈਂ ਸੁੱਕਾ ਪਿਆ ਨਾ। ਮੈਂ ਬੇਨਤੀ ਕਰਾਂ, ਪ੍ਰੇਮ ਵਿਸ਼ੇਹਾ ਵਿਸ਼ੋਹਾ ਧਣੀ ਸੋ, ਜਿਨ੍ਹਾਂ ਦੇ ਅੰਦਰ ਰੱਬ ਲਈ ਪ੍ਰੇਮ ਹੀ ਕੋਈ ਨਹੀਂ, ਮੁਰਦਾ ਹੈ। ਮਹਾਰਾਜ ਕਹਿੰਦੇ ਅੱਠੇ ਪਹਿਰ ਲਵਨ, ਅੱਠੇ ਪਹਿਰ ਦਿਨ ਅਤੇ ਰਾਤ। ਲਵਨ ਦਾ ਅਰਥ ਆਪਾਂ ਕੀਤਾ ਲਾਉਣਾ, ਜਿਵੇਂ ਕਾਂ ਲਾਉਂਦੇ ਨੇ, ਅੱਠੇ ਪੈਰ ਲਵਨ, ਅੱਠੇ ਪੈਰ ਬੋਲੀ ਜਾਂਦੇ ਆ, ਬੋਲੀ ਜਾਂਦੇ ਆ। ਬਾਬਾ ਜੀ ਕਹਿੰਦੇ ਨੇ ਨਗਾਰੇ ਬਣ ਗਏ ਆ। ਇਹ ਨਾ ਸਮਝੋ ਮੈਂ ਸਿੱਖੀ ਦੀ ਕੋਈ ਧੁਹੀਣ ਕਰਨ ਲੱਗਾ, ਨਗਾਰਾ ਸ਼ਬਦ ਵਰਤਿਆ ਮੂੰਹ 'ਚੋਂ, ਕਿਉਂਕਿ ਨਗਾਰਾ ਵੱਜਦਾ ਬੜਾ ਹੈ, ਅਤੇ ਜਦੋਂ ਇਹਦੀ ਉੱਪਰ ਵਾਲੀ ਖਲੜੀ ਲਾਓ, ਵਿੱਚੋਂ ਖਾਲੀ ਦਾ ਖਾਲੀ ਨਿਕਲਦਾ, ਵੱਜਦਾ ਨਾ ਵਿੱਚੋਂ ਖਾਲੀ ਹੈ। ਸੱਚੀ ਮੁੱਚੀ ਬੋਲੀ ਜਾ ਰਿਹਾ, ਅੱਠੇ ਪੈਰ ਲਵਨ। ਇਹਨੂੰ ਫਿਰ ਬੇਨਤੀ ਸੁਣੋ, ਅੱਠੇ ਪੈਰ ਕੂ ਕੂ ਕੇ ਕਹੀ ਜਾ ਰਿਹਾ, ਧਰਮ ਇਹ, ਰੱਬ ਇਹ, ਪੰਥ ਇਹ, ਆ। ਅਤੇ ਬਾਬਾ ਜੀ ਕਹਿੰਦੇ ਅੰਦਰੋਂ ਇੰਨਾ ਸੁੱਕਾ ਰਹਿ ਰੱਬ ਦਾ ਨਾਂ, ਕਾਂ ਦੀ ਤਰ੍ਹਾਂ ਲੋਈ ਜਾਂਦਾ ਹੈ। ਅੱਠੇ ਪੈਰ ਲਿਵਨ, ਸੁੱਤੜੇ ਸੁਖੀ ਸਵਨ, ਜੋ ਰੱਤੇ ਸ਼ੈ ਆਪਣੇ, ਪ੍ਰੇਮ ਵਿਸ਼ੋਹਾ ਧਨੀ ਸੋ, ਅੱਠੇ ਪੈਰ ਲਵਨ। ਮੈਂ ਬੇਨਤੀ ਕਰਾਂਗਾ, ਸਭ ਤੋਂ ਪਹਿਲਾਂ ਇਹ ਅਰਦਾਸ ਕਰੀਏ, ਦਾਤਾ ਤੂੰ ਨਾ ਵੀ ਘੱਟੋ ਘੱਟ ਆਪਣੇ ਪ੍ਰਤੀ ਆਪਣੀ ਮੁਹੱਬਤ ਤਾਂ ਭੇਜ ਦੇ, ਖੇਚੀ ਪੈਦਾ ਕਰ ਦੇ, ਕਿਤੇ ਥੋੜ੍ਹਾ ਬਹੁਤਾ ਤੇਰੇ ਵੱਲ ਝੁਕਾਅ ਹੋ ਜਾਏ। ਇਸੇ ਕਰਕੇ ਕਬੀਰ ਸਾਹਿਬ ਨੇ ਕਿਹਾ, ਲੋਕੋ ਚੱਕਵੀ ਅਤੇ ਚੱਕਵੇ ਦੀ ਖਿੱਚ ਖੈ, ਰਾਤ ਦਾ ਹਨੇਰਾ ਵਿਛੋੜਾ ਪਾਉਂਦਾ ਹੈ, ਸਵੇਰੇ ਸੂਰਜ ਚੜ੍ਹਦਾ ਹੈ, ਖਿੱਚ ਫਿਰ ਮਿਲਾ ਦਿੰਦੀ ਹੈ। ਉਹ ਕਿੰਨੇ ਬਦਕਿਸਮਤ ਨੇ ਜਿਹੜੇ ਅੰਦਰੋਂ ਸੁੱਕੇ ਆ, ਨਾ ਦਿਨੇ ਮਿਲਦੇ ਆ, ਨਾ ਰਾਤ ਮਿਲਦੇ ਆ। ਕਬੀਰ ਚੱਕੀ ਜੋ ਨਿਸ ਬਿਛੜੈ, ਆਏ ਮਿਲੈ ਪ੍ਰਭਾਤ, ਜੋ ਨਰ ਬਿਛੜੇ ਰਾਮ ਸਿਉਂ, ਨਾ ਦਿਨ ਮਿਲੈ ਨਾ ਅੱਠੇ ਪੈਰ ਲਵਨ, ਨਾ ਦਿਨ ਮਿਲਿਆ ਨਾ ਰਾਤ, ਟਿਕਾਈ ਨਹੀਂ। ਹੁਣ ਅਗਲਾ ਬਚਨ, ਜੇ ਉਹ ਨੀਂਦ ਜਿਹੜੀ ਅਸਾਂ ਪਹਿਲਾਂ ਵਿਆਖਿਆ ਕੀਤੀ, ਸੁੱਤੜੇ ਅਸੰਖ, ਅਸੰਖਾਂ ਲੋਕ ਸੁੱਤੇ ਆ, ਮਾਇਆ ਝੂਠੀ, ਇਹ ਝੂਠੀ ਮਾਇਆ ਦੀ ਖਾਤਰ ਸੁੱਤੇ ਪਏ ਆ। ਮੈਂ ਅਰਜ਼ ਕੀਤੀ ਸੀ, ਇੱਕ ਇੱਕ ਇੰਦਰਾ ਸੁੱਤਾ ਹੈ, ਜਦੋਂ ਮਨ ਜਾਗ ਪਵੇ, ਉਦੋਂ ਇੰਦਰੇ ਵੀ ਜਾਗ ਪੈਂਦੇ ਆ, ਅਤੇ ਸੱਚ ਇਹ ਵੇ ਜਾਗਿਆ ਹੋਇਆ ਫਿਰ ਆਪਣਾ ਪੈਰਾ ਆਪ ਦਿੰਦਾ ਹੈ। ਇੱਕ ਮਹਾਰਾਜ ਦਾ ਪਾਠ ਆਇਆ ਜੀ, ਮੈਂ ਰੋਜ਼ ਤੁਹਾਨੂੰ ਬੇਨਤੀ ਜ਼ਰੂਰ ਕਰਦਾ ਜਾ ਰਿਹਾ, ਭਾਈ ਸਾਹਿਬ ਵੀ ਕਹਿ ਰਹੇ ਆ। ਉਦਨ ਵੀ ਮੈਂ ਕਿਹਾ ਸੀ, ਗੁਰਮੁਖੋ ਸਹਿਜ ਪਾਠ ਸਾਰੇ ਕਰੋ, ਕੀ ਨਹੀਂ ਆਪਾਂ ਸਿੱਖ ਸਕਦੇ? ਮੈਨੂੰ ਪਤਾ ਜਿਹੜੇ ਬਜ਼ੁਰਗ ਉੱਥੇ ਕਦੀ ਸਕੂਲ ਦਾ ਮੂੰਹ ਵੀ ਨਹੀਂ ਵੇਖਿਆ, ਅੰਗਰੇਜ਼ੀ ਅੱਜ ਫਟਾਫਟ ਫਰਾਟੇ ਮਾਰਦੇ ਆ, ਕਿਉਂ? ਕਿਉਂਕਿ ਢਿੱਡ ਦੀ ਖਾਤਰ ਸਿੱਖਣਾ ਪੈ ਗਿਆ ਨਾ। ਯੂਰਪ ਜਾਈਦਾ ਜੀ, ਇਟਲੀ ਜਾਈਏ, ਫਰਾਂਸ ਜਾਈਏ, ਬੈਲਜੀਅਮ ਜਾਈਏ, ਆਪਣੇ ਬੰਦੇ ਜਦੋਂ ਉੱਥੇ ਇਟਾਲੀਅਨ, ਡੁੱਚ, ਇਹ ਫ੍ਰੈਂਚ ਬੋਲਦੇ ਆ, ਕਮਾਲ ਕਰ ਦਿੰਦੇ ਆ, ਅਤੇ ਮਨ 'ਚ ਆਉਂਦਾ ਵੀ ਢਿੱਡ ਦੀ ਖਾਤਰ ਬੋਲਣਾ ਆ ਗਿਆ ਨਾ। ਅਤੇ ਮੈਂ ਬੇਨਤੀ ਕਰਾਂਗਾ, ਆਤਮਾ ਦੀ ਖਾਤਰ ਗੁਰੂ ਨਾਲ ਬੋਲਣ ਦੀ ਜਾਚ ਸਿੱਖ ਲਓ। ਗੁਰੂ ਸਾਹਿਬ ਦਾ ਬਣ ਸ਼ਬਦ ਜਿਹੜਾ ਹੈ, ਸਹਿਜ ਪਾਠ ਆਪਾਂ ਸਾਰੇ ਕਰੀਏ। ਮਹਾਰਾਜ ਕਹਿੰਦੇ ਆ, ਫਿਰ ਉਹ ਬੰਦੇ ਉਹ ਇੰਨੇ ਕੁ ਜਾਗ ਪੈਂਦੇ ਆ, ਉਹ ਆਪਣੇ ਪੈਰੇ ਆਪ ਦਿੰਦੇ ਆ। ਇੱਕ ਸ਼ਬਦ ਆਉਂਦਾ ਦਰਵੇਸ਼, ਆਪਾਂ ਨੂੰ ਬਾਣੀ 'ਚ ਆਉਂਦਾ, ਉਂਝ ਵੈਸੇ ਪੰਜਾਬੀ ਸ਼ਬਦ ਦਰਵੇਸ਼ ਬਣ ਗਿਆ, ਫਾਰਸੀ 'ਚ ਸ਼ਬਦ ਦਰਵੇਸ਼ ਨਹੀਂ, ਉੱਥੇ ਦਰ ਅਵੇਜ਼ ਹੈ। ਦਰ ਅਵੇਜ਼ ਦਾ ਅਰਥ ਦਰਵਾਜ਼ੇ 'ਤੇ ਡਿੱਗਾ ਹੋਇਆ, ਦਰਵਾਜ਼ੇ 'ਤੇ ਲਟਕਿਆ ਹੋਇਆ। ਇੱਕ ਬਚਨ ਆਇਆ, ਮਹਾਰਾਜ ਕਹਿੰਦੇ ਦਰ ਦਰਵਾਨੀ ਜੋ ਕਰੈ, ਦਰਵੇਸ਼ੀ ਦਿਲ ਰਾਸ। ਜਿਹੜਾ ਆਪਣੇ ਦਿਲ ਦੀ ਦਿਲ ਦਰਵਾਨੀ ਜੋ ਕਰੈ, ਦਿਲ ਦਰਵਾਨੀ ਜੋ ਕਰੈ, ਉਹ ਬੰਦਿਆ ਤੂੰ ਬਿਨਾਂ ਪੈਸੇ ਤੋਂ ਲੋਕਾਂ ਦੇ ਪੁੱਤਰ ਧੀਆਂ, ਲੋਕਾਂ ਦੇ ਘਰਾਂ ਦੇ ਪਹਿਰੇ ਦੇਣਾ। ਫਲਾਣੇ ਘਰ ਆ ਹੋ ਗਿਆ, ਫਲਾਣੇ ਦਾ ਹੋ ਗਿਆ, ਉਹ ਕਮਲਿਆ ਬਿਨਾਂ ਪੈਸਿਆਂ ਤੋਂ ਲੋਕਾਂ ਦੇ ਪਹਿਰੇ ਨਾ ਦੇ, ਆਪਣੇ ਦਿਲ ਦਾ ਪਹਿਰਾ ਦੇ, ਤੇਰੇ ਅੰਦਰ ਫੁਰਨੇ ਕਿਹੋ ਜਿਹੇ ਉੱਠਦੇ ਪਏ। ਦਿਲ ਦਲਵਾਨੀ ਜੋ ਕਰੈ, ਦਰਵੇਸ਼ੀ ਦਿਲ ਰਾਸ, ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ। ਉਹ ਅੱਠੇ ਪੈਰ ਕਲਪਦੇ ਆ ਜਿਨ੍ਹਾਂ ਦੇ ਅੰਦਰ ਸਿਮਰਨ ਨਹੀਂ, ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ। ਗੁਰੂ ਸਾਹਿਬ ਕਹਿੰਦੇ ਆ, ਜਾਗ ਸਕਣਾ ਨਾਨਕ ਸੇ ਜਾਗਨ ਜੇ। ਫਿਰ ਬੇਨਤੀ ਸੁਣਿਓ, ਸੇ
ਸੇ ਨਹੀਂ, ਈੜੀ ਨੂੰ ਸਿਹਾਰੀ ਨਹੀਂ ਲਾਣੀ ਅਤੇ ਜੱਜੇ ਨੂੰ ਲਾ ਨਹੀਂ ਲੱਗਣ ਦੇਣੀ, ਸੇ ਅਤੇ ਸੇ। ਮਹਾਰਾਜ ਕਹਿੰਦੇ ਨਾਨਕ ਸੇ ਜਾਗਨ, ਉਹ ਜਾਗਦੇ ਨੇ ਜੇ ਜੇ ਰਸਨਾ ਨਾਮ ਉਚਾਰਨੇ, ਜਿਹੜੇ ਆਪਣੀ ਰਸਨਾ ਤੋਂ ਨਾਮ ਵੱਲ ਜੋ ਜਪਦੇ ਆ। ਇਹ ਦੋਨੋਂ ਸ਼ਲੋਕ ਇੱਕ 'ਚ ਨੀਂਦ ਦਾ ਖੰਡਨ ਹੈ, ਇੱਕ 'ਚ ਨੀਂਦ ਦਾ ਮੰਡਨ ਹੈ। ਇੱਕ ਨੀਂਦ ਸੁੱਖ ਭਰੀ ਹੈ, ਇੱਕ ਨੀਂਦ ਦੁੱਖ ਭਰੀ ਹੈ। ਗੁਰੂ ਬਖਸ਼ਿਸ਼ ਕਰੇ ਸਾਨੂੰ ਉਹ ਨੀਂਦ ਨਸੀਬ ਹੋ ਜਾਏ ਜਿਹੜੀ ਰੂਹਾਨੀਅਤ ਦੀ ਹੈ, ਸਿਮਰਨ ਦੀ ਹੈ, ਬੰਦਗੀ ਦੀ ਹੈ। ਤੁਹਾਡਾ ਬਹੁਤ ਬਹੁਤ ਸਭ ਦਾ ਧੰਨਵਾਦ। ਟਾਈਮ ਮੈਂ ਅੱਜ 5-7 ਮਿੰਟ ਜ਼ਿਆਦਾ ਲਾ ਲਿਆ, ਮੈਨੂੰ ਪਤਾ ਸਵੇਰੇ ਛੁੱਟੀ ਹੈ। ਹੁਣ ਆਓ, ਜਿੰਨਾ ਜਾਣਾ ਭਾਈ ਜੀ ਸਦਕੇ ਜਾਓ, ਅਤੇ ਜਿੰਨਾ ਥੋੜ੍ਹੀ ਜਿਹੀ ਨਾਮ ਦੀ ਝੁੱਟੀ 5-7 ਮਿੰਟ ਲਾਉਣੀ ਹੈ, ਉਹ ਸਾਰੇ ਕਿਰਪਾ ਕਰੋ। ਮੇਰੇ ਤੋਂ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਦਿਆ ਜੇ। ਆਓ ਅਸੀਸ ਬਖਸ਼ੋ, ਸਾਰੇ ਬੋਲਿਓ, ਪਹਿਲਾਂ ਦਾਸ, ਫਿਰ ਸਿੰਘ, ਫਿਰ ਮਾਈਆਂ ਬੀਬੀਆਂ, ਕਰੋ ਕਿਰਪਾ ਜੀ। ਵਾਹੇ ਗੁਰੂ, ਸਾਰੇ ਸਿੰਘ ਬੋਲੋ ਜੀ ਉੱਚੀ ਆਵਾਜ਼ 'ਚ। ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਵਾਹੇ।
आखे गुरु आखे गुरु आखे गुरु आखे गुरु आखे गुरु आप संगत का बहुत बहुत धन्यवाद जी। वाहिगुरु जी का खालसा वाहिगुरु।